जसविंदर मैरम की पुस्तक ना पुत ना ते अगली कहानी है मजाक। ग्रीन लाइट बार एंड रेस्टोरेंट के डाइनिंग हॉल च बैठा उस सामने एक टेबल दुआले लगियां कुर्सियां ते बैठे जोड़े चों सरी तरी नव्याही कुड़ी वल घूर रहा सी। हैरान परेशान जिहा उहदे वल ही देखता रहिंदा जे उहदा दोस्त रफीक आके उहनूं झंझोड़ ना दिंदा। हड़बड़ा के उहने पिछां तकिया ते फिर थोड़ा जिहा मुस्कुरा के उस वल हथ वधा दिता। इहदे नाल ही उहने अपने दोवें मोढे चटकाए तां उहदा गोल गोल वालां तों सखणा सिर लगभग इहनां दे विच ही छुप गया। ਐਨਕ ਵਿੱਚੋਂ ਝਾਕਦੀਆਂ ਅੱਖਾਂ ਵਿੱਚ ਇੱਕ ਖਾਸ ਹੀ ਚਮਕ ਉੱਭਰ ਆਈ ਸੀ। ਨੀਲੀ ਅਸਮਾਨੀ ਸਾੜੀ 'ਚੋਂ ਕੁੜੀ ਉਹਨੂੰ ਅਰਸ਼ੋਂ ਉੱਤਰੀ ਕੋਈ ਪਰੀ ਜਿਹੀ ਲੱਗ ਰਹੀ ਸੀ। ਚਮਕਦੇ ਸੁਨਹਿਰੀ ਸਿਤਾਰੇ ਅਤੇ ਚਿੱਟੇ ਮੋਤੀਆਂ ਨਾਲ ਕਸ਼ੀਦੀ ਹੋਈ ਸਾੜੀ ਅੰਬਰ ਦੀ ਤਾਰਿਆਂ ਭਰੀ ਟਾਕੀ ਜਿਹੀ ਲੱਗਦੀ ਸੀ। ਕਾਲੀਆਂ ਜ਼ੁਲਫਾਂ ਵਿੱਚੋਂ ਗੋਰਾ ਗੋਰਾ ਚਿਹਰਾ ਉਸ ਚੰਦਰਮਾ ਦੀ ਤਰ੍ਹਾਂ ਟਹਿਕ ਰਿਹਾ ਲੱਗਦਾ ਸੀ ਜਿਸ ਦੁਆਲੇ ਝੁਕੀ ਹੋਈ ਕਾਲੀ ਬੱਦਲੀ ਉਹਨੂੰ ਆਪਣੇ ਓਟ 'ਚ ਲੁਕੋ ਲੈਣ ਲਈ ਵਿਲਕਦੀ ਹੈ। ਕੰਨਾਂ 'ਚ ਲੰਮੇ ਝੁਮਕਿਆਂ ਵਾਲੇ ਬੁੰਦੇ ਲਟਕ ਰਹੇ ਸਨ। ਨੱਕ 'ਚ ਪਾਈ ਨੱਥ ਦੀ ਮੋਤੀਆਂ ਭਰੀ ਜੰਜੀਰ ਕੌਡੀਆਂ ਵਾਲੇ ਨਾਗ ਦੀ ਤਰ੍ਹਾਂ ਉਹਦੀ ਗੱਲ 'ਤੇ ਮੇਲ ਰਹੀ ਸੀ। ਬੁੱਲਾਂ 'ਤੇ ਸੁਰਖੀ ਬੜੇ ਕਲਾਤਮਕ ਢੰਗ ਨਾਲ ਲਾਈ ਲੱਗਦੀ ਸੀ। ਮੱਥੇ 'ਤੇ ਬਿੰਦੀ ਚਮਕ ਰਹੀ ਸੀ ਅਤੇ ਮਾਂਗ 'ਚ ਸੰਧੂਰ ਦੀ ਲੰਬੀ ਰੇਖਾ ਖਿੱਚੀ ਹੋਈ ਸੀ। ਉਹਦੇ ਗਲ 'ਚ ਬਹੁਤ ਕੀਮਤੀ ਕਾਫੀ ਭਾਰਾ ਸੋਨੇ ਦਾ ਹਾਰ ਪਾਇਆ ਸੀ। ਬਾਹਾਂ 'ਚ ਚੂੜਾ ਅਤੇ ਮੋਟੇ ਮੋਟੇ ਸੋਨੇ ਦੇ ਗਜਰੇ। ਹੱਥਾਂ ਦੀਆਂ ਕੁਝ ਉਂਗਲਾਂ ਵਿੱਚ ਕੀਮਤੀ ਅੰਗੂਠੀਆਂ ਚਮਕ ਰਹੀਆਂ ਸਨ। ਇੱਕ ਹੱਥ 'ਚ ਫੜੇ ਰੁਮਾਲ ਨਾਲ ਉਹ ਬੜੀ ਸਾਵਧਾਨੀ ਨਾਲ ਕਦੇ ਕਦੇ ਆਪਣੇ ਚਿਹਰੇ ਤੋਂ ਆਏ ਪਸੀਨੇ ਨੂੰ ਸਾਫ਼ ਕਰਦੀ, ਜਿਵੇਂ ਉਹ ਚਿਹਰੇ 'ਤੇ ਕੀਤੇ ਮੇਕਅਪ ਦੇ ਖਰਾਬ ਹੋ ਜਾਣ ਤੋਂ ਡਰਦੀ ਸੀ। ਸ਼ਾਇਦ ਉਹ ਇੱਥੇ ਸਿੱਧੀ ਬਿਊਟੀ ਪਾਰਲਰ ਤੋਂ ਹੀ ਹੋ ਕੇ ਆਈ ਸੀ। ਦੂਜੇ ਹੱਥ 'ਚ ਉਹਨੇ ਇੱਕ ਮਿੰਨੀ ਪਰਸ ਫੜਿਆ ਹੋਇਆ ਸੀ, ਜਿਹਨੂੰ ਕਦੇ ਕਦਾਈ ਉਹ ਆਪਣੇ ਸਾਹਮਣੇ ਪਏ ਟੇਬਲ 'ਤੇ ਵੀ ਰੱਖ ਲੈਂਦੀ। ਸਾਰੇ ਦਿਨ ਦੀ ਥਕਾਵਟ ਦੂਰ ਕਰਨ ਲਈ ਡਾਕਟਰ ਹਰੀਸ਼ ਚਾਵਲਾ ਰੋਜ਼ ਇਸ ਬਾਰ 'ਚ ਆ ਪੈਂਦਾ ਸੀ। ਦਵਾਈਆਂ ਦੀ ਮਹਿਕ ਨੂੰ ਅੰਦਰੋਂ ਕੱਢਣ ਲਈ ਉਹ ਵਿਸਕੀ ਦੇ ਕਈ ਪੈਗ ਆਪਣੇ ਅੰਦਰ ਸੁੱਟ ਲੈਂਦਾ। ਸ਼ਾਇਦ ਉਹਦਾ ਖਿਆਲ ਸੀ ਕਿ ਜਿਵੇਂ ਜ਼ਹਿਰ ਨੂੰ ਜ਼ਹਿਰ ਮਾਰਦੀ ਹੈ, ਮਹਿਕ ਨੂੰ ਮਹਿਕ ਹੀ ਮਾਰੇਗੀ। ਉਹ ਕੋਈ ਮਾੜਾ ਮੋਟਾ ਡਾਕਟਰ ਤਾਂ ਹੈ ਨਹੀਂ ਸੀ। ਕਾਮਨ ਰੋਡ 'ਤੇ ਉਹਦਾ ਕਾਫ਼ੀ ਵੱਡਾ ਹਸਪਤਾਲ ਸੀ। ਪ੍ਰਾਈਵੇਟ ਹੋਣ ਦੇ ਨਾਲ ਨਾਲ ਹਰ ਤਰ੍ਹਾਂ ਦੇ ਡਾਕਟਰ ਦੀ ਸੇਵਾ ਮਿਲਣ ਕਰਕੇ ਸ਼ਹਿਰ ਦੇ ਵੱਡੇ ਵੱਡੇ ਅਮੀਰ ਮਰੀਜ਼ ਉੱਥੇ ਹੀ ਆਸ਼ਰਨ ਲੈਂਦੇ ਸਨ। ਲੱਤ ਬਾਂਹ ਨੱਕ ਕੰਨ ਫੋੜਾ ਫਿੰਸੀ ਅਤੇ ਹੋਰ ਹਰ ਤਰ੍ਹਾਂ ਦੇ ਰੋਗਾਂ ਦਾ ਇਲਾਜ ਇਸ ਹਸਪਤਾਲ 'ਚ ਹੁੰਦਾ ਸੀ। ਹਰ ਤਰ੍ਹਾਂ ਦੇ ਟੈਸਟ ਲਈ ਵੱਖਰੀ ਲੈਬੋਰਟਰੀ, ਮਹਿੰਗੀਆਂ ਵਧੀਆ ਮਸ਼ੀਨਾਂ, ਮਰੀਜ਼ਾਂ ਦੀ ਸਹੂਲਤ ਲਈ ਵੱਖਰੇ ਪਰਸਨਲ ਰੂਮਾਂ ਦਾ ਵੀ ਪ੍ਰਬੰਧ ਸੀ। ਇਲਾਜ ਚਾਹੇ ਮਹਿੰਗਾ ਪੈਂਦਾ ਸੀ ਪਰ ਸੰਭਾਲ ਪੱਖੋਂ ਕੋਈ ਕਸਰ ਨਹੀਂ ਸੀ ਛੱਡੀ ਜਾਂਦੀ, ਜਿਸ ਨਾਲ ਮਰੀਜ਼ ਦੇ ਵਾਰਸਾਂ ਨੂੰ ਪੂਰੀ ਤਸੱਲੀ ਰਹਿੰਦੀ ਸੀ। ਅਤੇ ਦੂਸਰਾ, ਕੁਝ ਖਾਸ ਕਿਸਮ ਦੇ ਮਰੀਜ਼ ਵੀ ਆਏ ਰਹਿੰਦੇ ਸੀ ਜਿਨ੍ਹਾਂ ਦੇ ਇਲਾਜ ਦੀ ਕੀਮਤ ਉਹ ਮੂੰਹੋਂ ਮੰਗੀ ਵਸੂਲ ਕਰਦਾ ਸੀ ਅਤੇ ਅਗਲੇ ਨੂੰ ਇਹ ਦੇਣੀ ਵੀ ਪੈਂਦੀ ਸੀ। ਵੈਸੇ ਵੀ ਡਾਕਟਰ ਦੇ ਵਕੀਲਾਂ ਨਾਲ ਫੀਸ ਦੀ ਸੌਦੇਬਾਜ਼ੀ ਹੁੰਦੀ ਨਹੀਂ, ਜੋ ਮੰਗ ਲੈਣ ਬੰਦੇ ਨੂੰ ਦੇਣਾ ਹੀ ਪੈਂਦਾ। ਫਿਰ ਭਲਾਂਕਿ ਉਹਨਾਂ ਉਹ ਕਾਰਾਂ ਅਤੇ ਬੰਗਲਿਆਂ ਦਾ ਮਾਲਕ ਹੁੰਦਾ ਅਤੇ ਹੋਟਲਾਂ ਕਲੱਬਾਂ 'ਚ ਨਾ ਜਾ ਸਕਦਾ। ਅੱਜ ਜਦੋਂ ਹੀ ਉਹ ਰੈਸਟੋਰੈਂਟ ਦਾ ਮੇਨ ਗੇਟ ਪਾਰ ਕਰ ਰਿਹਾ ਸੀ, ਉਹਦੀ ਨਜ਼ਰ ਪਾਰਕਿੰਗ 'ਚੋਂ ਆ ਰਹੀ ਲੜਕੀ ਉੱਤੇ ਜਾ ਪਈ, ਜੋ ਇੱਕ ਜਵਾਨ ਖੂਬਸੂਰਤ ਆਦਮੀ ਦੇ ਨਾਲ ਬੜੀ ਨਜ਼ਾਕਤ ਨਾਲ ਪੈਰ ਰੱਖਦੀ ਰੈਸਟੋਰੈਂਟ ਵੱਲ ਜਾ ਰਹੀ ਸੀ। ਲੜਕੀ ਦੀ ਸ਼ਕਲ ਉਹਨੂੰ ਜਾਣੀ ਪਛਾਣੀ ਲੱਗੀ ਸੀ। ਕਾਰ ਇੱਕ ਪਾਸੇ ਖੜ੍ਹੀ ਕਰਕੇ ਉਹ ਸਿੱਧਾ ਉਹਨਾਂ ਦੇ ਪਿੱਛੇ ਪਿੱਛੇ ਡਾਇਨਿੰਗ ਹਾਲ 'ਚ ਆ ਗਿਆ। ਡਾਕਟਰ ਚਾਵਲਾ ਸ਼ਹਿਰ ਦਾ ਮੰਨਿਆ ਹੋਇਆ ਸਰਜਨ ਸੀ, ਇਸੇ ਕਰਕੇ ਦੂਸਰੇ ਹਸਪਤਾਲਾਂ 'ਚੋਂ ਕਈ ਕੇਸ ਰੈਫਰ ਕਰਕੇ ਉਹਦੇ ਕੋਲ ਭੇਜੇ ਜਾਂਦੇ ਸਨ। ਪਰ ਪਿਛਲੇ ਕੁਝ ਸਾਲਾਂ ਤੋਂ ਭੁਲੱਕੜ ਜਿਹਾ ਹੋ ਗਿਆ ਸੀ। ਕਈ ਵਾਰੀ ਤਾਂ ਉਹ ਆਪਣੀ ਜੇਬ 'ਚ ਰੱਖੀ ਚੀਜ਼ ਨੂੰ ਵੀ ਇੱਧਰ ਉੱਧਰ ਲੱਭਦਾ ਰਹਿੰਦਾ ਸੀ। ਜਦੋਂ ਥੱਕ ਹਾਰ ਕੇ ਬਹਿ ਜਾਣਾ ਤਾਂ ਉਹਦਾ ਹੱਥ ਸਿੱਧਾ ਉੱਥੇ ਪਹੁੰਚ ਜਾਂਦਾ ਜਿੱਥੇ ਉਹ ਚੀਜ਼ ਰੱਖੀ ਹੋਈ ਹੁੰਦੀ। ਹੁਣ ਵੀ ਉਹਨੂੰ ਕੁਛ ਯਾਦ ਨਹੀਂ ਸੀ ਆ ਰਿਹਾ, ਫਿਰ ਵੀ ਉਹ ਆਪਣੇ ਦਿਮਾਗ 'ਚ ਵਸੇ ਨਕਸ਼ਾਂ ਨੂੰ ਇੱਧਰ ਉੱਧਰ ਖਿੱਚਣ ਧੋਣ ਲੱਗ ਪਿਆ। ਵੈਸੇ ਵੀ ਰੋਜ਼ ਸੈਂਕੜੇ ਚਿਹਰੇ ਉਹਦੀਆਂ ਨਜ਼ਰਾਂ ਅੱਗੋਂ ਗੁਜ਼ਰਦੇ ਸੀ। ਫਿਰ ਉਹ ਯਾਦ ਰੱਖੇ ਵੀ ਤਾਂ ਕਿਸ ਕਿਸ ਨੂੰ ਰੱਖੇ। ਫਿਰ ਵੀ ਕਾਫ਼ੀ ਭੰਨ ਤੋੜ ਤੋਂ ਬਾਅਦ ਉਹਨੂੰ ਕਾਫ਼ੀ ਕੁਝ ਯਾਦ ਆ ਗਿਆ। 7 ਕੁ ਸਾਲ ਪਹਿਲਾਂ ਦੀ ਗੱਲ ਹੈ, ਇੱਕ ਵਾਰੀ ਜਦੋਂ ਉਹਨੂੰ ਬੱਸ ਰਾਹੀਂ ਜਲੰਧਰ ਤੋਂ ਹੁਸ਼ਿਆਰਪੁਰ ਜਾਣਾ ਪਿਆ ਸੀ, ਬੱਸ ਦੀਆਂ ਲਗਭਗ ਸਾਰੀਆਂ ਸੀਟਾਂ 'ਤੇ ਸਵਾਰੀਆਂ ਬਹਿ ਚੁੱਕੀਆਂ ਸੀ। ਇੱਕਾ ਦੁੱਕਾ ਸੀਟਾਂ ਤੋਂ ਬਿਨਾਂ ਜੇ ਹੁਣ ਜਗ੍ਹਾ ਸੀ ਤਾਂ ਸਿਰਫ ਸੀਟਾਂ ਦੇ ਵਿਚਕਾਰ ਵਾਲੇ ਲੰਘਣ ਵਾਲੇ ਰਸਤੇ 'ਚ ਖੜ੍ਹਨ ਦੀ ਸੀ। ਜਦੋਂ ਬੱਸ ਵਿੱਚ ਚੜ੍ਹੀ ਤਾਂ ਉਹਦੇ ਨਾਲ ਇੱਕ ਮਰਦ ਅਤੇ 2 ਔਰਤਾਂ ਵੀ ਸਨ, ਜੋ ਜਿੱਥੇ ਕਿਤੇ ਸੀਟ ਮਿਲੀ ਬਹਿ ਗਏ, ਡਾਕਟਰ ਚਾਵਲਾ ਅਤੇ ਉਹਦਾ ਮਿੱਤਰ ਰਵੀ ਗੁਪਤਾ। ਜਿਸ ਸੀਟ 'ਤੇ ਬੈਠੇ ਸਨ ਸਿਰਫ ਉੱਥੇ ਇੱਕ ਸੀਟ ਖਾਲੀ ਸੀ।
ਇਹੀ ਲੜਕੀ ਉਸ ਵਕਤ ਖੜੀ ਸੀ। ਉਹਦੇ ਨਾਲ ਦੇ ਮਰਦ ਨੇ ਉਹਨੂੰ ਬਹਿ ਜਾਣ ਲਈ ਕਿਹਾ, ਪਰ ਫਿਰ ਵੀ ਉਹ ਨਾ ਬੈਠੀ। ਸ਼ਾਇਦ ਉਹ ਉੱਪਰੇ ਮਰਦਾਂ ਨਾਲ ਬਹਿਣ ਤੋਂ ਝਿਜਕਦੀ ਸੀ। ਚੱਲ ਤੂੰ ਇੱਥੇ ਬਹਿ ਜਾ, ਮੈਂ ਖੜਾ ਹੋ ਜਾਂਦਾ। 10-20 ਮਿੰਟ ਦਾ ਤਾਂ ਰਸਤਾ ਹੈ ਸਾਰਾ, ਉਹਦੇ ਸਾਥੀ ਨੇ ਉਹਦੀ ਸੋਚ ਨੂੰ ਸਮਝਦਿਆਂ ਕਿਹਾ ਤੇ ਸੀਟ ਤੋਂ ਉੱਠ ਖੜਾ ਹੋਇਆ। ਵੈਸੇ ਵੀ ਸ਼ਾਇਦ ਉਹਨੇ ਕਿਸੇ ਨੇੜੇ ਦੇ ਪਿੰਡ ਹੀ ਉਤਰ ਜਾਣਾ ਸੀ। ਕੋਈ ਗੱਲ ਨਹੀਂ, ਮੈਂ ਖੜੀ ਠੀਕ ਹਾਂ, ਉਹਨੇ ਉਸ ਮਰਦ ਨੂੰ ਕਿਹਾ ਸੀ, ਤੇ ਮੈਂ ਬਹਿਣ ਨਾਲੋਂ ਖੜ ਕੇ ਜ਼ਿਆਦਾ ਖੁਸ਼ ਹਾਂ। ਜਦੋਂ ਵੀ ਮੈਂ ਸਫ਼ਰ ਕਰਾਂ ਖੜਨਾ ਹੀ ਪਸੰਦ ਕਰਦੀ ਹਾਂ, ਤੁਸੀਂ ਬਹਿ ਜਾਓ, ਲੜਕੀ ਨੇ ਜਵਾਬ ਦਿੱਤਾ। ਉਹ ਆਦਮੀ ਆਖਰ ਬਹਿ ਗਿਆ ਸੀ ਤੇ ਮਿਸਟਰ ਗੁਪਤਾ ਬੜਾ ਚੁਸਤ ਚਲਾਕ ਤੇ ਹਸਮੁੱਖ ਸ਼ਖਸ ਸੀ। ਉਹਦੀ ਨਜ਼ਰ ਲੜਕੀ ਦੀ ਹਰ ਅਦਾ ਨੂੰ ਦੇਖ ਰਹੀ ਸੀ ਤੇ ਉਹਦੇ ਅੰਗ ਅੰਗ ਤੇ ਚੱਕਰ ਕੱਟ ਰਹੀ ਸੀ। ਮੋਤੀਆਂ ਵਰਗੇ ਦੰਦ ਅਨਾਰ ਦੀ ਤਰ੍ਹਾਂ ਖਿੜ ਰਹੇ ਜਾਂਦੇ ਜਦੋਂ ਹੱਸ ਹੱਸ ਗੱਲਾਂ ਕਰਦੀ। ਬੱਸ ਦੇ ਝਟਕਿਆਂ ਨਾਲ ਡਾਂਸਰਾਂ ਵਾਂਗੂ ਥਿਰਕ ਪੈਂਦੀਆਂ ਲੱਤਾਂ, ਦਿਵੇਂ ਦੋਵੇਂ ਹੱਥ ਛੱਤ ਦੇ ਡੰਡੇ ਨੂੰ ਪਾਈ ਉਹ ਪੀਂਘ ਤੇ ਚੜੀ ਹੁਲਾਰੇ ਲੈਂਦੀ ਕਿਸੇ ਮੁਟਿਆਰ ਵਾਂਗ ਲੱਗ ਰਹੀ ਸੀ। ਗੋਰਾ ਗੋਰਾ ਗੁਲਾਬੀ ਰੰਗ ਕਸ਼ਮੀਰੀ ਸੇਬ ਦੀ ਤਰ੍ਹਾਂ ਭਾਅ ਮਾਰ ਰਿਹਾ ਸੀ। ਫਿੱਕੇ ਪੀਲੇ ਪੋਲਿਸਟਰ ਦੇ ਸੂਟ ਵਿੱਚ ਉਹਦੀਆਂ ਛਾਤੀਆਂ ਨੂੰ ਲਪੇਟੀ ਬੈਠਾ ਬ੍ਰੇਜ਼ੀਅਰ ਡਾਕਟਰ ਚਾਵਲਾ ਨੂੰ ਚੰਨਾਟ ਛੇੜ ਰਿਹਾ ਸੀ, ਜਿਵੇਂ ਕੋਈ ਖਤਰੇ ਦਾ ਅਲਾਰਮ ਹੋਵੇ। ਸਾਡੇ ਨਾਲ ਜੁੜ ਕੇ ਬੈਠੇ ਤਾਂ ਤੈਨੂੰ ਵੀ ਕੁਛ ਪਤਾ ਲੱਗੇ ਦੀਨ ਦੁਨੀਆ ਦਾ, ਡਾਕਟਰ ਨੂੰ ਕੂਣੀ ਮਾਰਦਿਆਂ ਗੁਪਤੇ ਨੇ ਕਿਹਾ। ਤੇ ਹੁਣ ਕਿਹੜਾ ਮੈਂ ਤੈਥੋਂ ਦੂਰ ਬੈਠਾ, ਲਾ ਲੈ ਜੋ ਪਤਾ ਲਾਉਣਾ, ਤੂੰ ਵੀ ਆਪਣਾ ਦਿਲ ਪਰਚਾ ਲੈ। ਚਾਵਲਾ ਉਹਦੀ ਚਾਲ ਸਮਝ ਕੇ ਉਹਨੂੰ ਕਹਿਣ ਲੱਗਾ ਤਾਂ ਗੁਪਤੇ ਨੂੰ ਮੁੜ ਕੋਈ ਗੱਲ ਨਾ ਆਉਣੀ। ਬਾਰੀ 'ਚੋਂ ਆਉਂਦੀ ਤੇਜ਼ ਹਵਾ ਨਾਲ ਲੜਕੀ ਦੀ ਕਮੀਜ਼ ਦਾ ਇੱਕ ਸਿਰਾ ਉੱਡ ਕੇ ਪਰੇ ਹੋ ਗਿਆ ਤੇ ਕਈ ਵਾਰ ਉਹਨੇ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਫਿਰ ਉੱਡ ਜਾਂਦਾ। ਕਾਲੇ ਰੰਗ ਦਾ ਅੰਡਰਵੀਅਰ ਵੀ ਡਾਕਟਰ ਨੂੰ ਨਜ਼ਰ ਆਉਣ ਲੱਗਾ ਤੇ ਬੜੇ ਸਨੇਹ ਨਾਲ ਉੱਧਰ ਘੂਰਨ ਲੱਗ ਪਿਆ। ਇਸ ਤਰ੍ਹਾਂ ਕਿਉਂ ਦੇਖ ਰਹੇ ਹੋ ਡਾਕਟਰ ਸਾਹਿਬ, ਗੁਪਤੇ ਨੇ ਹੌਲੀ ਜਿਹੀ ਕਿਹਾ, ਪਰ ਲੜਕੀ ਨੇ ਸੁਣ ਲਿਆ। ਪਿਆਰ ਨਾਲ ਹੀ ਦੇਖਦਾ ਚੰਦਰਿਆ, ਮੈਂ ਕਿਹੜਾ ਨਜ਼ਰ ਆਉਣ ਲੱਗਾ ਤੈਨੂੰ, ਚਾਵਲਾ ਮੁਸਕਰਾ ਕੇ ਕਹਿਣ ਲੱਗਾ। ਜਿੰਨਾ ਚਿਰ ਲੜਕੀ ਬੱਸ 'ਚ ਰਹੀ ਉਹਨਾਂ ਦੀ ਨੋਕ ਝੋਂਕ ਤੇ ਘੁਸਰ ਮੁਸਰ ਚੱਲਦੀ ਰਹੀ ਸੀ। ਉਸ ਦਿਨ ਉਹਨਾਂ ਦਾ ਦਿਨ ਸੋਹਣਾ ਬੀਤ ਗਿਆ। ਇਸ ਦਿਨ ਤੋਂ ਬਾਅਦ ਇੱਕ ਦਿਨ ਡਾਕਟਰ ਆਪਣੇ ਹਸਪਤਾਲ ਦੇ ਕੈਬਿਨ 'ਚ ਬੈਠਾ ਸੀ ਕਿ ਉਹ ਲੜਕੀ ਉਹਦੇ ਕੋਲ ਆ ਗਈ। ਆਓ ਬੈਠੋ, ਕੀ ਗੱਲ ਹੈ, ਕਿਸ ਤਰ੍ਹਾਂ ਆਏ ਹੋ, ਕੀ ਮਰਜ਼ ਹੈ? ਡਾਕਟਰ ਉਹਨੂੰ ਕਈ ਸਵਾਲ ਕਰ ਗਿਆ, ਇਹ ਉਹਦੀ ਆਦਤ ਹੀ ਸੀ। ਮਰੀਜ਼ ਦੇ ਬੋਲਣ ਤੋਂ ਪਹਿਲਾਂ ਉਹ ਕਈ ਕੁਝ ਕਹਿ ਜਾਂਦਾ ਸੀ। ਜੀ, ਮੈਂ ਤੁਹਾਡੇ ਕੋਲ ਇਲਾਜ ਲਈ ਆਈ ਹਾਂ, ਲੜਕੀ ਨੇ ਝਿਜਕਦੇ ਕਿਹਾ। ਅਤੇ ਹੋਰ ਲੋਕ ਬਿਮਾਰ ਹੋਣ ਆਉਂਦੇ ਨੇ ਇੱਥੇ, ਕਿਸ ਰੋਗ ਦਾ ਇਲਾਜ ਕਰਨਾ? ਜੀ, ਮੈਂ ਅਬੋਰਸ਼ਨ ਕਰਾਉਣਾ ਚਾਹੁੰਦੀ ਹਾਂ, ਲੜਕੀ ਨੇ ਕਿਹਾ। ਅਬੋਰਸ਼ਨ ਜਾਣੀ ਗਰਭ ਕਰਾਉਣਾ, ਪਰ ਕਿਉਂ, ਕੀ ਮਜਬੂਰੀ ਹੈ ਤੈਨੂੰ ਇਸ ਬਾਰੇ? ਡਾਕਟਰ ਲੜਕੀ ਦੇ ਮੂੰਹ ਵੱਲ ਦੇਖ ਰਿਹਾ ਸੀ, ਜਿਹੜੀ ਨੀਵੀਂ ਪਾਈ ਫਰਸ਼ 'ਤੇ ਪੈਰ ਦਾ ਅੰਗੂਠਾ ਘਸਾ ਰਹੀ ਸੀ। ਮੇਰੀ ਅਜੇ ਸ਼ਾਦੀ ਨਹੀਂ ਹੋਈ, ਮੈਂ ਇੱਕ ਲੜਕੇ ਨੂੰ ਪਿਆਰ ਕਰਦੀ ਸੀ ਅਤੇ ਅਸੀਂ ਸ਼ਾਦੀ ਕਰਵਾਉਣਾ ਚਾਹੁੰਦੇ ਸੀ, ਪਰ ਸਮੇਂ ਤੋਂ ਪਹਿਲਾਂ ਹੀ ਅਸੀਂ ਉਹ ਘਰ ਬੈਠੇ ਜੋ ਨਹੀਂ ਸੀ ਕਰਨਾ ਚਾਹੀਦਾ। ਅਤੇ ਫਿਰ ਇਸ ਤਰ੍ਹਾਂ ਸ਼ਾਦੀ ਕੀ ਪਤਾ ਕਦੋਂ ਹੋਵੇ, ਉਸ ਨਾਲ ਹੋਵੇ ਜਾਂ ਨਾ ਹੀ ਹੋਵੇ, ਕਿਸੇ ਨੂੰ ਪਤਾ ਲੱਗ ਗਿਆ ਤਾਂ? ਲੜਕੀ ਨੇ ਬਣੀ ਬਣਾਈ ਕਹਾਣੀ ਕਹਿ ਸੁਣਾਈ। ਡਾਕਟਰ ਜਾਨ ਦਿੰਦਾ ਲੈਂਦਾ ਨਹੀਂ, ਪਰ ਮੈਂ ਮਜਬੂਰ ਹਾਂ ਡਾਕਟਰ, ਇੱਜ਼ਤ ਦਾ ਸਵਾਲ ਹੈ, ਲੜਕੀ ਦੀ ਆਵਾਜ਼ 'ਚ ਤਰਲਾ ਸੀ। ਗੱਲ ਤਾਂ ਤੇਰੀ ਠੀਕ ਹੈ, ਪਰ ਮੈਂ ਵੀ ਮਜਬੂਰ ਹਾਂ, ਘਰ ਦੇ ਕਿਸੇ ਸਿਆਣੇ ਬੰਦੇ ਤੋਂ ਬਿਨਾਂ। ਡਾਕਟਰ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਲੜਕੀ ਰੋਣ ਲੱਗ ਪਈ ਸੀ। ਚੰਗਾ ਠੀਕ ਹੈ, ਹੁਣ ਰੋ ਨਾ, ਮੈਂ ਤੇਰੀ ਮਦਦ ਕਰ ਦਿਆਂਗਾ, ਪਰ ਖਰਚ ਬਹੁਤ ਆਏਗਾ। ਡਾਕਟਰ ਨੇ ਆਪਣੀ ਫੀਸ ਦੱਸ ਦਿੱਤੀ, ਜੋ ਲੜਕੀ ਨੇ ਮੰਨ ਲਈ ਅਤੇ ਪੈਸੇ ਡਾਕਟਰ ਨੂੰ ਦੇ ਦਿੱਤੇ। ਕੀ ਨਾਂ ਹੈ ਤੇਰਾ? ਜੀ ਉਰਮਲਾ ਦੇਵੀ। ਅਤੇ ਉਸ ਤੋਂ ਬਾਅਦ ਡਾਕਟਰ ਨੇ ਉਹਦਾ ਇਲਾਜ ਕਰ ਦਿੱਤਾ ਸੀ। ਇਸ ਤਰ੍ਹਾਂ ਤਾਂ ਰੋਜ਼ ਹੀ ਹੁੰਦਾ ਸੀ, ਅਤੇ ਉਹ ਜਾਣਦਾ ਸੀ ਕਿ ਉਰਮਲਾ ਉਹਦਾ ਅਸਲੀ ਨਾਂ ਨਹੀਂ ਸੀ, ਕਿਉਂਕਿ ਇਸ ਤਰ੍ਹਾਂ ਦੇ ਇਲਾਜ ਲਈ ਜੋ ਵੀ ਲੜਕੀ ਉਸ ਕੋਲ ਆਉਂਦੀ ਸੀ ਉਹ ਆਪਣੇ ਨਾਂ ਬਦਲ ਕੇ ਹੀ ਦੱਸਦੀ ਸੀ। ਪਰ ਇੱਕ ਦਿਨ ਫਿਰ ਉਹੀ ਲੜਕੀ ਉਸ ਕੋਲ ਅਬੋਰਸ਼ਨ ਲਈ ਆ ਗਈ। ਇਸ ਵਾਰ ਉਹ ਆਪਣੇ ਆਪ ਨੂੰ ਥੋੜ੍ਹਾ ਬਦਲ ਕੇ ਆਈ ਸੀ, ਪਰ ਡਾਕਟਰ ਨੂੰ ਲੱਗਾ ਜਿਵੇਂ ਉਹਨੇ ਇਹਨੂੰ ਪਹਿਲਾਂ ਕਿਤੇ ਦੇਖਿਆ ਹੋਇਆ, ਕਿਉਂਕਿ ਇੱਕ ਵਾਰ ਇਸ ਤਰ੍ਹਾਂ ਆਈ ਲੜਕੀ ਉਸ ਕੋਲ ਕਦੇ ਦੂਜੀ ਵਾਰ ਨਹੀਂ ਆਈ ਸੀ। ਜੇ ਆਈ ਵੀ ਹੋਊ ਤਾਂ ਉਹਨੇ ਕਦੇ ਨੋਟਿਸ ਨਹੀਂ ਲਿਆ ਸੀ, ਕਿਉਂਕਿ ਜੇ ਉਹ ਇੱਕ ਵਾਰ ਪ੍ਰੇਮ ਜਾਲ 'ਚ ਫਸੀ ਸੀ ਤਾਂ ਕੀ ਫਿਰ ਦੁਬਾਰਾ ਇਸ ਤਰ੍ਹਾਂ ਦੀ ਗਲਤੀ ਕਰ ਸਕਦੀ ਸੀ? ਤੁਹਾਡਾ ਨਾਂ? ਡਾਕਟਰ ਨੇ ਪੁੱਛਿਆ। ਤਦਬੀਰ ਕੌਰ, ਲੜਕੀ ਨੇ ਕਿਹਾ। ਤੁਸੀਂ ਪਹਿਲਾਂ ਵੀ ਕਦੇ ਅਬੋਰਸ਼ਨ ਕਰਵਾਇਆ? ਡਾਕਟਰ ਨੇ ਜਿਵੇਂ ਆਪਣੀ ਤਸੱਲੀ ਕਰਨੀ ਚਾਹੀ। ਜੀ ਨਹੀਂ ਤਾਂ, ਮੈਂ ਤਾਂ ਇੱਕ ਮਜਬੂਰੀ ਕਰਕੇ ਆਈ ਹਾਂ। ਲੜਕੀ ਪਹਿਲਾਂ ਤਾਂ ਇਸ ਤਰ੍ਹਾਂ ਚੌਂਕੀ ਜਿਵੇਂ ਉਹਨੂੰ ਕਿਸੇ ਕੀੜੇ ਨੇ ਕੱਟ ਲਿਆ ਹੋਵੇ। ਫਿਰ ਉਹਨੇ ਜਵਾਬ ਦਿੱਤਾ ਸੀ, ਕੀ ਮਜਬੂਰੀ ਹੈ ਤੁਹਾਨੂੰ ਇਸ ਬਾਰੇ? ਜੇ ਮੇਰੇ ਨਾਲ ਜ਼ਬਰਦਸਤੀ ਕੀਤੀ ਗਈ ਸੀ, ਮੇਰੇ ਨਾਲ ਬਲਾਤਕਾਰ ਹੋ ਗਿਆ। ਇੱਕ ਦਿਨ ਮੈਂ ਘਰ 'ਚ ਇਕੱਲੀ ਸੀ, ਬਾਹਰ ਮੀਂਹ ਪੈ ਰਿਹਾ ਸੀ, ਇੱਕ ਆਦਮੀ ਬਿਜਲੀ ਦੇ ਮੀਟਰ ਦੀ ਰੀਡਿੰਗ ਲੈਣ ਘਰ ਆਇਆ। ਜ਼ਿਆਦਾ ਮੀਂਹ ਹੋਣ ਕਾਰਨ ਉਹ ਰੁਕ ਗਿਆ।
ਜਦੋਂ ਉਹਨੇ ਦੇਖਿਆ ਘਰ 'ਚ ਹੋਰ ਕੋਈ ਨਹੀਂ ਹੈ ਤਾਂ ਇਕੱਲੀ ਦੇਖ ਕੇ ਉਹ ਮੈਨੂੰ ਆ ਪਿਆ। ਮੈਂ ਬਥੇਰਾ ਕਲਪੀ ਪਰ ਉਹਨੇ ਮੇਰੀ ਕੋਈ ਨਾ ਸੁਣੀ। ਡਾਕਟਰ ਮੈਂ ਕੀ ਕਰਦੀ, ਜੇ ਮੈਂ ਰੌਲਾ ਪਾਉਂਦੀ ਤਾਂ ਬਦਨਾਮ ਹੋ ਜਾਂਦੀ। ਮੈਂ ਸਭ ਕੁਝ ਸਹਿ ਲਿਆ, ਹੁਣ ਉਹਦਾ ਪਾਪ ਮੇਰੇ ਅੰਦਰ ਪਲ ਰਿਹਾ, ਪਰ ਮੈਂ ਬਿਨਾਂ ਵਿਆਹੀ ਮਾਂ ਨਹੀਂ ਬਣ ਸਕਦੀ। ਮੇਰੀ ਸ਼ਾਦੀ ਵੀ ਪੱਕੀ ਹੋ ਗਈ ਹੈ। ਡਾਕਟਰ ਮੈਨੂੰ ਬਚਾਓ, ਮੈਨੂੰ ਬਚਾਓ ਡਾਕਟਰ। ਲੜਕੀ ਹਟਕੋਰੀ ਭਰ ਭਰ ਰੋਣ ਲੱਗ ਪਈ। ਡਾਕਟਰ ਨੇ ਉਹਨੂੰ ਇਸ ਤੋਂ ਮੁਕਤ ਕਰ ਦਿੱਤਾ ਸੀ। ਇਸ ਬਾਰੇ ਉਹਨੇ ਜ਼ਿਆਦਾ ਸੋਚਿਆ ਵੀ ਨਹੀਂ ਸੀ। ਹੋ ਸਕਦਾ ਹੈ ਲੜਕੀ ਪਹਿਲੀ ਦੀ ਹਮਸ਼ਕਲ ਹੋਵੇ ਅਤੇ ਜਾਂ ਫਿਰ ਉਹਦੇ ਨਾਲ ਰਲਦੀ ਮਿਲਦੀ ਲੱਗਦੀ ਹੋਵੇ। ਵੈਸੇ ਵੀ ਡਾਕਟਰ ਨੂੰ ਤਾਂ ਆਪਣੀ ਫੀਸ ਤੱਕ ਮਤਲਬ ਸੀ, ਉਹਨੂੰ ਮਿਲ ਗਈ ਸੀ। ਉਹਦੇ ਵੱਲੋਂ ਤਾਂ ਭਾਵੇਂ ਇਸ ਤਰ੍ਹਾਂ ਰੋਜ਼ ਹੁੰਦਾ ਰਹੇ। ਤੀਸਰੀ ਵਾਰ ਉਹ ਲੜਕੀ ਉਹਦੇ ਕੈਬਿਨ ਫੇਰ ਆ ਗਈ ਅਤੇ ਉਹ ਵੀ ਅਬੋਰਸ਼ਨ ਕਰਾਉਣ ਲਈ। ਡਾਕਟਰ ਬੁਰੀ ਤਰ੍ਹਾਂ ਚੌਂਕ ਗਿਆ। ਹੁਣ ਉਹ ਇਹ ਸੋਚਣ ਲਈ ਮਜਬੂਰ ਹੋ ਗਿਆ ਸੀ ਕਿ ਇਹ ਲੜਕੀ ਇੰਨੇ ਅਬੋਰਸ਼ਨ ਕਿਉਂ ਕਰਵਾ ਰਹੀ ਸੀ। ਉਹੀ ਸ਼ਕਲ, ਉਹੀ ਚਾਲ ਢਾਲ, ਬੋਲਣ ਦਾ ਢੰਗ, ਕਿ ਇੱਕੋ ਚਿਹਰੇ ਦੀਆਂ ਤਿੰਨ ਲੜਕੀਆਂ ਹੋ ਸਕਦੀਆਂ? ਦੋ ਤਾਂ ਸੁਣੀਆਂ ਸੀ ਪਰ ਤਿੰਨ, ਅਤੇ ਉਹ ਵੀ ਉਹਦੇ ਹਸਪਤਾਲ 'ਚ। ਹੁਣ ਕੀ ਗੱਲ ਹੈ ਉਰਮਿਲਾ ਜੀ? ਡਾਕਟਰ ਨੇ ਸੁਭਾਵਕ ਪੁੱਛਿਆ, ਜਿਵੇਂ ਕੋਈ ਕਿਸੇ ਜਾਣਦੇ ਬੁੱਝਦੇ ਸ਼ਖਸ ਨੂੰ ਪੁੱਛ ਲੈਂਦਾ। ਉਰਮਿਲਾ ਨਹੀਂ, ਸੁਸ਼ੀਲ ਕਾਂਤ ਹੈ ਨਾਂ ਮੇਰਾ, ਲੜਕੀ ਨੇ ਬੜੀ ਟਿੱਕਵੀਂ ਆਵਾਜ਼ 'ਚ ਕਿਹਾ। ਤਾਂ ਤੂੰ ਮੇਰੇ ਕੋਲ ਮਜਬੂਰੀ ਵਾਸਤੇ ਆਈ ਹੈ? ਡਾਕਟਰ ਨੇ ਵੀ ਉਸੇ ਲਹਿਜੇ 'ਚ ਕਿਹਾ। ਹਾਂ, ਮੈਂ ਇੱਕ ਨਜਾਇਜ਼ ਬੱਚੇ ਦੀ ਮਾਂ ਬਣਨ ਵਾਲੀ ਹਾਂ, ਲੜਕੀ ਬੋਲੀ ਸੀ। ਅਤੇ ਤੂੰ ਮਾਂ ਬਣਨਾ ਨਹੀਂ ਚਾਹੁੰਦੀ? ਡਾਕਟਰ ਨੇ ਉਹਦੀ ਗੱਲ ਕੱਟਦਿਆਂ ਕਿਹਾ। ਪਰ ਕਿਉਂ, ਕੀ ਕਾਰਨ? ਕਾਰਨ? ਲੜਕੀ ਜ਼ੋਰ ਨਾਲ ਹੱਸ ਪਈ। ਕਿੰਨਾ ਹੀ ਚਿਰ ਉਹ ਹੱਸਦੀ ਰਹੀ। ਕਾਰਨ ਤਾਂ ਸਾਫ਼ ਹੈ ਡਾਕਟਰ, ਕੌਣ ਇਵੇਂ ਬੱਚੇ ਪੈਦਾ ਕਰੀ ਜਾਵੇ? ਅਤੇ ਕਰੀਏ ਵੀ ਤਾਂ ਕਿਸ ਲਈ ਕਰੀਏ? ਇਹਦਾ ਸਾਡਾ ਧੰਦਾ, ਬਥੇਰਾ ਬਚੀਦਾ, ਪਰ ਕਈ ਵਾਰੀ ਗਾਹਕ ਦੀ ਮਰਜ਼ੀ ਵੀ ਚੱਲ ਜਾਂਦੀ ਹੈ। ਸ਼ੁਗਲ ਸ਼ੁਗਲ 'ਚ ਇਸ ਤਰ੍ਹਾਂ ਹੋ ਜਾਂਦਾ। ਸ਼ੁਗਲ ਨਾਲ ਅਸੀਂ ਇਹਦਾ ਇੰਤਜ਼ਾਮ ਕਰ ਲਈਦਾ। ਲੜਕੀ ਬਿਨਾਂ ਕਿਸੇ ਝਿਜਕ ਹੈਗੀ। ਇਹ ਕਿਸ ਤਰ੍ਹਾਂ ਦਾ ਸ਼ੁਗਲ ਹੈ? ਤੁਸੀਂ ਆਪਣੀਆਂ ਜ਼ਿੰਦਗੀਆਂ ਖਰਾਬ ਕਰਦੀਆਂ ਹੋ, ਪੈਸਾ ਬਰਬਾਦ ਕਰਦੀਆਂ ਹੋ, ਇਹ ਕੀ ਮਜ਼ਾਕ ਹੈ? ਡਾਕਟਰ ਚਾਵਲਾ ਉਹਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ। ਫਿਰ ਵੀ ਉਹ ਨਸੀਹਤ ਦੇਣੋਂ ਆਪਣੇ ਆਪ ਨੂੰ ਰੋਕ ਨਾ ਸਕਿਆ। ਪੈਸਾ? ਕਿਹਦਾ ਪੈਸਾ? ਪੈਸਾ ਤਾਂ ਹੱਥਾਂ ਦੀ ਮੈਲ ਆ ਡਾਕਟਰ, ਨਾਲੇ ਅਸੀਂ ਕਿਹੜਾ ਇਹ ਪਾਈ ਪਾਈ ਕਰਕੇ ਜੋੜਿਆ ਹੁੰਦਾ? ਕੁਝ ਸਮੇਂ 'ਚ ਹੀ ਨੋਟ ਹੀ ਨੋਟ ਹੋ ਜਾਂਦੇ ਆ, ਫਿਰ ਜਿਸ ਤਰ੍ਹਾਂ ਇਹ ਆਉਂਦੇ ਆ ਉਸੇ ਤਰ੍ਹਾਂ ਖਰਚ ਹੋ ਜਾਂਦੇ ਆ। ਅੱਛਾ ਡਾਕਟਰ, ਚਲੋ ਛੱਡੋ ਇਹਨਾਂ ਗੱਲਾਂ ਨੂੰ, ਤੁਸੀਂ ਆਪਣੀ ਕਾਰਵਾਈ ਕਰੋ ਅਤੇ ਮੈਨੂੰ ਛੇਤੀ ਵਿਹਲੀ ਕਰੋ। ਲੜਕੀ ਉੱਠ ਕੇ ਖੜੀ ਹੋ ਗਈ ਅਤੇ ਉਸ ਪਰਦੇ ਦੇ ਪਿੱਛੇ ਜਾ ਵੜੀ ਜਿੱਥੇ ਡਾਕਟਰ ਨੇ ਉਹਦਾ ਚੈੱਕਅਪ ਕਰਨਾ ਸੀ। ਡਾਕਟਰ ਚਾਵਲਾ ਨੇ ਐਨਕ ਲਾ ਕੇ ਉਹਦੇ ਸ਼ੀਸ਼ੇ ਸਾਫ਼ ਕੀਤੇ ਅਤੇ ਫਿਰ ਅੱਖਾਂ 'ਤੇ ਸਜਾ ਲਏ। ਉਹਨੂੰ ਲੱਗਾ ਜਿਵੇਂ ਲੜਕੀ ਉਸ ਨਾਲ ਹੀ ਮਜ਼ਾਕ ਕਰ ਗਈ ਹੋਵੇ, ਪਰ ਅੱਜ ਉਹੀ ਲੜਕੀ ਫਿਰ ਉਹਦੇ ਸਾਹਮਣੇ ਸੀ। ਹੱਥ ਮਿਲਾਉਣ ਤੋਂ ਬਾਅਦ ਉਹਦਾ ਦੋਸਤ ਰਫੀਕ ਉਹਦੇ ਸਾਹਮਣੇ ਪਈ ਕੁਰਸੀ ਉੱਪਰ ਬਹਿ ਚੁੱਕਾ ਸੀ, ਪਰ ਡਾਕਟਰ ਦਾ ਧਿਆਨ ਅਜੇ ਵੀ ਉਸੇ ਲੜਕੀ ਵੱਲ ਲੱਗਾ ਸੀ। ਉੱਧਰ ਕੀ ਘੁਰ ਰਿਹਾ ਚਾਵਲਾ? ਉਹਦੇ ਦੋਸਤ ਰਫੀਕ ਨੇ ਉਹਨੂੰ ਟੋਕਿਆ। ਕੁਛ ਨਹੀਂ, ਐਵੇਂ ਤੱਕ ਰਿਹਾ ਸੀ, ਲੜਕੀ ਬਹੁਤ ਸੁੰਦਰ ਹੈ ਨਾ? ਡਾਕਟਰ ਨੇ ਝੇਂਪਦਿਆਂ ਕਿਹਾ। ਉਹਨੂੰ ਲੱਗਾ ਜਿਵੇਂ ਕਿਸੇ ਨੇ ਉਹਨੂੰ ਚੋਰੀ ਕਰਦਿਆਂ ਫੜ ਲਿਆ ਹੋਵੇ। ਲੜਕੀ ਨਹੀਂ ਡਾਕਟਰ, ਮਿਸਿਸ ਪਟਨਾਗਰ ਕਹਿ, ਰੂਪਵਤੀ ਨਾਂ ਹੈ ਇਹਦਾ, ਦਿਲ ਦੀਆਂ ਲੱਗੀਆਂ ਦਾ ਮਾਮਲਾ ਹੈ, ਕਹਿੰਦੇ ਆ ਸਿਰੇ ਦੀ ਕਾਲ ਗਰਲ ਰਹਿ ਚੁੱਕੀ ਹੈ। ਪਤਾ ਨਹੀਂ ਪਟਨਾਗਰ ਨੂੰ ਕੀ ਚੰਗਾ ਲੱਗਾ, ਕਈ ਕਹਿੰਦੇ ਆ ਰੂਪਵਤੀ ਨੇ ਹੀ ਫਸਾ ਲਿਆ ਆਪਣੇ ਚੱਕਰ 'ਚ। ਕੁਝ ਹੀ ਦਿਨ ਹੋਏ ਆ ਸ਼ਾਦੀ ਹੋਈ ਨੂੰ, ਹੁਣੇ ਹੁਣੇ ਹਨੀਮੂਨ ਤੋਂ ਵਾਪਸ ਪਰਤਿਆ, ਰਫੀਕ ਨੇ ਡਾਕਟਰ ਚਾਵਲਾ ਨੂੰ ਜਾਣੂ ਕਰਵਾਉਂਦਿਆਂ ਕਿਹਾ। ਡਾਕਟਰ ਨੇ ਨਜ਼ਰ ਉਠਾ ਕੇ ਲੜਕੀ ਵੱਲ ਦੇਖਿਆ, ਜਿਹੜੀ HR ਪਟਨਾਗਰ ਦੀ ਬਾਂਹ 'ਚ ਬਾਂਹ ਪਾਈ ਹਾਲ ਤੋਂ ਬਾਹਰ ਜਾ ਰਹੀ ਸੀ। ਡਾਕਟਰ ਅਜੇ ਵੀ ਉਸ ਬਾਰੇ ਸੋਚ ਰਿਹਾ ਸੀ ਜਿਹੜੀ ਉਸ ਕੋਲ ਉਰਮਿਲਾ, ਤਦਵੀਰ ਕੌਰ ਅਤੇ ਸੁਸ਼ੀਲ ਕਾਂਤਾ ਬਣ ਕੇ ਆ ਚੁੱਕੀ ਸੀ ਅਤੇ ਹੁਣ ਰੂਪਵਤੀ ਬਣ ਪਟਾਗਰ ਨੂੰ ਆ ਚੰਬੜੀ ਸੀ। ਡਾਕਟਰ ਨੂੰ ਇਹ ਵੀ ਮਜ਼ਾਕ ਹੀ ਲੱਗ ਰਿਹਾ ਸੀ। ਉਹ ਸੋਚ ਰਿਹਾ ਸੀ ਜਿਹੜੀ ਕੱਲ੍ਹ ਆਪਣੇ ਆਪ ਨਾਲ ਮਜ਼ਾਕ ਕਰ ਰਹੀ ਸੀ, ਅੱਜ ਸ੍ਰੀ ਪਟਨਾਗਰ ਦੀ ਜ਼ਿੰਦਗੀ ਨਾਲ ਵੀ ਮਜ਼ਾਕ ਨਾ ਕਰ ਰਹੀ ਹੋਵੇ, ਸ਼ੁਗਲ ਕਰ ਰਹੀ ਹੋਵੇ। ਅਬੋਰਸ਼ਨ ਤਾਂ ਮਜਬੂਰੀ 'ਚ ਫਸੀਆਂ ਔਰਤਾਂ ਨੂੰ ਵੀ ਨਵੀਂ ਜ਼ਿੰਦਗੀ ਦੇਣ ਲਈ ਚੁਣਿਆ ਗਿਆ ਇਲਾਜ ਸੀ, ਜਿਹਨੂੰ ਇਹੋ ਜਿਹੀਆਂ ਨੇ ਮਜ਼ਾਕ ਬਣਾ ਕੇ ਰੱਖ ਦਿੱਤਾ ਸੀ। ਜੇ ਸਾਰੀਆਂ ਹੀ ਲੜਕੀਆਂ ਇਸ ਤਰ੍ਹਾਂ ਦੇ ਮਜ਼ਾਕ ਕਰਨ ਲੱਗ ਪੈਣ ਤਾਂ ਅਬੋਰਸ਼ਨ ਸ਼ਬਦ ਹੀ ਬਦਨਾਮ ਹੋ ਕੇ ਰਹਿ ਜਾਏਗਾ। ਅਬੋਰਸ਼ਨ, 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 ਇਹ ਆਵਾਜ਼ ਉਹਦੇ ਕੰਨਾਂ 'ਚ ਗੂੰਜਣ ਲੱਗ ਪਈ। ਡਾਕਟਰ ਨੇ ਆਪਣੇ ਦੋਵੇਂ ਹੱਥ ਕੰਨਾਂ ਉੱਪਰ ਰੱਖੇ। ਅਖੀਰਲੀ ਕਹਾਣੀ ਹੈ, ਚਿੱਤ ਨਹੀਂ ਲੱਗਦਾ। ਇੱਕ ਬੇਨਾਮ ਜਿਹਾ ਖੱਤ ਮੇਰੀ ਮੇਜ਼ 'ਤੇ ਪਿਆ, ਆਪਣੀ ਕਿਸਮਤ ਨੂੰ ਕੋਸ ਰਿਹਾ ਸੀ। ਨਿਰਦੋਸ਼ ਕੈਦੀ ਦੀ ਤਰ੍ਹਾਂ ਪਹਿਲਾਂ ਤੋਂ ਮੇਰੀ ਜੇਬ 'ਚ ਗੁੱਛਾ ਮੁੱਛਾ ਕਰਕੇ ਤੁੰਨਿਆ ਰਿਹਾ, ਹੁਣ ਬਾਹਰ ਆ ਕੇ ਵੀ ਅਜੇ ਤੱਕ ਪੜ੍ਹਨ ਖੋਣੋਂ ਪਿਆ ਸੀ। ਤੁਸੀਂ ਪੁੱਛੋਗੇ ਵੀ ਕੀ ਕਾਰਨ? ਕਾਰਨ ਤਾਂ ਹੁੰਦਾ ਹੀ ਹੈ ਕੋਈ ਨਾ ਕੋਈ। ਅਸਲ 'ਚ ਮੈਂ ਇਹਨੂੰ ਪੜ੍ਹਨਾ ਹੀ ਨਹੀਂ ਸੀ ਚਾਹੁੰਦਾ। ਇਹਦੀ ਮਿਹਰਬਾਨੀ ਸਦਕਾ ਹੀ ਮੇਰੇ ਦਿਲ ਤੇ ਦਿਮਾਗ ਸਾਰੀ ਰਾਤ ਆਪਸ 'ਚ ਗੁੱਥਮ ਗੁੱਥਾ ਹੁੰਦੇ ਰਹੇ ਸੀ। ਖੈਰ, ਦਿਲ 'ਤੇ ਤਾਂ ਇਹਦਾ ਕੋਈ ਖਾਸ ਅਸਰ ਨਹੀਂ ਸੀ ਹੋਇਆ, ਪਰ ਦਿਮਾਗ ਇਸ ਮਾਰ 'ਚ ਬੁਰੀ ਤਰ੍ਹਾਂ ਘਾਇਲ ਹੋਇਆ ਸੀ। ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਕੀ ਕਰਾਂ। ਸੋਚਾਂ ਨਾਲ ਮੇਰਾ ਸਿਰ ਪਾਟਣਾ ਆ ਗਿਆ ਸੀ। ਇੱਕ ਵਾਰੀ ਤਾਂ ਮੇਰਾ ਹੱਥ ਖੱਤ ਵੱਲ
ਕਾਹਲੀ ਨਾਲ ਦੌੜਿਆ ਕਿ ਇੱਥੇ ਪਾੜ ਕੇ ਟੋਟੇ ਟੋਟੇ ਕਰਦੇ ਆ। ਪਰ ਅਗਲੀ ਪਲ ਇੱਕ ਆਵਾਜ਼ ਅੰਦਰੋਂ ਚੀਕ ਪਾਰ ਉੱਠਦੀ, ਜ਼ਰਾ ਰੁਕ ਜਾ ਸੱਜਣਾ, ਕਾਹਲੀ 'ਤੇ ਗੁੱਸਾ ਚੰਗਾ ਨਹੀਂ ਹੁੰਦਾ, ਪਹਿਲਾਂ ਪੜ੍ਹ ਤਾਂ ਲੈ। ਮੈਂ ਸਿਗਰਟ ਦਾ ਪੈਕਟ ਕੱਢ ਕੇ ਇੱਕ ਸਿਗਰਟ ਸੁਲਗਾਈ ਅਤੇ ਖੱਤ ਚੁੱਕ ਕੇ ਪੜ੍ਹਨ ਲੱਗ ਪਿਆ। ਜਿਉਂ ਜਿਉਂ ਮੈਂ ਖੱਤ ਪੜ੍ਹਦਾ ਜਾਂਦਾ ਸੀ, ਮੇਰਾ ਦਿਲ ਖਾਮੋਸ਼ੀ ਦੇ ਰਸਤੇ ਦੌੜਦਾ ਰਿਹਾ। ਮੈਨੂੰ ਖੱਤ 'ਚੋਂ ਕੁਝ ਵੀ ਪਿੜ ਪੱਲੇ ਨਹੀਂ ਸੀ ਪੈ ਰਿਹਾ, ਪਰ ਜਿੰਨਾ ਕੁ ਪਿਆ ਉਹਨੇ ਮੇਰਾ ਅੰਦਰ ਹਲੂਣ ਕੇ ਰੱਖ ਦਿੱਤਾ। ਇਹ ਕੋਈ ਖੱਤ ਨਹੀਂ ਸੀ, ਇੱਕ ਕਹਾਣੀ ਸੀ, ਗੁੱਝੀ ਟਕੋਰ ਸੀ, ਇੱਕ ਗਿਲਾ ਸੀ, ਨਹੋਰਾ ਸੀ ਅਤੇ ਇੱਕ ਲਲਕਾਰ ਵੀ। ਅਤੇ ਖੱਤ ਦੀ ਖਾਸੀਅਤ ਇਹ ਸੀ ਕਿ ਇਹਨੂੰ ਲਿਖਣ ਵਾਲਾ ਕਾਫ਼ੀ ਚੰਚਲ, ਗਮਗੀਨ ਅਤੇ ਦਇਆ ਦਾ ਪਾਤਰ ਲੱਗਦਾ ਸੀ। ਸ਼ਾਇਦ ਉਹ ਖੱਤ ਲਿਖਣ ਤੋਂ ਪਹਿਲਾਂ ਰੋਇਆ ਵੀ ਹੋਵੇ, ਉਂਝ ਚਾਹੇ ਉਹਨੇ ਅੱਖਾਂ 'ਚੋਂ ਹੰਝੂ ਕਿਰਨ ਤੋਂ ਪਹਿਲਾਂ ਹੀ ਅੰਦਰੇ ਅੰਦਰ ਪੀ ਲਏ ਹੋਣ, ਪਰ ਉਹਦਾ ਦਿਲ ਕਾਫ਼ੀ ਦੇਰ ਤੱਕ ਰੋਂਦਾ ਰਿਹਾ ਹੋਏਗਾ। ਜਿਵੇਂ ਇਸ ਖੱਤ ਦੀਆਂ ਲਾਈਨਾਂ ਹੀ ਕਹਿੰਦੀਆਂ ਹਨ, ਜਿਵੇਂ ਹੀ ਮੈਂ ਡਾਇਰੀ 'ਚ ਲਿਖੀਆਂ ਲਾਈਨਾਂ ਪੜ੍ਹੀਆਂ, ਡਾਇਰੀ ਮੇਰੇ ਹੱਥੋਂ ਛੁੱਟ ਕੇ ਹੇਠਾਂ ਡਿੱਗ ਪਈ। ਮੇਰਾ ਰੋਣ ਨਿਕਲ ਗਿਆ, ਮੇਰਾ ਮੂੰਹ ਮੇਰੇ ਹੱਥਾਂ ਦੇ ਘੇਰੇ 'ਚ ਲੁਕ ਗਿਆ। ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ, ਮੈਂ ਸੋਚਿਆ ਵੀ ਨਹੀਂ ਸੀ ਕਿ ਤੁਸੀਂ ਇਸ ਤਰ੍ਹਾਂ ਸੋਚੋਗੇ। ਇਹ ਗੱਲ ਅੱਜ ਤੋਂ 24-25 ਸਾਲ ਪੁਰਾਣੀ ਹੈ, 80-81 ਦੀ, ਜਦੋਂ ਉਹ ਸੰਗਰੂਰ ਤੋਂ ਬਦਲ ਕੇ ਦਰਿਆ ਬਿਆਸ ਦੇ ਕੰਢੇ ਵਾਸਤੇ ਤਹਿਸੀਲ ਸੁਲਤਾਨਪੁਰ ਲੋਧੀ ਦੇ ਇਸ ਪਿੰਡ ਦੇ ਸਕੂਲ 'ਚ ਆਈ ਸੀ। ਹਿੰਦੀ ਟੀਚਰ ਸੀ, ਉਹਦੇ ਮਾਪੇ ਇੱਥੇ ਕਪੂਰਥਲੇ ਸ਼ਹਿਰ 'ਚ ਹੀ ਰਹਿੰਦੇ ਸੀ। ਮੈਂ ਇਸ ਸਕੂਲ 'ਚ ਕਲਰਕ ਦੀ ਪੋਸਟ 'ਤੇ ਕੰਮ ਕਰ ਰਿਹਾ ਸੀ। ਜਦੋਂ ਹਾਜ਼ਰੀ ਰਿਪੋਰਟ ਲਿਖਣ ਲਈ ਉਹ ਮੇਰੇ ਦਫ਼ਤਰ 'ਚ ਆਈ ਤਾਂ ਉਹਦੀ ਬੋਲਚਾਲ ਤੋਂ ਮੈਨੂੰ ਉਹਦਾ ਸੁਭਾਅ ਹੱਸਣ ਖੇਡਣ ਅਤੇ ਮਿਲਣਸਾਰ ਲੱਗਾ ਸੀ। ਉਸ ਤੋਂ ਪਹਿਲਾਂ ਉਸ ਵਾਂਗ ਹੀ ਕੋਈ ਹੋਰ ਵੀ ਮਿਲੇ ਸੀ ਅਤੇ ਉਹ ਜਿਸ ਤਰ੍ਹਾਂ ਆਏ ਉਸੇ ਤਰ੍ਹਾਂ ਚਲੇ ਗਏ। ਮੈਂ ਕਿਸੇ ਵੱਲ ਜ਼ਿਆਦਾ ਵੱਧਦਾ ਵੀ ਨਹੀਂ। ਮੇਰਾ ਇਹ ਨਿਯਮ ਰਿਹਾ ਕਿ ਮੈਂ ਜਿਹਨੂੰ ਵੀ ਮਿਲਦਾ ਬਿਨਾਂ ਕਿਸੇ ਮਤਲਬ ਦੇ ਹੀ ਮਿਲਦਾ ਅਤੇ ਕਿਸੇ ਕਪਟ ਤੋਂ ਬਿਨਾਂ ਵੀ। ਜੇ ਅਗਲਾ ਮੇਰੇ ਵੱਲ ਇੱਕ ਕਦਮ ਵੱਧਦਾ ਹੈ ਤਾਂ ਮੈਂ ਉਸ ਵੱਲ ਦੋ ਕਦਮ ਵਧਾਉਣ ਤੋਂ ਵੀ ਸੰਕੋਚ ਨਹੀਂ ਕਰਦਾ, ਪਰ ਜੇ ਅਗਲਾ ਇੱਕ ਕਦਮ ਪਿਛਾਂ ਹਟਦਾ ਹੈ ਤਾਂ ਮੈਂ ਉਹ ਤੋਂ 4 ਕਦਮ ਪਿਛਾਂ ਖਿੱਚਣ ਦੀ ਕੋਸ਼ਿਸ਼ ਕਰਦਾ। ਥੋੜ੍ਹੇ ਜਿਹੇ ਦਿਨਾਂ 'ਚ ਹੀ ਮੈਂ ਦੇਖਿਆ ਕਿ ਉਹ ਮੇਰੇ ਵੱਲ ਹੱਦੋਂ ਵੱਧ ਰਹੀ ਸੀ। ਸ਼ਕਲ ਸੂਰਤ ਤੋਂ ਕੋਈ ਇੰਨੀ ਹੁਸੀਨ ਨਹੀਂ ਸੀ ਕਿ ਕੋਈ ਪਹਿਲੀ ਨਜ਼ਰ ਹੀ ਉਹਦੇ ਵੱਲ ਖਿੱਚਿਆ ਜਾਏ। ਰੰਗ ਵੀ ਥੋੜ੍ਹੀ ਜਿਹੀ ਕਾਲੀ ਭਾਅ ਮਾਰਦਾ ਸੀ, 30-32 ਸਾਲ ਉਮਰ ਲੱਗਦੀ ਸੀ। ਮੇਰੇ ਨਾਲੋਂ ਕਈ ਸਾਲ ਵੱਡੀ ਸੀ। ਨੇੜਤਾ ਲਈ ਮੈਂ ਕਦੇ ਉਮਰ ਦੇ ਚੱਕਰਾਂ 'ਚ ਨਹੀਂ ਪਿਆ। ਮੇਰੀ ਬਹਿਣੀ ਉੱਠਣੀ ਹਮੇਸ਼ਾ ਆਪਣੇ ਤੋਂ ਵੱਡੀ ਉਮਰ ਦੇ ਲੋਕਾਂ ਨਾਲ ਹੀ ਰਹੀ ਹੈ। ਬੰਦਾ ਕੁਝ ਨਾ ਕੁਝ ਸਿੱਖਦਾ ਹੀ ਹੈ ਇਹਨਾਂ ਦੀ ਸੰਗਤ 'ਚੋਂ, ਸ਼ਕਲਾਂ 'ਚ ਕੀ ਰੱਖਿਆ। ਉਹ ਆਪਣੇ ਆਪ ਨੂੰ ਬੜਾ ਸਵਾਰਨ ਦੀ ਕੋਸ਼ਿਸ਼ ਕਰਦੀ ਪਰ ਜੱਚਦੀ ਨਾ। ਸੈਕਸ ਅਪੀਲ ਤਾਂ ਹੈ ਹੀ ਨਹੀਂ ਸੀ ਉਹਦੇ 'ਚ। ਪਤਾ ਨਹੀਂ ਕਿਹਨੇ ਉਹਦਾ ਨਾਂ ਪ੍ਰੀਤ ਰੱਖ ਦਿੱਤਾ ਸੀ। ਇੱਕ ਅਜੀਬ ਤਰ੍ਹਾਂ ਦੀ ਭੁੱਖ ਜਿਹੀ, ਪਿਆਸ ਜਿਹੀ ਉਹਦੀਆਂ ਨਜ਼ਰਾਂ 'ਚ ਹਰ ਵੇਲੇ ਛਾਈ ਰਹਿੰਦੀ, ਜਿਸ ਬਾਰੇ ਅੱਜ ਤੱਕ ਮੈਂ ਕਦੇ ਸੋਚਿਆ ਵੀ ਨਹੀਂ ਸੀ। ਮੇਰਾ ਸੁਭਾਅ ਪਹਿਲਾਂ ਤੋਂ ਹੀ ਸ਼ੁਗਲੀਆ ਰਿਹਾ ਹੈ। ਫਜ਼ੂਲ ਦਾ ਬੋਝ ਮੈਂ ਮਨ ਉੱਪਰ ਕਦੇ ਨਹੀਂ ਪੈਣ ਦਿੰਦਾ। ਮੈਂ ਨਹੀਂ ਚਾਹੁੰਦਾ ਸੀ ਕਿ ਮੈਂ ਇਸ ਤਰ੍ਹਾਂ ਦੀ ਕਿਸੇ ਤੋਹਮਤ ਦੀ ਵਜ੍ਹਾ ਨਾਲ ਜਲੀਲ ਹੋਵਾਂ। ਮੇਰੇ ਸਾਥੀਆਂ ਦੀ ਨਿਗਾਹ ਸਾਡੇ ਉੱਤੇ ਪੈ ਗਈ ਸੀ ਅਤੇ ਉਹ ਮੈਨੂੰ ਇਸ ਬਾਰੇ ਛੇੜਦੇ ਵੀ ਰਹਿੰਦੇ। ਮੈਂ ਗੱਲ ਆਈ ਗਈ ਕਰ ਦਿੰਦਾ। ਤੀਵੀਂ ਨੂੰ ਤੀਵੀਂ ਕਹਿੰਦੀ, ਸ਼ਾਇਦ ਅਜੇ ਜੱਕ ਜਾਂਦੀ ਹੋਏਗੀ, ਪਰ ਆਦਮੀ ਨੂੰ ਆਦਮੀ ਫਜ਼ੂਲ 'ਚ ਹੀ ਕੁਝ ਕਹਿ ਜਾਂਦੀ ਹੈ। ਮੈਨੂੰ ਉਹਦੀ ਕੋਈ ਸਮਝ ਨਹੀਂ ਸੀ ਆ ਰਹੀ, ਉਹ ਮੇਰੇ ਵੱਲ ਹੀ ਕਿਉਂ ਵੱਧ ਰਹੀ ਸੀ। ਮੈਂ ਉਹਨੂੰ ਰੋਕਣਾ ਚਾਹਿਆ। ਇੱਕ ਦਿਨ ਪਤਾ ਨਹੀਂ ਕੀ ਗੱਲ ਚੱਲੀ ਸੀ ਕਿ ਮੈਂ ਵੀ ਕੋਈ ਗੱਲ ਕਹਿ ਦਿੱਤੀ, ਯਾਦ ਵੀ ਹੈ ਪਰ ਮੈਂ ਕਹਿਣੀ ਨਹੀਂ ਚਾਹੁੰਦਾ। ਤਦ ਉਹਨੇ ਕੁਝ ਕਿਹਾ ਸੀ ਤਾਂ ਮੈਂ ਕਿਹਾ ਕਿ ਮੈਂ ਇੰਨਾ ਫਰੈਂਕ ਨਹੀਂ ਹਾਂ, ਅਤੇ ਉਹਨੇ ਕਿਹਾ ਕਿ ਤੂੰ ਕਦੇ ਫਰੈਂਕ ਹੋਈ ਵੀ ਨਾ, ਤਾਂ ਉਹ ਮੈਨੂੰ ਬੜੀ ਚੰਗੀ ਲੱਗੀ ਸੀ। ਪਰ ਇਸ ਗੱਲ ਨੂੰ ਮੈਂ ਜ਼ਿਆਦਾ ਸੋਚਿਆ ਨਹੀਂ ਸੀ, ਉੱਥੇ ਦੀ ਉੱਥੇ ਛੱਡ ਦਿੱਤੀ ਸੀ। ਡੀਓ ਦਫ਼ਤਰ ਦੀ ਇੱਕ ਕੁੜੀ ਨੇ ਵੀ ਇੱਕ ਵਾਰ ਕਿਹਾ ਸੀ, ਸੱਜਣਾ ਤੂੰ ਕਿਸੇ ਨੂੰ ਸਪੇਅਰ ਨਹੀਂ ਕਰ ਸਕਦਾ। ਤਾਂ ਮੈਂ ਇਹਦਾ ਸਿੱਧਾ ਜਿਹਾ ਅਰਥ ਕੱਢਿਆ ਸੀ ਜਿਵੇਂ ਉਹ ਕਹਿ ਰਹੀ ਹੋਵੇ, ਸੱਜਣਾ ਤੂੰ ਕਿਸੇ ਨੂੰ ਸੁੱਕਾ ਨਹੀਂ ਛੱਡ ਸਕਦਾ। ਇਹਨੀ ਦਿਨੀ ਮੈਂ ਇਸ ਪਿੰਡ 'ਚ ਮਕਾਨ ਕਿਰਾਏ 'ਤੇ ਲੈ ਕੇ ਰਹਿ ਰਿਹਾ ਸੀ। ਉਦੋਂ ਇਹ ਇਲਾਕਾ ਹਰ ਇੱਕ ਪੱਖੋਂ ਬੜਾ ਪਛੜਿਆ ਹੋਇਆ ਸੀ। ਚਾਰੇ ਪਾਸੇ ਬੰਜਰ ਜ਼ਮੀਨ ਸੀ, ਖੇਤਾਂ 'ਚ ਜਿਪਸਮ ਨਾਲ ਭਰੇ ਬੋਰਿਆਂ ਦੇ ਢੇਰ ਲੱਗੇ ਰਹਿੰਦੇ। ਲੋਕ ਹੌਲੀ ਹੌਲੀ ਖੇਤਾਂ ਨੂੰ ਫਸਲ ਬੀਜਣ ਯੋਗ ਬਣਾ ਰਹੇ ਸਨ। ਵਿਧੀਪੁਰੀਆ ਸਰਦਾਰ ਆਤਮਾ ਸਿੰਘ ਅਤੇ ਸੈਦਪੁਰੀਆ ਸਰਦਾਰ ਬਲਵੰਤ ਸਿੰਘ ਜਦੋਂ ਦੇ ਮਿਨਿਸਟਰ ਬਣੇ ਸੀ, ਇਸ ਇਲਾਕੇ ਦੇ ਕਾਫ਼ੀ ਮੁੰਡੇ ਕੁੜੀਆਂ ਸਰਕਾਰੀ ਨੌਕਰੀ 'ਚ ਆ ਗਏ ਸੀ, ਕਈ ਸਕੂਲ ਅਪਗ੍ਰੇਡ ਹੋ ਗਏ ਸੀ। ਗੋਇੰਦਵਾਲ ਸਾਹਿਬ ਨੂੰ ਜਾਣ ਲਈ ਬਿਆਸ ਦਰਿਆ 'ਤੇ ਪੱਕਾ ਪੁਲ ਬਣ ਗਿਆ ਸੀ, ਸੜਕ ਵੀ ਪਹਿਲਾਂ ਨਾਲੋਂ ਖੁੱਲ੍ਹੀ ਅਤੇ ਪੱਕੀ ਬਣ ਗਈ ਸੀ। ਉੱਧਰ ਨੂੰ ਜਾਣਾ ਸੁਖਾਲਾ ਹੋ ਗਿਆ ਸੀ, ਪਹਿਲਾਂ ਲੋਕ ਬੇੜੀ ਰਾਹੀਂ ਹੀ ਦਰਿਆ ਪਾਰ ਆਉਂਦੇ ਜਾਂਦੇ ਸੀ, ਅਜੇ ਵੀ ਕਈ ਪਿੰਡਾਂ ਨੂੰ ਲੋਕ ਬੇੜੀ ਰਾਹੀਂ ਹੀ ਪਹੁੰਚਦੇ ਸੀ। ਉਸ ਸਮੇਂ ਸਿੱਧੀ ਭਰਤੀ ਘੱਟ ਹੀ ਹੁੰਦੀ ਸੀ, ਕਰਮਚਾਰੀ
एडहॉक बेसिस से रखे जाते सी जो बाद कई साल की नौकरी होने पिछों सरकार की किसी पॉलिसी तहत रेगूलर किए जाते सी। कई कर्मचारी क्योंकि दूसरे जिले के होंगे सी जां घरां तो दूर होंगे सन ड्यूटी वाले पिंडां च ते जां ड्यूटी वाली जगह से लागले पिंडां च किराए के मकानां च रह लैंदे सी। पिंडां च ज़्यादा सहूलतां नहीं सी हुंदियां, रोटी आप ही बनाउणी पैंदी सी, कपड़ा लत्ता आप ही धोना पैंदा सी, गल की घर का सारा काम आप ही करना पैंदा सी। कदे कदे घूमण फिरन कपूरथले शहर आ जाईदा सी। कई बार जिला दफ्तर च कोई काम हुंदा तां वी इत्थे आउणा पैंदा सी। उस दिन रात की रोटी शहर चो खा के घर वड़ीदा सी। एक दिन अचानक मैं उहदे घर चला गया, जां समझो जाणा पिया। उस दिन भी शहर कोई मीटिंग सी, शाम नूं रेलवे स्टेशन वल फिरदिआं नूं मिल गई। उहदा घर उत्थों नेड़े ही सी। उहदे जोर देण ते मैं उस नाल घर जाणा मन लिया सी। उहदा बाप जिले का कोई अफसर सी, पता नहीं उहनां दा अपना सी जां सरकार वल्लों मिलिआ होइआ सी। उह घर जिथे उह लै के गई उहदी उच्ची ते वड्डी कोठी देख के मैं बाहर गेट उत्तों ही मुड़ आउणा चाहिआ। इह उहदी बेनती समझो कि मैं अंदर चला गया। घर च होर कोई नहीं सी, गेट का जिंदरा भी तो उसे नहीं खोलिया सी। मैनू बड़ा उपरा उपरा लग रहा सी। मैं एक पासे पई बैंत की कुर्सी ते बह गया ते इह सच है कि मैं सीधा सोफे ते ही बहिंदा जेकर मेरी चंचलता पहलां दी तरह गंभीर ना होई हुंदी। बहन तो पहलां भी पुछ ही लिया बह जावां, इह भी कोई पुछण वाली गल है, वह कहन लगी। फिर वह चाह चुक लिया। चंगा मैं चलदा, मैं क्या चाह। उहदा चेहरा सवाल बनिया, मेरे वल तकन लगा। फिर कते पीती जाऊ, मैं कहा सी। फिर तैनू इत्थे लियावेगा कौन, उहने डूंघा साह भरदिआं कहा। ते है भी सच, किन्ना सच सी उहदे शब्दां च। मैं मुड़ के उहदे घर जाण बारे सोचणा भी नहीं सी। मैं तुरिया हौली जी बोली, अज रहि ला तां नो, मैं कहा। मतलब नहीं तां इहदे लाल लाल भखदे चेहरे ते एक मासूम जी काली परत घुम गई। सजणा तू तो इंज कहना जिवें मैथों बहुत तंग होवें। तंग ही तो हाँ, मेरे मूँह निकलिया तो होर भी मायूस हो गई। मैं आ गया, यह दिन मेरे लिए एक वरदान साबित होया सी। हुण मैं उहनूं सौखे ही अपने तो परे हटा सकता सी। मैनूं एक बहाना मिल गया सी, राह मिल गया सी, पर दिलों उहनूं इन्नी जल्दी परे नहीं सी कर सकिया। अगले दिन ही मैं उहनूं एक खत लिखिया उहदी डायरी च, क्योंकि उहदी डायरी ते होर निक सुक मेरे मेज़ के दराज से पिया रहिंदा सी, जां समझो रख चढ़दी सी। प्रीत सोचिया तां कुछ होर सी, पर बन कुछ होर ही गया। मैनूं नहीं सी पता कि तू इस तरह की होएंगी। तू अमीर घर की बेटी है, तेरी वड्डी कोठी मेरी झोंपड़ी तो बहुत उच्ची है। कल मैं तेरे घर गया तां मैनूं मेरा अपना आप बहुत छोटा छोटा जिहा लग्या। तेरे घर की चाह, मैं उत्थों निकलण लई बड़ा उतावला सी। मैनूं घबराहट जी होण लग पई सी। मैं तेरे नाल किसी मंजिल तक पूरा नहीं उतर सकता। बड़ा फर्क है तेरे ते मेरे विच। मैनू आस है कि तू मैनू समझण की कोशिश करेंगी। तू सियाणी भी है ते समझदार भी। जे तू ये गलत समझे तो मैं समझांगा कि तू मेरे नाल तां करना ही करना, खुद अपने नाल भी धोखा कर रही है। जिंदगी च मैं बहुत धोखे खाते हैं ते मैनू पता है कि मैनू एक होर धोखे का सामना भी करना पएगा। तेरा शुभ चिंतक सज्जण। इन्हां लिख के मैं समझिया सी कि मेरे दिल ते पिया बोझ हिक ते पए पत्थर दी तरह एक पासे नूं सरक गया ते मैं खुश सी। हुण पत्थर खुद आप बुड़क के तां मुड़ हिक ते डिगण नहीं लगा, पर अज उहदा खत पढ़ के मैं ठर जिहा गया सी, जिवें किसे ने मैनूं बर्फ दे ढेर च दबा दित्ता होवे। उह मिली, उहदे चेहरे ते इक खामोशी तनाव ते अखां च इक सवाल जिहा उकरिया पिया सी, जिहनूं पढ़ना मेरे लई कोई औखी गल नहीं सी। एक टक उहने मेरे वल वेख्या, मैनूं लगा कि उह बस रोई के रोई, पर उह शांत सी। सजणा मैनूं समझ नहीं पई कि तू चीज़ की है, उहने अपने आप नूं संभालदिआं पुछिआ। तैनूं की समझ पएगी मेरी, मैनूं तां मेरे घर दे कुछ नहीं समझ सके, तू की समझेंगी। फिर तां तेरे नाल कोई गल करनी फजूल है। गल कोई भी फजूल नहीं हुंदी जे उहनूं किसे हिसाब नाल कीता जाए। ते तू हिसाब दस दे, हुण नहीं फिर कदे दसांगा। मैं उहनूं समझाउण की कोशिश की, पर गल कोई बनी ना। प्रीत तू मूर्ख है, मैं कह बैठा, ते तू बहुत सियाणा है, वह मैनूं चमक के पई। नहीं, मैं तो आप मूर्ख हाँ, शायद तेरे तो भी ज़्यादा। तू जिन्नी शैतान ते चलाक है उन्नी ज़्यादा मूर्ख भी। जिहड़ा बंदा अपने आप च जिन्ना चलाक बनता है मैं उहनूं उन्ना ज़्यादा मूर्ख समझदा। तो मूर्ख आदमी नूं मैं कुछ कहिंदा ही नहीं।
ਮੈਂ ਉਹਨੂੰ ਕਈ ਚਲਾਕ ਆਦਮੀਆਂ ਦੀਆਂ ਮਿਸਾਲਾਂ ਵੀ ਦਿੱਤੀਆਂ ਜਿਨ੍ਹਾਂ ਨੂੰ ਮੈਂ ਕੁਝ ਨਹੀਂ ਸੀ ਸਮਝਦਾ। ਚੰਗਾ ਸੱਜਣਾ, ਮੈਂ ਮੂਰਖ ਹੀ ਸਹੀ, ਪਰ ਹੁਣ ਮੈਂ ਤੈਨੂੰ ਸਿਆਣੀ ਬਣ ਕੇ ਦਿਖਾਵਾਂਗੀ। ਉਹ ਮੰਨ ਗਈ। ਹੁਣ ਮੈਂ ਆਪਣੇ ਆਪ 'ਚ ਕੁਝ ਰਾਹਤ ਜਿਹੀ ਮਹਿਸੂਸ ਕਰ ਰਿਹਾ ਸੀ। ਸਾਰੀਆਂ ਸੋਚਾਂ ਮੈਂ ਇੱਕ ਝਟਕੇ ਨਾਲ ਪਰੇ ਵਗਾ ਮਾਰੀਆਂ ਸੀ। ਮੇਰੇ ਲਈ ਪ੍ਰੀਤ ਕੁਝ ਵੀ ਨਹੀਂ ਸੀ, ਪਰ ਮੇਰਾ ਇੱਕ ਅਧਿਆਪਕ ਸਾਥੀ ਜਸਪਾਲ ਸਿੰਘ, ਜਿਹੜਾ ਮੇਰੇ ਨਾਲ ਹੀ ਇਸੇ ਸਕੂਲ 'ਚ ਪੜ੍ਹਾਉਂਦਾ ਸੀ ਤੇ ਕਿਰਾਏ ਤੇ ਰਹਿੰਦਾ ਵੀ ਮੇਰੇ ਨਾਲ ਹੀ ਸੀ, ਕਦੇ ਭਾਬੀ ਤੋਂ ਬਿਨਾਂ ਨਹੀਂ ਸੀ ਬੋਲਦਾ। ਉਹ ਮੁਕਤਸਰ ਜ਼ਿਲ੍ਹੇ ਦਾ ਸੀ। ਭਾਬੀ ਕੀ ਕਹਿੰਦੀ ਹੈ, ਭਾਬੀ ਕੀ ਕਰਦੀ ਹੈ, ਭਾਬੀ ਇਹ ਹੈ, ਭਾਬੀ ਉਹ ਆ, ਮੈਨੂੰ ਬੜਾ ਗੁੱਸਾ ਆਉਂਦਾ ਉਸ ਉੱਪਰ ਵੀ ਤੇ ਪ੍ਰੀਤ ਉੱਪਰ ਵੀ। ਪ੍ਰੀਤ ਉੱਪਰ ਇਸ ਕਰਕੇ ਕਿ ਉਹ ਸਿਆਣੀ ਨਹੀਂ, ਪਹਿਲਾਂ ਨਾਲੋਂ ਵੀ ਨਿਆਣੀ ਬਣ ਗਈ ਸੀ। ਉਹਦੀਆਂ ਸ਼ਰਾਰਤਾਂ ਹੋਰ ਵੱਧ ਗਈਆਂ। ਮੈਨੂੰ ਉਹ ਕੁਝ ਵੀ ਕਰਨ ਨਾ ਦਿੰਦੀ। ਜੇ ਕੁਝ ਲਿਖਦਾ ਹੋਵਾਂ ਤਾਂ ਉਹ ਕਾਗਜ਼ ਚੁੱਕ ਕੇ ਪਰੇ ਵਗਾ ਮਾਰਦੀ। ਕਈ ਵਾਰੀ ਤਾਂ ਕਾਰਬਨ ਲੱਗੀਆਂ ਕਾਪੀਆਂ ਮੈਨੂੰ ਦੁਬਾਰਾ ਤਿਆਰ ਕਰਨੀਆਂ ਪੈਂਦੀਆਂ। ਮੈਨੂੰ ਡਰ ਲੱਗਦਾ ਕਿਤੇ ਮੈਥੋਂ ਗੁੱਸੇ 'ਚ ਉਹਨੂੰ ਉਹਦੇ ਕੁਛ ਮਾਰ ਨਾ ਬੈਠਾ ਜਾਂ ਉਹੀ ਖਾ ਨਾ ਬਹਿ, ਪਰ ਮੈਂ ਸ਼ਾਂਤ ਰਿਹਾ। ਮੈਂ ਉਹਨੂੰ ਬੁਲਾਉਣਾ ਛੱਡ ਦਿੱਤਾ। ਮੈਨੂੰ ਉਹਦੀ ਸ਼ਕਲ ਵੀ ਚੰਗੀ ਨਾ ਲੱਗਦੀ। ਐਵੇਂ ਉਹ ਦਫ਼ਤਰ ਦੇ ਚੱਕਰ ਕੱਢਦੀ ਰਹਿੰਦੀ। ਮੈਂ ਉਸ ਵੱਲ ਅੱਖ ਪੁੱਟ ਕੇ ਵੀ ਨਾ ਵੇਖਦਾ। ਜੇ ਕਦੇ ਨਜ਼ਰ ਮਿਲ ਵੀ ਜਾਂਦੀ ਤਾਂ ਮੈਨੂੰ ਉਹਦੇ ਚਿਹਰੇ 'ਤੇ ਤਣਾਅ, ਬੁੱਲਾਂ 'ਤੇ ਵਿਅੰਗ ਤੇ ਅੱਖਾਂ 'ਚ ਇੱਕ ਕਹਿਰ ਨਜ਼ਰ ਆਉਂਦਾ ਤੇ ਮੱਥੇ 'ਤੇ ਪਈਆਂ ਤਿਉੜੀਆਂ ਉਹਨੂੰ ਹੋਰ ਵੀ ਜ਼ਹਿਰੀਲਾ ਬਣਾ ਦਿੰਦੀਆਂ। ਮੇਰੇ ਨਾਲ ਅੱਖ ਮਿਲਦਿਆਂ ਹੀ ਉਹਦਾ ਗੁੱਸਾ ਕਿਤੇ ਹਵਾ ਹੋ ਜਾਂਦਾ ਤੇ ਮੁਸਕਰਾ ਪੈਂਦੀ। ਸ਼ਾਇਦ ਮੈਂ ਉਸ ਲਈ ਹੱਸ ਹੀ ਪਵਾਂ, ਪਰ ਮੇਰੇ ਬੁੱਲ ਸੀਤੇ ਰਹਿੰਦੇ ਤੇ ਜੇ ਹਿਲਦੇ ਵੀ ਤਾਂ ਸਿਰਫ ਇੱਕ ਓਪਰੇ ਜਿਹੀ ਮੁਸਕਰਾਹਟ ਘੇਰ ਦਿੰਦੇ। ਜਦੋਂ ਕੋਈ ਸ਼ਖਸ ਕਿਸੇ ਚੀਜ਼ ਤੋਂ ਪਰੇ ਖਿਸਕਣਾ ਚਾਹੁੰਦਾ ਹੈ ਤਾਂ ਉਹ ਜ਼ਾਹਿਰਾ ਤੌਰ 'ਤੇ ਖਿਸਕ ਕੇ ਵੀ ਮਾਨਸਿਕ ਤੌਰ 'ਤੇ ਉਸ ਵੱਲ ਜ਼ਿਆਦਾ ਖਿੱਚਿਆ ਜਾਂਦਾ ਹੈ। ਮੈਂ ਵੀ ਉਸਨੂੰ ਕਿਤਾਬ 'ਚੋਂ ਪਾੜੇ ਕਿਸੇ ਵਰਕੇ ਵਾਂਗ ਭੁਲਾਉਣ ਦੀ ਕੋਸ਼ਿਸ਼ ਕਰਦਾ, ਪਰ ਜਦੋਂ ਮੇਰੇ ਸਾਹਮਣੇ ਆ ਖੜੀ ਹੁੰਦੀ ਤਾਂ ਇੱਕ ਤਰਸ ਜਿਹਾ ਮੇਰੇ ਅੰਦਰੋਂ ਮੈਨੂੰ ਹਲੂਣ ਦਿੰਦਾ। ਅਹਿਸਾਸ ਹਰ ਆਦਮੀ ਦੀ ਰੂਹ 'ਚੋਂ ਨਿਕਲਿਆ ਸੱਚ ਹੁੰਦਾ, ਜਿਵੇਂ ਮੌਤ ਨੂੰ ਝੁਠਲਾਇਆ ਨਹੀਂ ਜਾ ਸਕਦਾ, ਇਵੇਂ ਆਪਣੇ ਅਹਿਸਾਸ ਨੂੰ ਝੁਠਲਾਉਣਾ ਆਪਣੇ ਆਪ ਨਾਲ ਧੋਖਾ ਹੁੰਦਾ। ਉਹ ਮੇਰੇ ਕੋਲ ਕੁਝ ਗੱਲਾਂ ਦਾ ਝੂਠ ਮਾਰ ਗਈ ਸੀ। ਭਲਾ ਝੂਠ ਨਾਲ ਵੀ ਵਿਸ਼ਵਾਸ ਜਿੱਤ ਹੁੰਦਾ? ਝੂਠਾ ਬੰਦਾ ਤਾਂ ਆਪਣਾ ਵਕਾਰ ਆਪ ਗਵਾਉਂਦਾ। ਸੱਜਣਾ ਮਰ ਪਰੇ, ਮੈਂ ਆਪਣੇ ਆਪ 'ਚ ਹੀ ਕਹਿ ਉੱਠਦਾ। ਆਦਮੀ ਕਈ ਵਾਰੀ ਸੋਚਾਂ ਦੇ ਸ਼ਿਕੰਜੇ 'ਚ ਇਸ ਤਰ੍ਹਾਂ ਜਕੜਿਆ ਜਾਂਦਾ ਹੈ ਕਿ ਉਹ ਇਹਨਾਂ ਤੋਂ ਆਜ਼ਾਦ ਹੋਣ ਲਈ ਮਰਨ ਦੀ ਸੋਚਦਾ। ਪਰ ਮਰਨਾ ਕਿੰਨਾ ਮੁਸ਼ਕਿਲ ਹੈ, ਮੈਂ ਮਨ ਮਾਰ ਕੇ ਹੀ ਸਮਝ ਸਕਿਆ। ਮੌਤ ਤਾਂ ਹਰ ਇੱਕ ਨੂੰ ਆਉਣੀ ਹੈ, ਪਰ ਕੌਣ ਦਿਲੋਂ ਚਾਹੁੰਦਾ ਕਿ ਮੈਂ ਹੁਣੇ ਮਰ ਜਾਵਾਂ? ਤੇ ਉਸ ਵੇਲੇ ਉਹ ਹੌਲੀ ਹੌਲੀ ਮਰਦਾ। ਜ਼ਹਿਰ ਖਾਣੀ ਵੀ ਬਹੁਤ ਮੁਸ਼ਕਿਲ ਜਿਹੀ ਲੱਗਦੀ ਹੈ, ਪਰ ਫਿਰ ਵੀ ਉਹ ਕਿਸੇ ਮਿੱਠੀ ਜ਼ਹਿਰ ਨੂੰ ਆਪਣੇ ਦੋਸਤ ਬਣਾ ਲੈਂਦਾ, ਜਿਹੜੀ ਹੌਲੀ ਹੌਲੀ ਉਹਨੂੰ ਲੱਕੜੀ ਦੇ ਘੁਣ ਵਾਂਗ ਖਾ ਜਾਂਦੀ ਹੈ, ਚਾਹੇ ਉਹ ਸ਼ਰਾਬ, ਅਫੀਮ, ਭੰਗ, ਡੋਡੇ, ਚਰਸ, ਮੈਂ ਕੁਝ ਵੀ ਕਿਉਂ ਨਾ ਹੋਵੇ। ਮੇਰਾ ਵੀ ਹੁਣੇ ਹੀ ਹਾਲ ਸੀ। ਦਿਲ ਦੀਆਂ ਸੋਚਾਂ ਤੋਂ ਖਹਿੜਾ ਛੁਡਾਉਣ ਲਈ ਮੈਂ ਹੁਣੇ ਕੰਮ ਵੀ ਕਰਨ ਲੱਗ ਪਿਆ ਸੀ। ਦੇਖਣ ਵਾਲਾ ਕਹਿੰਦਾ ਵੀ ਤੈਨੂੰ ਕਿਹਨੇ ਕਿਹਾ ਇਹ ਕੰਮ ਕਰਨ ਲਈ, ਕਿਹਦੀ ਸੁਸਾਇਟੀ 'ਚੋਂ ਸਿੱਖਿਆ? ਪਰ ਕਿਸੇ ਨੂੰ ਕੀ ਪਤਾ ਕਿ ਇਹ ਸਭ ਕੁਝ ਆਪ ਸਹੇੜਿਆ ਜਾਂਦਾ। ਕੋਈ ਕਿਸੇ ਨੂੰ ਖਰਾਬ ਨਹੀਂ ਕਰਦਾ, ਬੰਦਾ ਖੁਦ ਕਰਦਾ। ਸੁਸਾਇਟੀ ਕਿਸੇ ਦੇ ਮੂੰਹ 'ਚ ਨਹੀਂ ਪਾਉਂਦੀ। ਇਹ ਠੀਕ ਹੈ ਕਿ ਯਾਦਾਂ ਕਦੇ ਭੁੱਲਦੀਆਂ ਨਹੀਂ, ਜਿਹੜੀਆਂ ਭੁੱਲੀ ਗਈਆਂ ਉਹ ਯਾਦਾਂ ਕਿਵੇਂ ਹੋਈਆਂ? ਹਾਂ, ਕਈ ਵਾਰੀ ਅਤੀਤ ਦੀਆਂ ਤਸਵੀਰਾਂ, ਜਿਹੜੀਆਂ ਮਨਮੋਹਕ ਵੀ ਹੋ ਸਕਦੀਆਂ ਤੇ ਗਮ ਦੀਆਂ ਭਰੀਆਂ ਵੀ, ਜਿਨ੍ਹਾਂ ਨੂੰ ਅਸੀਂ ਜਾਂ ਸਮਝੋ ਸਮੇਂ ਦੀ ਲਪੇਟ ਅੱਖੋਂ ਓਹਲੇ ਕਰ ਦਿੰਦੇ ਹਾਂ, ਸਾਡੇ ਜ਼ਹਿਨ ਦੀ ਕਿਸੇ ਨੁਕਰੇ ਸ਼ਾਂਤ ਸੁਭਾਅ ਲੱਗੀਆਂ ਰਹਿੰਦੀਆਂ ਹਨ। ਅਚਾਨਕ ਉਸ ਸਥਾਨ ਦੇ ਸਾਹਮਣੇ ਆ ਜਾਣ ਕਰਕੇ ਜਾਂ ਉਸ ਮੋੜ 'ਤੇ ਜਿਸ ਨਾਲ ਉਹ ਯਾਦ ਜੁੜੀ ਹੁੰਦੀ ਹੈ, ਇੱਕਦਮ ਉਹ ਤਸਵੀਰ ਸਾਡੇ ਜ਼ਹਿਨ ਦੇ ਪਰਦੇ ਉੱਪਰ ਖਿਸਕ ਆਉਂਦੀ ਹੈ। ਮੰਜੇ 'ਤੇ ਲੰਮਾ ਪਿਆ ਮੈਂ ਅਤੀਤ ਦੀ ਗਹਿਰੀ ਖਾਈ 'ਚ ਜਾ ਡਿੱਗਿਆ। ਅੰਗ ਦੂਸਰਾ। ਉਦੋਂ ਮੈਂ 10ਵੀਂ ਪਾਸ ਕੀਤੀ ਸੀ ਤੇ ਕਾਲਜ ਜੁਆਇਨ ਕਰਨਾ ਹੀ ਸੀ ਜਦੋਂ ਮੇਰੀ ਬਿੰਦਰ ਨਾਲ ਮੁਲਾਕਾਤ ਹੋਈ। ਉਹ ਮੇਰੇ ਪਿੰਡ ਦੀ ਕੁੜੀ ਸੀ, ਸਿੱਧੀ ਸਾਦੀ, ਭੋਲੀ ਭਾਲੀ ਤੇ ਨਟਖਟ ਜਿਹੀ। ਮੇਰੇ ਇੱਕ ਦੋਸਤ ਦੀ ਕਿਸੇ ਹੋਰ ਕੁੜੀ ਨਾਲ ਗੱਲਬਾਤ ਸੀ, ਪਿਆਰ ਸੀ, ਮਿੱਤਰਚਾਰਾ ਸੀ। ਕਾਲਜ ਅਜੇ ਖੁੱਲ੍ਹੇ ਨਹੀਂ ਸੀ, ਵਿਹਲਾ ਹੋਣ ਕਰਕੇ ਮੈਂ ਕਦੇ ਕਦੇ ਉਸ ਨਾਲ ਚਲਾ ਜਾਂਦਾ। ਉਹ ਆਪਣੀ ਪ੍ਰੇਮਿਕਾ ਨਾਲ ਗੱਲਾਂ ਮਾਰਦਾ ਰਹਿੰਦਾ, ਮੈਂ ਪਰੇ ਬੈਠਾ ਕੁਝ ਨਾ ਕੁਝ ਸੋਚੀ ਜਾਂਦਾ। ਸਕੂਲ 'ਚ ਪੜ੍ਹਦਿਆਂ ਮੇਰਾ ਕੁੜੀਆਂ ਨਾਲ ਕਦੇ ਵਾਹ ਨਹੀਂ ਸੀ ਪਿਆ। ਮੁੰਡਿਆਂ ਦਾ ਸਕੂਲ ਵੱਖਰਾ ਸੀ ਤੇ ਕੁੜੀਆਂ ਦਾ ਵੱਖਰਾ। ਵੈਸੇ ਵੀ ਰਾਹ ਗਲੀ 'ਚ ਮਿਲੀਆਂ ਕੁੜੀਆਂ ਨੂੰ ਮੈਂ ਘੱਟ ਹੀ ਬੁਲਾਉਂਦਾ ਸੀ। ਸਕੂਲੋਂ ਘਰ ਤੇ ਘਰੋਂ ਸਕੂਲ ਜਾਣਾ ਹੀ ਮੇਰਾ ਕੰਮ ਸੀ। ਘਰ ਆ ਕੇ ਮੈਨੂੰ ਘਰ ਦਾ ਹੋਰ ਕੰਮ ਵੀ ਕਰਨਾ ਪੈਂਦਾ ਸੀ, ਜਿਸ ਕਰਕੇ ਦੂਸਰੇ ਮੁੰਡਿਆਂ ਵਾਂਗ ਬਾਹਰ ਫਿਰਨ ਤੁਰਨ ਦਾ ਸਮਾਂ ਮੈਨੂੰ ਨਹੀਂ ਸੀ ਮਿਲਦਾ। ਇਹੀ ਕਾਰਨ ਸੀ ਕਿ ਵਿਹੜੇ ਦਾ ਹਰ ਮਰਦ ਔਰਤ ਮੈਨੂੰ ਚੰਗਾ ਸਮਝਦਾ ਸੀ। ਜੇ ਕਿਸੇ ਨੇ ਆਪਣੇ ਧੀ ਪੁੱਤ ਨੂੰ ਨਸੀਹਤ ਦੇਣੀ ਹੁੰਦੀ ਤਾਂ ਮੇਰੀ ਮਿਸਾਲ ਦਿੰਦੇ।
ਬਿੰਦਰ ਲੰਬੜਾਂ ਦੀ ਕੁੜੀ ਸੀ। ਪਿੰਡੋਂ ਬਾਹਰ ਰਾਹ ਤੋਂ ਕਾਫੀ ਹਟ ਕੇ ਉਹਨਾਂ ਦਾ ਖੂਹ ਸੀ। ਉਹਦੀ ਮਾਂ ਬਿਰਧ ਸੀ ਤੇ ਭਰਾਵਾਂ ਚੋਂ ਸਭ ਤੋਂ ਛੋਟੀ ਸੀ। ਉਹ ਪੜ੍ਹਦੀ ਸੀ, ਸ਼ਾਇਦ 9ਵੀਂ 10ਵੀਂ ਚ ਹੋਈ ਸੀ ਇਸ ਵਾਰੀ। ਸਕੂਲੋਂ ਆਉਂਦੀ ਉਹ ਸਿੱਧੀ ਖੂਹ ਨੂੰ ਦੌੜ ਜਾਂਦੀ। ਇੱਕ ਦਿਨ ਅਚਾਨਕ ਹੀ ਉਹ ਮੈਨੂੰ ਪਿੰਡੋਂ ਬਾਹਰਲੀ ਸੜਕ ਤੇ ਮਿਲ ਗਈ। ਮੈਂ ਪੈਦਲ ਹੀ ਸੀ, ਉਹਨੇ ਮੈਨੂੰ ਆਵਾਜ਼ ਮਾਰ ਲਈ। ਮੈਂ ਖੜ ਗਿਆ, ਮੇਰਾ ਦਿਲ ਤੇਜ਼ੀ ਨਾਲ ਧੜਕ ਉੱਠਿਆ ਜਿਵੇਂ ਕਿਤੇ ਝੱਖੜ ਝੁੱਲ ਗਿਆ ਹੋਵੇ। ਕਿੱਧਰੋਂ ਆਇਆ ਸੱਜਣਾ, ਉਹਨੇ ਮੇਰੇ ਕੋਲ ਆ ਕੇ ਕਿਹਾ। ਇੱਧਰ ਹੀ ਗਿਆ ਸੀ ਜ਼ਰਾ ਸੋਨੂ ਵੱਲ, ਮੈਂ ਥਿੜਕਦਿਆਂ ਗਿਆ। ਸੁਣਿਆ ਹੁਣ ਕਾਲਜ ਜਾਣ ਦੀ ਸਲਾਹ ਹੈ ਤੇਰੀ, ਕਿਸੇ ਦੇ ਦਿਲ 'ਚ ਵੀ ਆ ਜਾ। ਉਹ ਬਿਨਾਂ ਕਿਸੇ ਝਿਜਕਦੇ ਕਹਿ ਗਈ। ਕੀ ਕਿਹਾ? ਮੈਂ ਅਣਜਾਣ ਬਣਦਿਆਂ ਕਿਹਾ, ਤੂੰ ਕਦੇ ਕਿਸੇ ਨੂੰ ਪਿਆਰ ਕੀਤਾ? ਉਹਨੇ ਪੁੱਛਿਆ, ਉਹਨੂੰ ਕੋਈ ਸੰਗ ਸ਼ਰਮ ਨਹੀਂ ਆ ਰਹੀ ਸੀ। ਤੂੰ ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਹੈ? ਮੈਂ ਦੌੜ ਜਾਣਾ ਚਾਹੁੰਦਾ ਸੀ ਪਰ ਉਹਦੇ ਨਾਲ ਨਾਲ ਤੁਰਦਾ ਰਿਹਾ। ਮੈਂ ਤੈਨੂੰ ਪਿਆਰ ਕਰਦੀ ਹਾਂ ਸੱਜਣਾ, ਉਹਨੇ ਗੁੱਤ ਦੇ ਫੁੱਲਾਂ ਨੂੰ ਆਪਣੇ ਹੱਥਾਂ ਵਿੱਚ ਪਲੋਸਦਿਆਂ ਕਿਹਾ ਸੀ। ਮੈਂ ਫਿਰ ਵੀ ਚੁੱਪ ਰਿਹਾ। ਬੋਲਦਾ ਕਿਉਂ ਨਹੀਂ? ਤੂੰ ਨਹੀਂ ਕਰਦਾ? ਕੀ? ਮੈਂ ਚੁੱਪ ਤੋੜੀ। ਪਿਆਰ, ਉਹਨੇ ਤੇਜ਼ੀ ਨਾਲ ਕਿਹਾ। ਨਹੀਂ, ਮੇਰਾ ਜਵਾਬ ਸੀ। ਆਹੋ, ਤੂੰ ਕਿਉਂ ਕਰੇਂਗਾ? ਤੂੰ ਤਾਂ ਚੰਨੀ ਮਗਰ ਫਿਰਦਾ। ਨਹੀਂ ਨਹੀਂ ਬਿੰਦਰ, ਮੈਂ ਕਿਸੇ ਮਗਰ ਨਹੀਂ ਫਿਰਦਾ, ਤੈਨੂੰ ਗਲਤ ਫਹਿਮੀ ਹੋਈ ਆ। ਉਹ ਤਾਂ ਐਵੇਂ ਸ਼ੇਰੇ, ਤੂੰ ਕਿੱਥੇ ਫਿਰਦਾ ਹੈ? ਤੈਨੂੰ ਪਤਾ ਹੈ ਉਹ ਕਿਸ ਤਰ੍ਹਾਂ ਦੀ ਕੁੜੀ ਹੈ? ਪਿੰਡ ਦਾ ਕੋਈ ਮੁੰਡਾ ਉਹਨੇ ਛੱਡਿਆ, ਜਿਵੇਂ ਕੁੱਤੀ ਮਗਰ ਕੁੱਤੇ ਹਰਲ ਹਰਲ ਕਰਦੇ ਫਿਰਦੀ ਆ ਮੁੰਡੇਰ ਉਹਦੇ ਪਿੱਛੇ, ਤੇ ਹੁਣ ਤੂੰ ਚੱਟੀ ਫਿਰਦਾ। ਉਹਦੀ ਆਵਾਜ਼ 'ਚ ਤਲਖੀ ਤੇ ਨਹੋਰਾ ਸੀ। ਤੂੰ ਮੰਨਦੀ ਕਿਉਂ ਨਹੀਂ ਮੈਂ? ਤੂੰ ਮੈਨੂੰ ਪਿਆਰ ਕਰ ਵੀ ਕਿੱਦਾਂ ਸਕਦਾ? ਤੇਰੇ ਉੱਤੇ ਉਹ ਭੂਤਨੀ ਜਿਉਂ ਸਵਾਰ ਹੋਈ ਪਈ ਹੈ, ਪਤਾ ਨਹੀਂ ਕੀ ਭੁੱਕ ਦਿੰਦੀ ਹੈ ਉਹ ਤੁਹਾਡੇ ਸਿਰਾਂ 'ਚ। ਮੈਂ ਚੁੱਪ ਸੀ। ਮੈਂ ਤਾਂ ਡਰਦਾ ਸੀ ਕਿ ਕੋਈ ਦੇਖਣ ਵਾਲਾ ਕੀ ਕਹੂ, ਪਿੰਡ ਲਾਗੇ ਆ ਗਿਆ ਸੀ। ਉਹ ਤਾਂ ਸ਼ੇਰੇ ਵਰਗੇ ਮੁੰਡਿਆਂ ਲਈ ਆ, ਤੈਨੂੰ ਤਾਂ ਮੇਰੇ ਵਰਗੀ ਕੁੜੀ ਚਾਹੀਦੀ ਹੈ, ਭੋਲੀ ਭਾਲੀ ਸਿੱਧੀ ਸਾਦੀ। ਨਹੀਂ ਬਿੰਦਰ, ਮੈਂ ਕਿਸੇ ਨੂੰ ਪਿਆਰ ਨਹੀਂ ਕਰਦਾ ਤੇ ਨਾ ਹੀ ਕਰਾਂਗਾ। ਕਿਉਂ ਨਹੀਂ ਕਰੇਂਗਾ? ਕੀ ਨਹੀਂ ਹੈ ਮੇਰੇ ਕੋਲ? ਕਿਉਂ ਬੁਰੀ ਲੱਗਦੀ ਹਾਂ ਮੈਂ? ਦੱਸ ਤਾਂ ਸਹੀ, ਕੁਛ ਤਾਂ ਬੋਲ। ਮੈਂ ਤੈਨੂੰ ਪਿਆਰ ਕਰਦੀ ਹਾਂ ਸੱਜਣਾ, ਕੋਈ ਦੌਲਤ ਤਾਂ ਨਹੀਂ ਮੰਗਦੀ, ਮੂੰਹੋਂ ਮੰਗਿਆ ਪਿਆਰ ਤਾਂ ਦੇ ਦੇ। ਉਹ ਜਿਵੇਂ ਸਿਸਕ ਹੀ ਪਈ। ਚੰਗਾ ਬਾਬਾ, ਜਾ ਦਫਾ ਹੋ ਜਾ। ਮੈਂ ਉਹਨੂੰ ਝਿੜਕਿਆ ਸੀ ਪਰ ਪਤਾ ਨਹੀਂ ਉਹਨੂੰ ਕੀ ਮਿਲ ਗਿਆ ਸੀ, ਪੱਬਾਂ ਭਾਰ ਹੁੰਦੀ ਉਹ ਦੌੜ ਗਈ। ਉਹ ਖੁਸ਼ ਸੀ, ਬਹੁਤ ਖੁਸ਼। ਮੈਂ ਤਾਂ ਉਹਨੂੰ ਕੁਝ ਵੀ ਨਹੀਂ ਸੀ ਦਿੱਤਾ, ਦੋ ਸ਼ਬਦ ਹੀ ਤਾਂ ਕਹੇ ਸੀ। ਉਹ ਚਲੀ ਗਈ ਪਰ ਮੇਰੇ ਲਈ ਇੱਕ ਮੁਸੀਬਤ ਖੜੀ ਕਰ ਗਈ। ਮੈਨੂੰ ਉਹਦੀਆਂ ਗੱਲਾਂ ਮੁੜ ਮੁੜ ਯਾਦ ਆਉਂਦੀਆਂ ਸੀ। ਉਹ ਤਾਂ ਸ਼ੇਰੇ ਵਰਗੇ ਮੁੰਡਿਆਂ ਲਈ ਆ, ਤੈਨੂੰ ਤਾਂ ਮੇਰੇ ਵਰਗੀ ਕੁੜੀ ਚਾਹੀਦੀ ਹੈ, ਭੋਲੀ ਭਾਲੀ ਸਿੱਧੀ ਸਾਦੀ। ਮੈਨੂੰ ਹਾਸਾ ਆ ਗਿਆ। ਸਾਰੀ ਰਾਤ ਮੈਨੂੰ ਨੀਂਦ ਨਾ ਆਈ। ਪਿਆਰ ਕੀ ਹੁੰਦਾ ਹੈ ਮੈਨੂੰ ਅਹਿਸਾਸ ਹੋ ਗਿਆ ਸੀ, ਕਿਸੇ ਲਈ ਤੜਫਣਾ ਕੀ ਹੁੰਦਾ ਹੈ ਸਮਝ ਪੈ ਗਈ ਸੀ। ਮੈਂ ਬਿੰਦਰ ਲਈ ਤੜਫ ਰਿਹਾ ਸੀ, ਮੈਂ ਉਹਦੀ ਗੱਲ ਮੰਨ ਲਈ ਸੀ। ਨਾਲੇ ਲੋਕ ਤਾਂ ਪਿਆਰ ਲਈ ਤਰਸਦੇ ਆ। ਉਹ ਮੇਰੇ ਕੋਲ ਚੱਲ ਕੇ ਆਈ ਸੀ, ਮੂੰਹੋਂ ਮੰਗਿਆ ਪਿਆਰ ਮੈਥੋਂ ਠੁਕਰਾਇਆ ਨਾ ਗਿਆ। ਹੁਣ ਉਹ ਮੈਨੂੰ ਰੋਜ਼ ਮਿਲਦੀ, ਮਿੱਠੀਆਂ ਮਿੱਠੀਆਂ ਗੱਲਾਂ ਕਰਦੀ, ਹੱਸਦੀ ਰਹਿੰਦੀ। ਉਹਦਾ ਹਾਸਾ ਮੇਰੇ ਅੰਦਰ ਕੁਤਕੁਤਾੜੀਆਂ ਕੱਢਦਾ। ਮੈਂ ਉਹਨੂੰ ਬਾਹਾਂ 'ਚ ਘੁੱਟ ਕੇ ਉਹਦੀਆਂ ਗੋਰੀਆਂ ਗੋਰੀਆਂ ਪਿਆਰੀਆਂ ਪਿਆਰੀਆਂ ਨਰਮ ਗੱਲਾਂ ਨੂੰ ਚੁੰਮਦਾ ਰਹਿੰਦਾ। ਮੈਨੂੰ ਇੱਕ ਨਸ਼ੇ 'ਚ ਨਸ਼ਿਆ ਜਾਂਦਾ, ਉਹ ਮੇਰੇ ਨਾਲ ਹੋਰ ਘੁੱਟ ਕੇ ਚਿੰਬੜ ਜਾਂਦੀ। ਉਸ ਵੇਲੇ ਸਾਡੇ ਦਿਲਾਂ 'ਚ ਪਿਆਰ ਸੀ, ਸਿਰਫ ਪਿਆਰ। ਪਾਪ ਵਰਗੀ ਕੋਈ ਗੱਲ ਸਾਡੇ ਨੇੜੇ ਵੀ ਨਹੀਂ ਸੀ ਢੁੱਕਦੀ। ਉਹ ਮੇਰੇ ਨਾਲ ਲੜਦੀ ਝਗੜਦੀ ਤੇ ਫਿਰ ਆਪੇ ਮੰਨ ਜਾਂਦੀ। ਕਾਲਜ ਖੁੱਲ੍ਹ ਗਏ ਤਾਂ ਮੈਂ ਫਗਵਾੜੇ ਰਾਮਗੜੀਆ ਕਾਲਜ ਜਾਣ ਲੱਗ ਪਿਆ। ਪਿੰਡਾਂ ਵਿੱਚ ਦੀ ਸ਼ਾਰਟਕੱਟ ਜਾਣ ਕਰਕੇ ਮੈਂ ਸਾਈਕਲ 'ਤੇ ਚਲਾ ਜਾਂਦਾ ਸੀ। ਉਹ ਆਪਣੇ ਕੋਠੇ 'ਤੇ ਚੜ੍ਹ ਕੇ ਮੈਨੂੰ ਜਾਂਦੇ ਨੂੰ ਦੇਖਦੀ ਰਹਿੰਦੀ ਅਤੇ ਐਵੇਂ ਟੱਪਦੀ ਰਹਿੰਦੀ। ਸ਼ਾਮ ਨੂੰ ਜਦੋਂ ਮੁੜਦਾ ਤਾਂ ਵੀ ਉੱਥੇ ਹੀ ਖੜ੍ਹੀ ਹੁੰਦੀ। ਕਹਿੰਦੇ ਨੇ ਪਿਆਰ ਅਤੇ ਮਹਿਕ ਛੁਪਾਇਆ ਨਹੀਂ ਛੁਪਦੇ, ਅਤੇ ਸਾਡੇ ਇਸ ਪਿਆਰ ਬਾਰੇ ਵੀ ਮੇਰੇ ਦੋਸਤ ਨੂੰ ਪਤਾ ਲੱਗ ਗਿਆ ਸੀ ਅਤੇ ਉਹਦੀ ਚੰਨੀ ਨੂੰ ਵੀ। ਚੰਨੀ ਨੇ ਉਹਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਿੰਦਰ ਦੀਆਂ ਖਰੀਆਂ ਖਰੀਆਂ ਅੱਗੇ ਟਿਕ ਨਾ ਸਕੀ। ਬਿੰਦਰ ਜਿੰਦਾ ਦਿਲ ਕੁੜੀ ਸੀ, ਉਹ ਜੋ ਕਹਿੰਦੀ ਡਟ ਕੇ ਕਹਿੰਦੀ। ਹੁਣ ਉਹ ਛੋਟੇ ਛੋਟੇ ਪੱਤਰਾਂ 'ਚ ਮੈਨੂੰ ਸ਼ੇਅਰ ਲਿਖ ਭੇਜਦੀ ਅਤੇ ਮਿੱਠੀਆਂ ਮਿੱਠੀਆਂ ਗੱਲਾਂ ਵੀ। ਮੈਂ ਵੀ ਉਹਨੂੰ ਪਿਆਰ ਭਰੀਆਂ ਚਿੱਠੀਆਂ ਲਿਖਦਾ, ਉਹ ਮੈਨੂੰ ਸ਼ੇਅਰ ਕਿਤਾਬਾਂ 'ਚੋਂ ਚੁਣ ਚੁਣ ਕੇ ਭੇਜਦੀ ਅਤੇ ਮੈਂ ਉਹਨੂੰ ਆਪਣੇ ਲਿਖ ਕੇ ਭੇਜਦਾ। ਉਹਨੂੰ ਇਹ ਬੜੇ ਚੰਗੇ ਲੱਗਦੇ। ਉਹ ਤਾਂ ਇਹੀ ਕਹਿੰਦੀ, ਸੱਜਣਾ ਤੂੰ ਹੋਰ ਕੁਝ ਨਾ ਲਿਖਿਆ ਕਰ, ਸਿਰਫ ਸ਼ੇਅਰ ਹੀ ਲਿਖਿਆ ਕਰ, ਤੂੰ ਬਹੁਤ ਸੋਹਣਾ ਲਿਖ ਲੈਂਦਾ। ਮੈਨੂੰ ਹੁਣ ਉਹਨੂੰ ਮਿਲਿਆ ਨਾ ਜਾਂਦਾ। ਕਾਲਜ ਦੀ ਪੜ੍ਹਾਈ ਸਕੂਲ ਦੀ ਪੜ੍ਹਾਈ ਤੋਂ ਜ਼ਿਆਦਾ ਸੀ, ਸ਼ਹਿਰੋਂ ਆਉਂਦਿਆਂ ਵੀ ਹਨੇਰਾ ਹੋ ਜਾਂਦਾ, ਘਰੋਂ ਬਾਹਰ ਜਾਣ ਦਾ ਸਮਾਂ ਨਾ ਮਿਲਦਾ, ਛੁੱਟੀ ਵਾਲੇ ਦਿਨ ਵੀ ਕਿਤੇ ਨਾ ਕਿਤੇ ਜਾਣਾ ਪੈ ਜਾਂਦਾ। ਜ਼ਿੱਦ ਕਿਸੇ ਵੀ ਚੀਜ਼ ਦੀ ਮਾੜੀ ਹੁੰਦੀ ਹੈ, ਇਹਦੇ 'ਚ ਇਹ ਨਹੀਂ ਦੇਖਿਆ ਜਾਂਦਾ ਕਿ ਸਾਡਾ ਕਿੰਨਾ ਨੁਕਸਾਨ ਹੋ ਰਿਹਾ। ਮੈਂ ਚਾਹੁੰਦਾ ਸੀ ਉਹ ਮੈਨੂੰ ਮਿਲੇ, ਉਹ ਚਾਹੁੰਦੀ ਸੀ ਕਿ ਮੈਂ ਉਹਨੂੰ ਮਿਲਾਂ। ਸਾਡੀ ਦੋਵਾਂ ਦੀ ਜ਼ਿੱਦ ਨੇ ਸਾਡਾ ਹੱਸਦਾ ਖੇਡਦਾ ਪਿਆਰ ਖਾ ਲਿਆ। ਇੱਕ ਦਿਨ ਮੈਂ ਉਹਨੂੰ ਸੱਦਿਆ ਵੀ ਪਰ ਉਹ ਨਾ ਆਈ। ਬਸ ਇਹਦੇ ਨਾਲ ਹੀ ਮੇਰਾ ਦਿਲ ਉਸ ਤੋਂ ਮੁਨਕਰ ਹੋ ਗਿਆ।
ਬਹੁਤ ਵਾਰ ਉਹਨੇ ਚਾਹਿਆ ਕਿ ਮੈਂ ਉਹਨੂੰ ਮਿਲਾਂ, ਉਹਦੇ ਨਾਲ ਬੋਲਾਂ, ਮਿੱਠੀਆਂ ਮਿੱਠੀਆਂ ਗੱਲਾਂ ਕਰਾਂ, ਪਰ ਮੈਂ ਟਸ ਤੋਂ ਮਸ ਨਾ ਹੋਇਆ। ਕੱਟੇ ਹੋਏ ਅੰਗ ਵਾਂਗ ਮੈਂ ਉਹਨੂੰ ਦਿਲੋਂ ਭੁਲਾ ਦਿੱਤਾ। ਤੀਸਰਾ ਅੰਗ, ਰੀਟਾ ਤੂੰ ਮੇਰੀ ਗੱਲ ਕਿਉਂ ਨਹੀਂ ਮੰਨਦੀ? ਕੀ ਗੱਲ ਨਹੀਂ ਮੰਨਦੀ ਮੈਂ ਤੇਰੀ? ਰੀਟਾ ਮੈਂ ਤੈਨੂੰ ਬਹੁਤ ਪਿਆਰ ਕਰਦਾ, ਮੁਹੱਬਤ ਕਰਦਾ, ਤੂੰ ਹੀ ਮੇਰੀ ਜ਼ਿੰਦਗੀ ਹੈ ਰੀਟਾ। ਨਹੀਂ ਨਹੀਂ ਇਹ ਝੂਠ ਹੈ, ਇਹ ਸਭ ਝੂਠ ਹੈ, ਤੂੰ ਮੈਨੂੰ ਮੁਹੱਬਤ ਨਹੀਂ ਕਰਦਾ, ਤੂੰ ਪਾਪੀ ਹੈ ਸੱਜਣਾ, ਤੂੰ ਮੇਰੇ ਨਾਲ ਛਲ ਕੀਤਾ, ਧੋਖਾ ਕੀਤਾ ਸੱਜਣਾ। ਸੱਜਣਾ ਤੂੰ ਕੀ ਛਲ ਕੀਤਾ ਮੈਂ ਤੇਰੇ ਨਾਲ? ਰੀਟਾ ਬੋਲ ਨਾ, ਬੋਲ ਕੀ ਛਲ ਕੀਤਾ ਮੈਂ ਤੇਰੇ ਨਾਲ? ਮੈਨੂੰ ਕੋਈ ਪੁੱਛਦਾ? ਆਪਣੇ ਆਪ ਤੋਂ ਪੁੱਛ। ਸੱਜਣਾ ਤੂੰ ਫਰੇਬੀ ਹੈ, ਤੂੰ ਮੇਰੇ ਨਾਲ ਫਰੇਬ ਕੀਤਾ, ਬਹੁਤ ਵੱਡਾ ਧੋਖਾ, ਵੱਡਾ ਧੋਖਾ ਕੀਤਾ। ਅਤੇ ਉਹ ਧੋਖਾ ਇਹ ਹੈ ਕਿ ਮੈਂ ਜਿੰਦ ਨੂੰ ਬੁਲਾਇਆ, ਕੀ ਕਿਸੇ ਨੂੰ ਬੁਲਾਉਣਾ ਪਾਪ ਹੈ? ਕਿਸੇ ਨਾਲ ਬੋਲਣਾ ਪਾਪ ਹੈ? ਕੌਣ ਕਹਿੰਦਾ ਕਿਸੇ ਨੂੰ ਬੁਲਾਉਣਾ ਪਾਪ ਹੈ ਜਾਂ ਕਿਸੇ ਨਾਲ ਬੋਲਣਾ ਪਾਪ ਹੈ? ਤੂੰ ਉਹਨੂੰ ਬੁਲਾਉਂਦਾ ਹੀ ਨਹੀਂ, ਪਿਆਰ ਵੀ ਕਰਦਾ, ਉਸ ਨਾਲ ਰੰਗ ਰਲੀਆਂ ਮਨਾਉਂਦਾ, ਕੀ ਨਹੀਂ ਕਰਦਾ ਉਹਦੇ ਨਾਲ? ਮੈਂ ਕਿਸੇ ਨੂੰ ਕੁਝ ਨਹੀਂ ਕਿਹਾ ਰੀਟਾ, ਰੀਟਾ ਮੈਂ ਨਿਰਦੋਸ਼ ਹਾਂ, ਮੈਂ ਤਾਂ ਸਦਾ ਹੀ ਉਹਨੂੰ ਤੇਰੀ ਫਰੈਂਡ ਸਮਝਿਆ। ਹਾਂ ਜੇ ਕੋਈ ਭਾਵੁਕਤਾ 'ਚ ਕਿਸੇ ਨੂੰ ਬਾਹਾਂ 'ਚ ਲੈ ਲੈਂਦਾ ਤਾਂ ਕੀ ਉਹਨੂੰ ਪਿਆਰ ਕਿਹਾ ਜਾਂਦਾ? ਕੀ ਉਹਨੂੰ ਪਾਪ ਕਿਹਾ ਜਾਂਦਾ? ਜੇ ਮੈਂ ਇਹ ਸਭ ਕੀਤਾ ਵੀ ਇਹ ਤਾਂ ਸਿਰਫ ਗੁਨਾਹ ਕੀਤਾ ਰੀਟਾ, ਸਿਰਫ ਗੁਨਾਹ, ਮੈਂ ਕੋਈ ਪਾਪ ਨਹੀਂ ਕੀਤਾ। ਇੱਕ ਗੁਨਾਹ ਦੀ ਸਜ਼ਾ ਜੋ ਤੂੰ ਮੈਨੂੰ ਦੇ ਰਹੀ ਹੈ ਉਹ ਮੈਥੋਂ ਜਰੀ ਨਹੀਂ ਜਾਂਦੀ ਰੀਟਾ, ਸਹੀ ਨਹੀਂ ਜਾਂਦੀ। ਰੀਟਾ ਇੱਕ ਅਮੀਰ ਘਰ ਦੀ ਕੁੜੀ ਸੀ, ਪਿੰਡ ਦੇ ਲੋਕਾਂ ਵਾਂਗ ਹੀ ਉਹਦੀ ਰਹਿਣੀ ਬਹਿਣੀ ਸੀ, ਸਿੱਧੀ ਸਾਦੀ ਸ਼ਰਮੀਲੀ ਜਿਹੀ। ਸ਼ਹਿਰ ਦੀਆਂ ਕੁੜੀਆਂ ਵੱਲ ਵੇਖ ਕੇ ਉਹਨੇ ਕਦੇ ਨਹੀਂ ਸੀ ਸੋਚਿਆ ਕਿ ਉਹਨਾਂ ਵਾਂਗ ਪੈਂਟਾਂ ਸ਼ਰਟਾਂ ਪਾਵੇ ਅਤੇ ਕੱਟੇ ਹੋਏ ਵਾਲਾਂ ਨਾਲ ਕਾਲਜ ਆਵੇ। ਉਹਨੇ ਕਦੇ ਫੈਸ਼ਨ ਵੈਸ਼ਨ ਨਹੀਂ ਸੀ ਕੀਤਾ, ਉਹ ਤਾਂ ਇਸ ਨੂੰ ਨੰਗਾਪਣ ਸਮਝਦੀ ਸੀ। ਖਰਚ ਵੀ ਉਹ ਜ਼ਰੂਰਤ ਤੋਂ ਜ਼ਿਆਦਾ ਨਹੀਂ ਸੀ ਕਰਦੀ। ਗੋਰਾ ਗੁਲਾਬੀ ਰੰਗ, ਸ਼ਰਬਤੀ ਨੈਣ, ਮਾਸੂਮ ਚਿਹਰਾ, ਪਰ ਤਾਜ਼ਗੀ ਭਰਿਆ, ਜਿਵੇਂ ਹੁਣੇ ਹੁਣੇ ਫੁੱਲਾਂ ਤੋਂ ਸ਼ਬਨਮ ਉਤਰੇ ਹੋਵੇ। ਜੱਟਾਂ ਦੀ ਕੁੜੀ ਸੀ, ਇਸੇ ਕਰਕੇ ਸ਼ਾਇਦ ਕਾਫ਼ੀ ਸਿਹਤਮੰਦ ਨਿਕਲ ਆਈ ਸੀ। ਕਾਲਜ ਵਿੱਚ ਦੂਸਰਾ ਸਾਲ ਸੀ, ਹੁਣ ਮੈਂ ਸਾਈਕਲ ਦੀ ਬਜਾਏ ਬੱਸ 'ਚ ਕਾਲਜ ਆਉਣਾ ਸ਼ੁਰੂ ਕਰਤਾ ਸੀ। ਵੈਸੇ ਵੀ ਬਿੰਦਰ ਦਾ ਘਰ ਉਸ ਰਾਹ 'ਤੇ ਪੈਂਦਾ ਸੀ ਜਿੱਧਰ ਦੀ ਮੈਂ ਪਿੰਡਾਂ ਵਿੱਚ ਦੀ ਸ਼ਾਰਟਕੱਟ ਕਰਕੇ ਆਉਂਦਾ ਸੀ। ਬਿੰਦਰ ਨਾਲ ਟੁੱਟ ਚੁੱਕੀ ਸੀ, ਰਾਹ ਬਦਲ ਗਿਆ ਸੀ। ਰੀਟਾ ਅਤੇ ਹੋਰ ਕੁੜੀਆਂ ਮੁੰਡੇ ਵੀ ਇਸ ਰਾਹ ਦੀਆਂ ਬੱਸਾਂ 'ਚ ਆਉਂਦੇ ਜਾਂਦੇ ਸਨ। ਇੱਕ ਹੀ ਰਸਤੇ 'ਤੇ ਇੱਕ ਹੀ ਬੱਸ 'ਚ ਆਉਣ ਜਾਣ ਕਾਰਨ ਅਸੀਂ ਰੋਜ਼ ਇੱਕ ਦੂਜੇ ਨੂੰ ਮਿਲ ਜਾਂਦੇ ਸਨ। ਪਹਿਲਾਂ ਪਹਿਲਾਂ ਤਾਂ ਇੱਕ ਦੂਜੇ ਨੂੰ ਬੁਲਾਉਣ ਤੋਂ ਵੀ ਝਿਜਕਦੇ ਰਹੇ, ਪਰ ਬਾਅਦ 'ਚ ਇਹ ਦੂਰੀ ਸਮਾਪਤ ਹੋ ਗਈ। ਜਦੋਂ ਵੀ ਅਸੀਂ ਮਿਲਦੇ ਸਾਡੀਆਂ ਨਜ਼ਰਾਂ 'ਚ ਇੱਕ ਦੂਜੇ ਲਈ ਪਿਆਸ ਜਿਹੀ ਨਜ਼ਰ ਆਉਂਦੀ। ਜਿੰਨਾ ਮੈਂ ਉਸ ਕੋਲੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ, ਉਨਾ ਹੀ ਉਹਦੇ ਨੇੜੇ ਆਉਂਦਾ ਜਾਂਦਾ। ਹੁਣ ਤਾਂ ਇਹ ਗੱਲ ਹੋ ਗਈ ਸੀ ਕਿ ਬੱਸ 'ਚ ਇੱਕ ਦੂਜੇ ਲਈ ਸੀਟ ਵੀ ਰੱਖਣ ਲੱਗ ਪਏ ਸੀ। ਜੇ ਇੱਕ ਜਣਾ ਕਾਲਜ ਨਾ ਆਉਂਦਾ ਤਾਂ ਦੂਸਰੇ ਲਈ ਦਿਨ ਕੱਟਣਾ ਮੁਸ਼ਕਲ ਹੋ ਜਾਂਦਾ। ਮੱਛੀ ਜਿਵੇਂ ਪਾਣੀ ਬਿਨਾਂ ਤੜਫਦੀ ਹੈ, ਇਸ ਤਰ੍ਹਾਂ ਇੱਕ ਤੜਫ ਜਿਹੀ ਦਿਲ 'ਚ ਉਬਲਦੀ ਰਹਿੰਦੀ। ਦਿਲੋ ਦਿਲੀ ਅਸੀਂ ਮੁਹੱਬਤ ਦੇ ਝੂਲੇ ਝੂਲਦੇ ਰਹਿੰਦੇ। ਜਦੋਂ ਤੱਕ ਇੱਕ ਦੂਜੇ ਦਾ ਮੂੰਹ ਨਾ ਦੇਖ ਲੈਂਦੇ ਸਾਨੂੰ ਚੈਨ ਨਾ ਆਉਂਦੀ। ਪਿਆਰ ਕਰਨ ਵਾਲੇ ਛੋਟਾ ਵੱਡਾ, ਅਮੀਰ ਗਰੀਬ ਕੁਝ ਨਹੀਂ ਦੇਖਦੇ। ਉਹਦੇ ਘਰ ਦੀ ਹਾਲਤ ਮੇਰੇ ਘਰ ਤੋਂ ਬਹੁਤ ਅੱਛੀ ਸੀ, ਕਾਫ਼ੀ ਜ਼ਮੀਨ ਜਾਇਦਾਦ ਸੀ, ਫਿਰ ਵੀ ਰੀਟਾ ਬਿਨਾਂ ਕਿਸੇ ਮਾਣ ਜਾਂ ਹੰਕਾਰ ਦੇ ਮੈਨੂੰ ਪਿਆਰ ਕਰਦੀ ਸੀ। ਅਜੇ ਤੱਕ ਰੀਟਾ ਨੇ ਆਪਣੀ ਕਿਸੇ ਸਹੇਲੀ ਨੂੰ ਇਸ ਬਾਰੇ ਨਹੀਂ ਸੀ ਦੱਸਿਆ, ਪਰ ਫਿਰ ਵੀ ਕਈਆਂ ਦੇ ਕੰਨਾਂ 'ਚ ਇਹਦੀ ਭਿਣਕ ਪੈ ਗਈ ਸੀ। ਪਹਿਲਾਂ ਜੇ ਮੈਂ ਕੋਈ ਸ਼ਰਾਰਤ ਦੀ ਗੱਲ ਕਰਦਾ ਤਾਂ ਉਹ ਸ਼ਰਮਾ ਕੇ ਪਰੇ ਹੋ ਜਾਂਦੀ। ਹੁਣ ਰੀਟਾ ਨੂੰ ਉਹਨਾਂ ਤੋਂ ਕਈ ਕੁਝ ਸੁਣਨਾ ਪੈਂਦਾ, ਕਈ ਵਾਰ ਉਹਨਾਂ ਤੋਂ ਬੋਰ ਵੀ ਹੋ ਜਾਂਦੀ ਅਤੇ ਖਿਝ ਉੱਠਦੀ। ਉਹ ਮੇਰੇ ਨਾਲ ਵੀ ਛੇੜਛਾੜ ਸ਼ੁਰੂ ਕਰ ਦਿੰਦੀਆਂ ਅਤੇ ਬੜੀ ਮੁਸ਼ਕਲ ਨਾਲ ਹੀ ਖਹਿੜਾ ਛੱਡਦੀ ਹੈ। ਉਹਨਾਂ ਦਿਨਾਂ 'ਚ ਮੈਂ ਕਾਲਜ ਦੀ ਡਰਾਮਾ ਟੀਮ ਦਾ ਹੀਰੋ ਸੀ। ਸੋਹਣਾ ਸੁਨੱਖਾ, ਮਿਹਨਤੀ ਅਤੇ ਬੋਲਚਾਲ ਚੰਗੀ ਹੋਣ ਕਰਕੇ ਮੈਂ ਹਰ ਇੱਕ ਦੇ ਦਿਲ 'ਤੇ ਜਾਦੂ ਕਰ ਗਿਆ। ਕਈ ਕੁੜੀਆਂ ਮੇਰੇ 'ਤੇ ਮਰਦੀਆਂ ਸੀ, ਡਰਾਮੇ ਵਿਚਲੀਆਂ ਤਾਂ ਮੇਰੇ 'ਤੇ ਹੱਕ ਹੀ ਜਮਾਈ ਬੈਠੀਆਂ ਸੀ, ਕਿਉਂਕਿ ਰੋਲ ਕਰਨ ਵੇਲੇ ਅਤੇ ਰਿਹਰਸਲ ਕਰਨ ਵੇਲੇ ਉਹ ਮੇਰੇ ਨੇੜੇ ਜ਼ਿਆਦਾ ਬਹਿੰਦੀਆਂ ਸੀ ਅਤੇ ਇਹ ਉਸੇ ਨੂੰ ਅਸਲੀਅਤ ਸਮਝ ਕੇ ਜੀ ਰਹੀਆਂ ਸਨ। ਸ਼ੀਲਾ, ਦੀਪੀ, ਜਿੰਦ ਖਾਸ ਕਰਕੇ ਉਹਨੂੰ ਜ਼ਿਆਦਾ ਹੀ ਛੇੜਦੀਆਂ। ਉੱਪਰੋਂ ਤਾਂ ਰੀਟਾ ਕਾਫ਼ੀ ਗੁੱਸੇ 'ਚ ਆ ਜਾਂਦੀ, ਪਰ ਦਿਲੋਂ ਖੁਸ਼ ਹੁੰਦੀ। ਕਈ ਵਾਰੀ ਰੁੱਸ ਜਾਣ ਦਾ ਬਹਾਨਾ ਵੀ ਕਰ ਲੈਂਦੀ ਤਾਂ ਕਿ ਇਸ ਬਹਾਨੇ ਉਹਨੂੰ ਮਨਾਉਣ ਅਤੇ ਛੇੜਨ। ਇਸ ਤਰ੍ਹਾਂ ਜਦੋਂ ਮੈਨੂੰ ਛੇੜਦੀਆਂ ਤਾਂ ਮੁਮਕਿਨ ਸੀ ਕਿ ਮੈਂ ਵੀ ਉਹਨਾਂ ਨੂੰ ਛੇੜਦਾ। ਵੈਸੇ ਪਿਆਰ ਕਰਨ ਵਾਲਿਆਂ ਨਾਲ ਕਿਸੇ ਦੀ ਕਦੇ ਨਹੀਂ ਬਣੀ। ਜਦੋਂ ਵੀ ਮੈਂ ਅਤੇ ਰੀਟਾ ਕੋਈ ਗੱਲ ਕਰਦੇ ਤਾਂ ਦੂਸਰੇ ਮੁੰਡੇ ਕੁੜੀਆਂ ਸਾਨੂੰ ਦੇਖ ਕੇ ਸੜਦੇ। ਇਸ ਤਰ੍ਹਾਂ ਹੀ ਇੱਕ ਦਿਨ ਮੈਂ ਆਪਣੇ ਕਮਰੇ 'ਚ ਬੈਠਾ ਸੀ। ਕਾਲਜ 'ਚ ਮੈਚ ਹੋ ਰਹੇ ਸਨ, ਕਲਾਸਰੂਮ ਖਾਲੀ ਪਏ ਸਨ। ਰੀਟਾ ਦੀ ਸਹੇਲੀ ਜਿੰਦ ਅਚਾਨਕ ਮੇਰੇ ਕਮਰੇ 'ਚ ਆ ਗਈ। ਉਹਦੀ ਆਦਤ ਸੀ, ਉਹ ਜਦ ਵੀ ਕਦੇ ਮੈਨੂੰ ਇਕੱਲੇ ਨੂੰ ਦੇਖਦੀ ਛੇੜਛਾੜ ਸ਼ੁਰੂ ਕਰ ਦਿੰਦੀ। ਆਦਤ ਤੋਂ ਮਜਬੂਰ ਅੱਜ ਵੀ ਉਹਨੇ ਅਜਿਹਾ ਹੀ ਕੀਤਾ।
ਪਹਿਲਾਂ ਤਾਂ ਮੈਂ ਬੈਠਾ ਆਪਣਾ ਕੰਮ ਕਰਦਾ ਰਿਹਾ, ਪਰ ਜਦੋਂ ਨਾ ਹੀ ਹਟੀ ਤਾਂ ਮੈਂ ਵੀ ਉਹਦੇ ਨਾਲ ਛੇੜਛਾੜ ਕਰਨ ਲੱਗਾ ਤੇ ਉਹਦੇ ਪਿੱਛੇ ਦੌੜਨ ਲੱਗਾ। ਆਖਿਰ ਮੈਂ ਉਹਨੂੰ ਫੜ ਹੀ ਲਿਆ ਤੇ ਜਿੰਦ ਜਿੰਨੀ ਸ਼ਰਾਰਤੀ ਸੀ ਉਹ ਤੋਂ ਵੱਧ ਕੇ ਸੋਹਣੀ ਸੀ। ਉਹਦੀਆਂ ਅੱਖਾਂ ਛਲਕਦੇ ਜਾਮ ਦੀ ਤਰ੍ਹਾਂ ਲੱਗਦੀਆਂ। ਜਿੰਦ ਦੀ ਮੁਸਕਰਾਹਟ ਤੇ ਮੈਂ ਪਾਗਲ ਜਿਹਾ ਹੋ ਗਿਆ ਤੇ ਮੈਂ ਉਹਨੂੰ ਬਾਹਾਂ 'ਚ ਕੱਸ ਲਿਆ ਤੇ ਫਿਰ ਚੁੰਮ ਵੀ ਲਿਆ। ਇਸ ਵੇਲੇ ਮੈਨੂੰ ਇਹ ਖਿਆਲ ਹੀ ਨਾ ਰਿਹਾ ਕਿ ਕੋਈ ਮੈਨੂੰ ਦੇਖ ਕੇ ਕੀ ਕਹੇਗਾ। ਰੀਟਾ ਦੀ ਸਹੇਲੀ ਸ਼ੀਲਾ ਨੇ ਚੁੱਪ ਕੇ ਸਭ ਦੇਖਿਆ ਤੇ ਰੀਟਾ ਨੂੰ ਦੱਸ ਦਿੱਤਾ। ਰੀਟਾ ਨੇ ਇਹਨੂੰ ਸੱਚ ਮੰਨ ਲਿਆ ਤੇ ਮੈਨੂੰ ਦੋਸ਼ੀ। ਬਸ ਉਸ ਤੋਂ ਬਾਅਦ ਉਹ ਮੈਨੂੰ ਮਿਲੀ ਨਾ। ਜੇ ਮਿਲਦੀ ਵੀ ਤਾਂ ਵਲ ਪਾ ਕੇ ਪਰੇ ਦੀ ਖਿਸਕ ਜਾਂਦੀ ਜਾਂ ਫਿਰ ਪਾਸਾ ਵੱਟ ਕੇ ਮੇਰੇ ਕੋਲ ਦੀ ਲੰਘ ਜਾਂਦੀ। ਪਹਿਲਾਂ ਤਾਂ ਮੇਰੀ ਸਮਝ 'ਚ ਕੁਛ ਨਾ ਆਇਆ ਕਿ ਉਹਨੂੰ ਕੀ ਹੋ ਗਿਆ, ਪਰ ਜਦੋਂ ਉਸ ਦਿਨ ਦੀ ਯਾਦ ਆਈ ਤਾਂ ਮੇਰੀ ਖਾਨਿਓਂ ਗਈ। ਮੈਨੂੰ ਸਮਝਣ 'ਚ ਦੇਰ ਨਾ ਲੱਗੀ ਕਿ ਉਸ ਦਿਨ ਜ਼ਰੂਰ ਕਿਸੇ ਨੇ ਦੇਖਿਆ ਹੋਣਾ ਤੇ ਰੀਟਾ ਨੂੰ ਦੱਸ ਦਿੱਤਾ ਹੋਣਾ ਤੇ ਜਾਂ ਫਿਰ ਉਹਨੇ ਆਪ ਹੀ ਦੇਖ ਲਿਆ ਹੋਣਾ। ਮੈਂ ਹੁਣ ਪਛਤਾ ਰਿਹਾ ਸੀ ਤੇ ਰੀਟਾ ਨੂੰ ਮਿਲਣਾ ਚਾਹੁੰਦਾ ਸੀ। ਵੈਸੇ ਵੀ ਸ਼ੀਲਾ ਨੇ ਮੈਨੂੰ ਕਿਹਾ ਸੀ ਕਿ ਰੀਟਾ ਹੁਣ ਮੇਰੇ ਨਾਲ ਕਦੇ ਨਹੀਂ ਬੋਲੇਗੀ। ਇੱਕ ਦਿਨ ਰੀਟਾ ਮੈਨੂੰ ਮਿਲ ਹੀ ਗਈ। ਉਹ ਮੇਰੇ ਕੋਲ ਦੇ ਨਿਕਲ ਜਾਣਾ ਚਾਹੁੰਦੀ ਸੀ ਪਰ ਮੈਂ ਉਹਨੂੰ ਰੋਕ ਲਿਆ। ਠੀਕ ਉਹੀ ਕਾਰਨ ਨਿਕਲਿਆ। ਮੈਂ ਉਹਨੂੰ ਸਾਰੀ ਗੱਲ ਬਿਨਾਂ ਕਿਸੇ ਝੂਠ ਦੇ ਦੱਸ ਦਿੱਤੀ। ਪਹਿਲਾਂ ਤਾਂ ਉਹ ਪੈਰਾਂ 'ਤੇ ਪਾਣੀ ਨਾ ਪੈਣ ਦੇਵੇ, ਪਰ ਜਦੋਂ ਮੈਂ ਆਪਣੀ ਗਲਤੀ ਮੰਨ ਲਈ ਤਾਂ ਹੌਲੀ ਹੌਲੀ ਉਹ ਕੁਝ ਠੰਡੀ ਪਈ। ਸ਼ੀਲਾ ਨੇ ਉਹਨੂੰ ਜੋ ਵੀ ਦੱਸਿਆ ਸੀ ਉਹ ਅੱਧਾ ਸੱਚ ਸੀ, ਕਿਉਂਕਿ ਉਹਨੇ ਮੇਰਾ ਜਿੰਦ ਨੂੰ ਬਾਹਾਂ 'ਚ ਲੈ ਕੇ ਕੱਸਣਾ ਤੇ ਚੁੰਮਣਾ ਹੀ ਦੇਖਿਆ ਸੀ। ਜਿੰਦ ਦੀ ਸ਼ਰਾਰਤ ਤੇ ਉਹਦਾ ਮੈਨੂੰ ਉਕਸਾਉਣਾ ਨਹੀਂ ਤੇ ਰੀਟਾ ਨੂੰ ਇਸ ਗੱਲ ਦੀ ਸਮਝ ਪੈ ਗਈ ਸੀ ਕਿ ਮੈਂ ਸਿਰਫ ਗੁਨਾਹ ਹੀ ਕੀਤਾ ਸੀ, ਕੋਈ ਪਾਪ ਨਹੀਂ, ਤੇ ਉਹ ਵੀ ਜਾਣ ਬੁੱਝ ਕੇ ਨਹੀਂ, ਭਾਵੁਕਤਾ 'ਚ। ਅੰਗ ਚੌਥਾ। ਉਦੋਂ ਮੈਨੂੰ ਜਲੰਧਰ ਭੂਆ ਜੀ ਕੋਲ ਰਹਿੰਦਿਆਂ ਥੋੜ੍ਹਾ ਹੀ ਚਿਰ ਹੋਇਆ ਸੀ। ਇਹ ਭੂਆ ਮੇਰੇ ਪਾਪਾ ਮਤਲਬ ਪਿਤਾ ਜੀ ਦੇ ਮਾਮੇ ਦੀ ਕੁੜੀ ਸੀ। ਕਾਫ਼ੀ ਮਿਲਣਸਾਰ ਸੀ, ਰਿਸ਼ਤੇਦਾਰੀ 'ਚ ਹਰ ਇੱਕ ਦੇ ਦੁੱਖ ਸੁੱਖ 'ਚ ਸਾਂਝੀ ਹੁੰਦੀ ਸੀ। ਪਾਪਾ ਜੀ ਤੋਂ ਕੁਝ ਸਾਲ ਵੱਡੀ ਸੀ ਪਰ ਉਹਨਾਂ ਦੀ ਮੰਨਦੀ ਬਹੁਤ ਸੀ। ਮੈਨੂੰ ਕਪੂਰਥਲੇ ਸਿੱਖਿਆ ਵਿਭਾਗ ਦੇ ਦਫ਼ਤਰ 'ਚ ਨਵੀਂ ਨਵੀਂ ਨੌਕਰੀ ਮਿਲੀ ਸੀ। ਰੋਜ਼ ਪਿੰਡ ਆਉਣ ਜਾਣ ਦੇ ਚੱਕਰਾਂ ਤੋਂ ਬਚਣ ਲਈ ਮੈਂ ਭੂਆ ਜੀ ਕੋਲ ਹੀ ਟਿਕ ਗਿਆ ਸੀ। ਪੰਮੀ ਰੋਜ਼ ਹੀ ਘਰ ਦੇ ਅੱਗੋਂ ਲੰਘਦੀ, ਉਹਦਾ ਘਰ ਭੂਆ ਦੇ ਘਰ ਤੋਂ ਪਹਿਲੀ ਗਲੀ 'ਚ ਸੀ, ਪਰ ਹੱਟੀ ਪੱਠੀ ਜਾਣ ਲਈ ਇੱਧਰ ਦੀ ਲੰਘਣਾ ਪੈਂਦਾ ਸੀ। ਹੋਰ ਕੁੜੀਆਂ ਭਾਵੇਂ ਲੱਖ ਸ਼ਰਾਰਤਾਂ ਕਰਦੀਆਂ ਪਰ ਉਹਨੇ ਕਦੇ ਅੱਖ ਚੁੱਕ ਕੇ ਨਹੀਂ ਸੀ ਦੇਖਿਆ। ਮੈਨੂੰ ਬੜੀ ਹੈਰਾਨੀ ਹੁੰਦੀ, ਉਹ ਮੈਨੂੰ ਚੰਗੀ ਵੀ ਬਹੁਤ ਲੱਗਦੀ ਸੀ। ਕਦੇ ਕਦੇ ਵਿਹਲ ਲੱਗੇ ਤਾਂ ਮੈਂ ਮਾਊਥ ਔਰਗਨ ਵਜਾਉਣ ਲੱਗ ਪੈਂਦਾ ਸੀ। ਇਸ ਵੇਲੇ ਮੇਰਾ ਧਿਆਨ ਕਿਸੇ ਪਾਸੇ ਨਾ ਹੁੰਦਾ, ਬਸ ਆਪਣੀ ਮਸਤੀ 'ਚ ਇਹਦੀਆਂ ਧੁਨਾਂ 'ਚ ਗੁਆਚਿਆ ਰਹਿੰਦਾ। ਇੱਕ ਦਿਨ ਇੱਦਾਂ ਹੀ ਵਿਹੜੇ 'ਚ ਬੈਠਾ ਮੈਂ ਇਹ ਵਜਾ ਰਿਹਾ ਸੀ, ਪੈਰਾਂ ਦਾ ਖੜਾਕ ਸੁਣ ਕੇ ਉਸ ਦਿਨ ਪਤਾ ਨਹੀਂ ਕਿਵੇਂ ਮੇਰੀ ਤਾਰ ਇੱਧਰੋਂ ਟੁੱਟ ਗਈ। ਮੈਂ ਦੇਖਿਆ ਉਹ ਬਾਹਰ ਖੜੀ ਮੇਰੇ ਵੱਲ ਤੱਕ ਰਹੀ ਸੀ। ਮੈਂ ਠਰ ਜਿਹਾ ਗਿਆ ਜਿਵੇਂ ਕੋਈ ਚੋਰ ਚੋਰੀ ਕਰਦਾ ਫੜਿਆ ਜਾਵੇ, ਪਰ ਛੇਤੀ ਸੰਭਲ ਗਿਆ ਤੇ ਅੰਦਰ ਵੱਲ ਨੂੰ ਤੁਰ ਪਿਆ। ਉਹ ਹੱਸਦੀ ਹੱਸਦੀ ਚਲੀ ਗਈ। ਫਿਰ ਜਦੋਂ ਵੀ ਕਦੇ ਰਾਹ 'ਚ ਮਿਲ ਜਾਂਦੀ ਉਹਦੇ ਬੁੱਲਾਂ 'ਤੇ ਹਾਸਾ ਘਿਰ ਆਉਂਦਾ। ਘਰ ਅੱਗੋਂ ਦੀ ਲੰਘਦੀ ਤਾਂ ਉਹਦੀ ਨਜ਼ਰ ਇੱਧਰ ਹੀ ਲੱਗੀ ਹੁੰਦੀ। ਉਹਨੂੰ ਕੋਈ ਫਿਕਰ ਨਾ ਹੁੰਦਾ ਭਾਵੇਂ ਠੋਕਰ ਹੀ ਲੱਗ ਜਾਏ ਜਾਂ ਅੱਗੋਂ ਆਉਂਦੇ ਕਿਸੇ ਨਾਲ ਟਕਰਾ ਹੀ ਜਾਏ। ਕੀ ਹਾਲ ਹੈ ਪੰਮੀ, ਇੱਕ ਦਿਨ ਰਾਹ 'ਚ ਟੱਕਰੀ ਤਾਂ ਮੇਰੇ ਮੂੰਹ ਨਿਕਲ ਗਿਆ। ਠੀਕ ਹੈ, ਤੇਰਾ ਹੀ ਖਿਆਲ ਹੈ, ਉਹ ਹੱਸਦਿਆਂ ਬੋਲੀ ਜਿਵੇਂ ਪਹਿਲਾਂ ਹੀ ਤਿਆਰ ਬੈਠੀ ਹੋਵੇ ਕਿ ਜੇ ਮੈਂ ਕੁਝ ਪੁੱਛਾਂ ਤਾਂ ਉਹਨੇ ਕੀ ਕਹਿਣਾ। ਕਿਉਂ ਬਈ, ਮੇਰਾ ਕਿਉਂ ਖਿਆਲ ਹੈ, ਮੈਂ ਵੀ ਹੱਸ ਪਿਆ। ਤੂੰ ਬਹੁਤ ਚੰਗਾ ਹੈ, ਮੇਰੇ 'ਚ ਤੈਨੂੰ ਕੀ ਚੰਗਾ ਲੱਗਿਆ ਪੰਮੀ। ਮੈਂ ਫਿਰ ਕਿਹਾ ਮੈਂ ਚਾਹੁੰਦਾ ਸੀ ਉਹ ਮੇਰੇ ਕੋਲ ਹੀ ਖੜੀ ਰਹੇ, ਸਭ ਕੁਛ ਹੀ। ਉਹਦੀਆਂ ਅੱਖਾਂ ਜਿਵੇਂ ਮੇਰੀਆਂ ਅੱਖਾਂ 'ਚ ਖੁੱਭ ਗਈਆਂ ਹੋਣ, ਤੇ ਉਹ ਚਲੀ ਗਈ। ਛੁੱਟੀ ਦਾ ਦਿਨ ਸੀ, ਘਰ ਕੋਈ ਨਹੀਂ ਸੀ, ਬਾਹਰ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਸੀ। ਵਿਹੜੇ ਦਾ ਬੂਹਾ ਖੁੱਲ੍ਹਾ ਸੀ, ਮੈਂ ਦੇਖਿਆ ਉਹ ਦਰਾਂ 'ਚ ਖੜੀ ਸੀ ਪੂਰੀ ਤਰ੍ਹਾਂ ਭਿੱਜੀ ਹੋਈ। ਬਿਨਾਂ ਮੀਂਹ ਦੀ ਪਰਵਾਹ ਕੀਤਿਆਂ ਮੈਂ ਬਾਹਰ ਆ ਗਿਆ। ਭਿੱਜਣਾ ਮੈਨੂੰ ਚੰਗਾ ਲੱਗ ਰਿਹਾ ਸੀ। ਕਿਸੇ ਨੂੰ ਵੀ ਆਸਿਓਂ ਪਾਸਿਓਂ ਨਾ ਆਉਂਦਾ ਵੇਖ ਕੇ ਮੈਂ ਉਹਨੂੰ ਬਾਹਾਂ 'ਚ ਕੱਸ ਲਿਆ। ਪਾਣੀ ਦੀਆਂ ਬੂੰਦਾਂ ਸਾਡੇ ਚਿਹਰਿਆਂ ਉੱਤੇ ਵਹਿ ਰਹੀਆਂ ਸਨ, ਪਰ ਸਾਡੇ ਬੁੱਲ ਇੱਕ ਦੂਜੇ ਦੇ ਬੁੱਲਾਂ 'ਚੋਂ ਰਸ ਚੂਸਦੇ ਰਹੇ। ਕਿੰਨਾ ਕੁ ਚਿਰ, ਕੋਈ ਪਤਾ ਨਹੀਂ। ਸੱਜਣਾ, ਉਹਦੇ ਬੁੱਲ ਕਰਕੇ। ਹਾਂ, ਮੈਂ ਕਿਹਾ ਹੁਣ ਛੱਡ ਤਾਂ ਨਹੀਂ ਜਾਏਗਾ, ਜਾਣਾ ਤਾਂ ਪਏਗਾ ਹੀ, ਤੂੰ ਜਾਣਦੀ ਹੈ। ਹਾਂ, ਫਿਰ ਵੀ ਯਾਦ ਤਾਂ ਰੱਖੇਗਾ ਹੀ, ਕਦੇ ਕਦੇ ਆਇਆ ਤੇ ਕਰੇਗਾ ਹੀ। ਆਇਆ ਕਰਾਂਗਾ, ਮੇਰਾ ਜਵਾਬ ਸੀ। ਦੁਪਹਿਰ ਖੇੜੀ ਦੇ ਫੁੱਲ ਉਸ ਦਿਨ ਮੈਨੂੰ ਬੜੇ ਚੰਗੇ ਲੱਗੇ, ਬੇਕਾਬੂ ਦਿਲ ਦੇ ਕਹਿਣ ਤੇ ਮੈਂ ਉਹਨਾਂ ਵੱਲ ਵਧਿਆ, ਇੱਕ ਤੋੜ ਲਿਆ। ਪੰਮੀ, ਲੈ ਤੈਨੂੰ ਇੱਕ ਚੀਜ਼ ਦੇ, ਲਿਆ ਦੇ ਦੇ, ਵੇਖੀਏ ਕੀ ਦਿੰਦਾ। ਉਹਨੇ ਹੱਥ ਮੇਰੇ ਵੱਲ ਵਧਾ ਦਿੱਤਾ। ਕੀ ਉਹ ਕਬੂਲ ਵੀ ਕਰੇਗੀ? ਬਿਨਾਂ ਕੁਝ ਸੋਚੇ ਮੈਂ ਫੁੱਲ ਉਹਦੇ ਹੱਥ 'ਤੇ ਧਰ ਦਿੱਤਾ। ਮੈਨੂੰ ਬੜੀ ਖੁਸ਼ੀ ਹੋਈ ਜਦੋਂ ਫੁੱਲ ਨੂੰ ਚੁੰਮਦੀ ਚੱਟਦੀ ਦੌੜ ਗਈ। ਠਹਿਰ, ਮੈਂ ਆਵਾਜ਼ ਮਾਰੀ। ਹੁਣ ਕੀ ਹੈ? ਉਹ ਥਾਂ ਖੜ ਗਈ। ਕੁਛ ਮੈਨੂੰ ਵੀ ਦੇ ਜਾ। ਕੀ? ਉਹ ਵਾਪਸ ਮੁੜ ਆਈ। ਮੈਂ ਆਪਣੀ ਗੱਲ 'ਤੇ ਉਂਗਲ ਮਾਰੀ ਤੇ ਉਸ ਵੱਲ ਵਧਿਆ। ਲੈ, ਉਹਨੇ ਆਪਣਾ ਮੂੰਹ ਮੇਰੇ ਵੱਲ ਕਰ ਦਿੱਤਾ ਜਿਵੇਂ ਕੋਈ ਮਾਂ ਆਪਣੇ ਰੋਂਦੇ ਬੱਚੇ ਨੂੰ
ਵਰਾਉਣ ਲਈ ਉਹਦੇ ਮੂੰਹ 'ਚ ਆਪਣਾ ਦੁੱਧ ਪਾ ਦੇਵੇ ਤੇ ਨਾਲ ਹੀ ਕਹਿ ਲਫੜ ਮੇਰਿਆ ਵੱਡਿਆ। ਇਹ ਤੋਂ ਬਾਅਦ ਮੈਂ ਉੱਥੇ ਸਿਰਫ 2 ਕੁ ਮਹੀਨੇ ਹੀ ਰਿਹਾ। ਮੈਂ ਆਪਣੀ ਬਦਲੀ ਪਿੰਡ ਦੇ ਲਾਗੇ ਕਰਵਾ ਲਈ। ਕਰਵਾਈ ਤਾਂ ਜਗ੍ਹਾ ਖਾਲੀ ਵੇਖ ਕੇ ਸੀ, ਪਰ ਬਾਅਦ 'ਚ ਪਤਾ ਲੱਗਾ ਕਿ ਪਹਿਲਾ ਕਰਮਚਾਰੀ ਕਿਸੇ ਕਾਰਨ ਅਸਤੀਫਾ ਦੇ ਗਿਆ ਸੀ। 4 ਕੁ ਮਹੀਨਿਆਂ ਬਾਅਦ ਉਹ ਵਾਪਸ ਆ ਗਿਆ। ਨਵੇਂ ਹੁਕਮਾਂ ਮੁਤਾਬਕ ਮੈਨੂੰ ਦਰਿਆ ਬਿਆਸ ਦੇ ਕਿਨਾਰੇ ਇਸ ਪਛੜੇ ਇਲਾਕੇ 'ਚ ਆਉਣਾ ਪਿਆ ਸੀ, ਜਿੱਥੋਂ ਹੁਣ ਜਲਦੀ ਬਦਲੀ ਹੋਣ ਦੀ ਕੋਈ ਆਸ ਨਹੀਂ ਸੀ। ਟਾਵੀਂ ਟਾਵੀਂ ਬੱਸ ਇਸ ਪਿੰਡ 'ਚ ਦੀ ਲੰਘਦੀ ਸੀ। ਬਹੁਤੀਆਂ ਬੱਸਾਂ ਤਲਵੰਡੀ ਚੌਧਰੀਆਂ ਨੂੰ ਧੁੱਸੀ ਬੰਨ ਦੇ ਨਾਲ ਨਾਲ ਜਾਂਦੀਆਂ, ਜਿਨ੍ਹਾਂ 'ਚ ਬਹਿ ਜਾਈਏ ਤਾਂ ਸਕੂਲ ਵਾਲੇ ਪਿੰਡ ਨੂੰ 2.5-3 ਮੀਲ ਵਾਟ ਤੁਰ ਕੇ ਜਾਣਾ ਪੈਂਦਾ ਸੀ। ਬੱਸਾਂ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਸੀ। ਕਪੂਰਥਲੇ ਬੱਸ ਅੱਡੇ 'ਚੋਂ ਇੱਧਰ ਜਾਣ ਵਾਲੀ ਬੱਸ ਲੱਭਣੀ ਹੁੰਦੀ ਤਾਂ ਜਿਹੜੀ ਬੱਸ ਸਭ ਤੋਂ ਜ਼ਿਆਦਾ ਟੁੱਟੀ ਭੱਜੀ ਹੁੰਦੀ, ਸਵਾਰੀਆਂ ਉਸ 'ਚ ਜਾ ਜਾਂਦੀਆਂ, ਕਿਸੇ ਨੂੰ ਪੁੱਛਣ ਦੀ ਕੋਈ ਲੋੜ ਨਾ ਸਮਝਦੀਆਂ। 2 ਕੁ ਸਾਲ ਇਸ ਤਰ੍ਹਾਂ ਹੀ ਬੀਤ ਗਏ। ਭੂਆ ਦੇ ਘਰ 'ਚ ਨਾ ਜਾ ਹੋਇਆ, ਪਿੰਡੋ ਹੀ 1-2 ਮਹੀਨੇ ਬਾਅਦ ਹੀ ਜਾ ਹੁੰਦਾ ਹੈ, ਤੇ ਜੇ ਜਾਂਦਾ ਵੀ ਸੀ ਤਾਂ ਵਾਇਆ ਲੋਹੀਆਂ ਨਕੋਦਰ ਵੱਲ ਦੀ ਚਲੇ ਜਾਂਦਾ ਸੀ। ਵੱਡੇ ਵੀਰ ਦੀ ਬਦਲੀ ਗੁਰਦਾਸਪੁਰ ਤੋਂ ਜਲੰਧਰ ਹੋ ਗਈ ਸੀ। ਉਹ ਬਿਜਲੀ ਮਹਿਕਮੇ 'ਚ ਕੰਮ ਕਰਦੇ ਸੀ। ਉਹਨਾਂ ਨੇ ਗੁਰੂ ਨਾਨਕਪੁਰੇ ਰਿਹਾਇਸ਼ ਕਰ ਲਈ ਸੀ। ਇਸ ਵਾਰੀ ਐਤਵਾਰ ਰਾਤ ਉਹਨਾਂ ਵੱਲ ਹੀ ਜਾਣ ਦੀ ਸੋਚੀ ਹੈ। ਘਰ ਦੇ ਕੰਮ ਨਿਬੇੜ ਕੇ ਜਲੰਧਰ ਪਹੁੰਚਦਿਆਂ ਕਾਫ਼ੀ ਹਨੇਰਾ ਹੋ ਗਿਆ। ਮੈਂ ਘਰ ਗਿਆ ਤਾਂ ਭਾਬੀ ਜੀ ਰੋਟੀ ਪਾਣੀ ਦੇ ਆਹਰ 'ਚ ਲੱਗੇ ਸੀ ਅਤੇ ਵੀਰ ਜੀ ਸ਼ਾਇਦ ਅਖਬਾਰ ਪੜ੍ਹ ਰਹੇ ਸੀ ਜਾਂ ਫਾਈਲਾਂ, ਪੂਰਾ ਯਾਦ ਨਹੀਂ। ਵੈਸੇ ਅਖਬਾਰ ਉਹ ਹਮੇਸ਼ਾ ਰਾਤ ਨੂੰ ਹੀ ਪੜ੍ਹਦੇ ਹਨ ਕਿਉਂਕਿ ਸਵੇਰੇ ਦਫ਼ਤਰ ਜਾਣ ਦੀ ਕਾਹਲੀ 'ਚ ਸਮਾਂ ਹੀ ਨਹੀਂ ਮਿਲਦਾ। ਇੰਨੇ ਹਨੇਰੇ ਕਿੱਧਰੋਂ, ਵੀਰ ਜੀ ਨੇ ਪੁੱਛਿਆ। ਕੰਮ ਤੋਂ ਆਇਆ, ਮੈਂ ਕਿਹਾ। ਬੜੀ ਦੂਰ ਕੱਢ ਮਾਰਿਆ ਤੈਨੂੰ ਤਾਂ। ਚਲੋ ਕੋਈ ਗੱਲ ਨਹੀਂ, ਆਪਾਂ ਕੰਮ ਹੀ ਕਰਨਾ, ਇੱਥੇ ਹੋਇਆ ਜਾਂ ਉੱਥੇ, ਮੈਂ ਗੱਲ ਟਾਲਣ ਲਈ ਕਿਹਾ। ਪਰ ਭਾਬੀ ਨੇ ਇਹ ਕੰਮ ਉਸੇ ਵੇਲੇ ਕਰਤਾ ਜਦੋਂ ਉਹਨਾਂ ਕਿਹਾ ਬੀਬੀ ਹੁਣੇ ਆਏ ਸੀ, ਬਸ ਹੁਣੇ ਗਏ ਆ, ਅਜੇ ਪਹੁੰਚੇ ਹੀ ਹੋਣੇ ਆ। ਪਹਿਲਾਂ ਮੈਂ ਸੋਚਿਆ ਸ਼ਾਇਦ ਇਸ ਕਰਕੇ ਆਏ ਹੋਣਗੇ ਕਿ ਕਾਫ਼ੀ ਸਮੇਂ ਤੋਂ ਮੈਂ ਵੀ ਘਰ ਨਹੀਂ ਸੀ ਗਿਆ, ਇਹਨਾਂ ਨੂੰ ਮਿਲਣ ਆ ਗਏ ਹੋਣਗੇ, ਪਰ ਬਸ ਹੁਣੇ ਹੀ ਗਏ ਆ, ਅਜੇ ਪਹੁੰਚੇ ਹੀ ਹੋਣੇ ਆ। ਸਮਝ ਨਾ ਪਈ, ਪਿੰਡ ਇੱਥੋਂ ਵੀ 22 ਮੀਲ ਦੂਰ ਸੀ ਅਤੇ ਇਸ ਵੇਲੇ ਬੱਸਾਂ ਗੱਡੀਆਂ ਲੇਟ ਪੇਟ ਹੀ ਤੁਰਦੀਆਂ ਸੀ। ਸਿਆਲ ਦੀ ਰੁੱਤੇ ਦਿਨ ਤਾਂ ਛਿਪਿਆ ਹੀ ਲੱਗਦਾ ਸੀ। ਕਿੱਥੇ ਗਏ ਹੁਣ, ਮੈਂ ਪੁੱਛ ਹੀ ਲਿਆ। ਭੂਆ ਦੇ ਘਰ, ਬਿੱਲੂ ਦਾ ਵਿਆਹ ਹੈ, ਸਵੇਰੇ ਵਿਆਹੁਣ ਜਾਣਾ। ਮੈਨੂੰ ਯਾਦ ਆਇਆ ਭੂਆ ਦੇ ਮੁੰਡੇ ਬਲਜੀਤ ਦਾ ਵਿਆਹ ਸੀ, ਮੈਂ ਉੱਧਰ ਜਾਣ ਲਈ ਤਿਆਰ ਹੋ ਗਿਆ। ਹੁਣ ਜਾਣਾ ਤਾਂ, ਭਾਬੀ ਨੇ ਮੈਨੂੰ ਤਿਆਰ ਦੇਖ ਕੇ ਪੁੱਛਿਆ। ਜਾ ਹੀ ਆਉਣਾ, ਆਹ ਤਾਂ ਬਸਤੀ ਸ਼ੇਕ ਆ, ਫੁੱਟਬਾਲ ਚੌਕ ਟੱਪਿਆ ਤਾਂ ਘਰ ਪਹੁੰਚ ਜਾਣਾ। ਮਰਜ਼ੀ ਹੈ ਤੇਰੀ, ਹਨੇਰਾ ਵੀ ਹੋ ਗਿਆ ਅਤੇ ਠੰਡ ਵੀ ਵਧੀ ਹੋਈ ਹੈ, ਚੁੱਪ ਕਰਕੇ ਪੈ ਜਾ, ਸਵੇਰੇ ਫਿਰ ਕੰਮ 'ਤੇ ਜਾਣਾ ਤਾਂ, ਉੱਥੇ ਸ਼ੋਰ ਸ਼ਰਾਬੇ 'ਚ ਕਿਹੜਾ ਸੌਂ ਹੋਣਾ ਹੈ ਚੱਜ ਨਾਲ, ਵੀਰ ਜੀ ਕਹਿਣ ਲੱਗੇ। ਅੱਜ ਸਾਰੇ ਰਿਸ਼ਤੇਦਾਰ ਆਏ ਹੋਣੇ ਆ, ਸਾਲ ਤੋਂ ਉੱਪਰ ਹੋ ਗਿਆ, ਮੈਂ ਤਾਂ ਕਿਸੇ ਦੇ ਗਿਆ ਵੀ ਨਹੀਂ, ਸਾਰਿਆਂ ਨੂੰ ਮਿਲ ਲਵਾਂਗਾ ਅਤੇ ਉੱਥੋਂ ਹੀ ਸਵੇਰੇ ਕੰਮ 'ਤੇ ਚਲਾ ਜਾਵਾਂਗਾ। ਗੱਲ ਭਾਵੇਂ ਉਹਨਾਂ ਦੀ ਠੀਕ ਸੀ, ਫਿਰ ਵੀ ਮੈਂ ਜਾਣਾ ਚਾਹੁੰਦਾ ਸੀ। ਮੇਰੀ ਇਸ ਗੱਲ ਤੋਂ ਬਾਅਦ ਉਹਨਾਂ ਕੋਈ ਰੋਕ ਨਾ ਪਾਈ। ਬਸਤੀ ਪਹੁੰਚਿਆ, ਭੂਆ ਦੇ ਘਰ ਤੋਂ ਅਜੇ ਉਰੇ ਹੀ ਸੀ ਕਿ ਮੇਰੀਆਂ ਅੱਖਾਂ ਸਾਹਮਣੇ ਪੰਮੀ ਦੀ ਤਸਵੀਰ ਚੱਕਰ ਕੱਢਣ ਲੱਗ ਪਈ। ਮੇਰੇ ਪੈਰ ਜਿਵੇਂ ਧਰਤੀ ਨਾਲ ਹੀ ਜੁੜ ਗਏ। ਮੈਂ ਉਹਦੇ ਘਰ ਦੇ ਅੱਗੇ ਖੜਾ ਸੀ, ਉਹ ਮੈਨੂੰ ਦਿਸੀ ਨਾ। ਮੈਂ ਸੋਚਿਆ ਵਿਆਹ ਵਾਲੇ ਘਰ ਹੀ ਹੋਏਗੀ, ਮੈਂ ਗਾਂ ਉਹਨੂੰ ਤੁਰ ਪਿਆ। ਵੀਰ ਜੀ ਦੇ ਘਰ ਮੈਂ ਸਰਸਰੀ ਤੌਰ 'ਤੇ ਕਿਹਾ ਸੀ ਕਿ ਉੱਥੇ ਰਿਸ਼ਤੇਦਾਰ ਆਏ ਹੋਣੇ ਆ ਜਿਨ੍ਹਾਂ ਨੂੰ ਮਿਲ ਲਵਾਂਗਾ। ਪੰਮੀ ਦੀ ਯਾਦ ਉਦੋਂ ਕੋਹਾਂ ਦੂਰ ਪਰੇ ਪਈ ਸੀ। ਇੱਥੇ ਆਉਣ ਤੋਂ ਪਹਿਲਾਂ ਇੱਕ ਵਾਰੀ ਵੀ ਮੈਨੂੰ ਉਹਦਾ ਖਿਆਲ ਨਹੀਂ ਸੀ ਆਇਆ, ਪਰ ਹੁਣ ਆ ਕੇ ਪਤਾ ਨਹੀਂ ਕਿਉਂ ਚਿੱਤ ਕਾਲਾ ਪੈਣ ਲੱਗ ਪਿਆ ਸੀ। ਰਿਸ਼ਤੇਦਾਰ ਮਿਲੇ ਪਰ ਮੈਨੂੰ ਤਾਂ ਕਿਸੇ ਹੋਰ ਦੀ ਤਾਂਘ ਸੀ। ਹੂੰ ਹਾਂ 'ਚ ਜਵਾਬ ਦੇ ਕੇ ਮੈਂ ਗਾਂਹ ਵੱਧ ਗਿਆ। ਮੇਰੀਆਂ ਨਜ਼ਰਾਂ ਚਾਰੇ ਪਾਸੇ ਫਿਰ ਰਹੀਆਂ ਸਨ, ਸ਼ਾਇਦ ਉਹ ਦੇਸੀ ਪਵੇ, ਪਰ ਉਹ ਨਾ ਦੇਸੀ, ਖੋਰੇ ਕਿਤੇ ਗਈ ਹੋਵੇ। ਮੈਂ ਦਿਲ ਵਿੱਚ ਸੋਚ ਰਿਹਾ ਸੀ ਜਾਣਾ ਕਿੱਥੇ ਆ, ਜ਼ਰੂਰ ਗੁੱਸੇ ਹੋ ਗਈ ਹੋਣੀ ਹੈ, ਮੈਂ ਕਿਹੜਾ ਮੁੜ ਕੇ ਪਤਾ ਲਿਆ। ਆਪਣੇ ਕੰਮਾਂ 'ਚੋਂ ਵਿਹਲ ਨਹੀਂ ਮਿਲੀ, ਜ਼ਰੂਰ ਕਿਤੇ ਲੁੱਕ ਕੇ ਬੈਠੀ ਹੋ, ਕਿੰਨਾ ਕੁ ਚਿਰ ਬੈਠੀ ਰਹੂ। ਮੇਰਾ ਚਿੱਤ ਨਹੀਂ ਸੀ ਲੱਗ ਰਿਹਾ, ਸਭ ਹੱਸ ਖੇਡ ਰਹੇ ਸੀ, ਪਰ ਮੈਂ ਆਪਣੇ ਆਪ 'ਚ ਡੁੱਬਾ ਹੋਇਆ ਸੀ। ਖੋਰੇ ਭੁੱਲੀ ਗਈ ਹੋਵੇ, ਇਸ ਤਰ੍ਹਾਂ ਤਾਂ ਮਿਲਦੇ ਹੀ ਰਹਿੰਦੇ ਆ ਲੋਕ, ਸਭ ਆਪਣੀ ਆਪਣੀ ਜਗ੍ਹਾ ਟਿਕ ਗਏ। ਮੈਂ ਵੀ ਆਪਣੇ ਚਾਚੇ ਦੇ ਮੁੰਡੇ ਜੈਲੇ ਨਾਲ ਇੱਕ ਮੰਜੇ 'ਤੇ ਜਾ ਪਿਆ। ਤੀਵੀਆਂ ਦੇ ਨੱਚਣ ਦੀ ਆਵਾਜ਼ ਚਾਹੇ ਹੁਣ ਨਹੀਂ ਸੀ ਆ ਰਹੀ, ਪਰ ਗੀਤਾਂ ਦੀ ਲੈ ਕਿਤੇ ਕਿਤੇ ਸੁਣ ਪੈਂਦੀ ਸੀ। ਮੈਂ ਬੀਤੇ ਦਿਨਾਂ ਦੀਆਂ ਯਾਦਾਂ 'ਚ ਘੁੰਮ ਰਿਹਾ ਸੀ। ਕਣਕ ਵੰਨਾ ਰੰਗ, ਗੋਲ ਚਿਹਰਾ, ਕਾਲੀਆਂ ਕਾਲੀਆਂ ਮੋਟੀਆਂ ਮੋਟੀਆਂ ਅੱਖਾਂ, ਕਦੇ ਕਦੇ ਜੈਲੇ ਦੇ ਪਾਸਾ ਪਰਤਣ ਨਾਲ ਮੇਰੀ ਲੜੀ ਟੁੱਟ ਜਾਂਦੀ, ਪਰ ਫਿਰ ਉਹੀ ਪੰਮੀ ਅਤੇ ਪੰਮੀ ਦੀਆਂ ਯਾਦਾਂ। ਥੋੜ੍ਹੀ ਬਹੁਤ ਘੁਸਰ ਮੁਸਰ ਸ਼ੁਰੂ ਹੋ ਗਈ ਸੀ। ਮੇਰੀ ਅੱਖ ਖੁੱਲ੍ਹੀ, ਅਜੇ 6 ਵਜੇ ਸੀ। ਮੈਂ ਉੱਠਿਆ, ਮੇਲੀ ਗੇਲੀ ਅਜੇ ਅੱਧੋਂ ਵੱਧ ਸੁੱਤੇ ਹੋਏ ਸੀ। ਨਿੱਤ ਕਰਮਾਂ ਤੋਂ ਵਿਹਲਾ ਹੋ ਕੇ ਮੈਂ ਡਿਊਟੀ 'ਤੇ ਜਾਣ ਲਈ ਤਿਆਰ ਖੜਾ ਸੀ, ਜਦੋਂ ਦਰਵਾਜ਼ੇ 'ਚ ਖੜੀ ਹੱਸ ਰਹੀ ਸੀ, ਐਨ ਉਸੇ ਤਰ੍ਹਾਂ ਜਿਵੇਂ ਪਹਿਲਾਂ ਹੱਸਦੀ ਹੁੰਦੀ ਸੀ।
ਮੇਰਾ ਚਿੱਤ ਕੀਤਾ ਕਿ ਦੌੜ ਕੇ ਜਾਵਾਂ, ਉਹਨੂੰ ਜੱਫੀ 'ਚ ਘੁੱਟ ਲਵਾਂ ਅਤੇ ਆਪਣੀ ਭੁੱਲ ਬਖਸ਼ਾ ਲਵਾਂ। ਪਰ ਕਿੱਥੇ, ਮਨ ਦੀਆਂ ਮਨ 'ਚ ਹੀ ਘੁੱਟ ਲਈਆਂ। ਪਰਦੇਸੀ ਨਾਲ ਨਿਉਂ ਨਹੀਂ ਲਾਉਣਾ ਚਾਹੀਦਾ। ਬਹੁਤ ਵਾਰੀ ਪੜ੍ਹਿਆ ਸੀ, ਸੁਣਿਆ ਸੀ, ਪਰ ਕੀ ਕੋਈ ਸੋਚ ਕੇ ਲਾਉਂਦਾ? ਮੈਂ ਕਿਹੜਾ ਕਿਸੇ ਨੂੰ ਪੁੱਛਿਆ ਸੀ? ਨਿਉਂ ਕਿਤੇ ਪੁੱਛ ਕੇ ਤਾਂ ਲਾਈ ਨਹੀਂ ਜਾਂਦੇ। ਜਿੰਨੀ ਤਾਂਘ ਮੈਨੂੰ ਰਾਤੀ ਉਹਨੂੰ ਮਿਲਣ ਦੀ ਸੀ, ਓਨਾ ਹੀ ਹੁਣ ਮੈਂ ਚਾਹੁੰਦਾ ਸੀ ਕਿ ਉਹ ਮੈਨੂੰ ਨਾ ਹੀ ਮਿਲੇ ਤਾਂ ਚੰਗਾ। ਜ਼ਰੂਰ ਮੇਰੇ 'ਤੇ ਗਿਲੇ ਸ਼ਿਕਵੇ ਕਰੇਗੀ। ਸਿਪਾਹੀ ਨੂੰ ਦੇਖ ਕੇ ਜਿਵੇਂ ਚੋਰ ਲੁਕਦਾ ਹੈ, ਮੈਂ ਉਹ ਤੋਂ ਲੁਕ ਰਿਹਾ ਸੀ। ਉਹਦੇ ਹੱਸਣ ਤੋਂ ਤਾਂ ਲੱਗਦਾ ਸੀ ਕਿ ਉਹਨੂੰ ਕੋਈ ਗਿਲਾ ਨਹੀਂ ਸੀ ਮੇਰੇ ਉੱਤੇ। ਖੁਸ਼ ਹੈ ਕਿ ਮੈਂ ਉਹਨੂੰ ਦਿਸਦਾ ਪਿਆ। ਪੁੱਤ ਜਾਣਾ ਨਹੀਂ ਅੱਜ ਤੈਂ ਕੰਮ 'ਤੇ, ਬੀਬੀ ਮੈਨੂੰ ਕਹਿ ਰਹੀ ਸੀ। ਜਾਣਾ ਕਿਉਂ ਨਹੀਂ? ਮੈਂ ਉਲਟਾ ਉਹਨਾਂ ਨੂੰ ਸਵਾਲ ਕੱਢ ਮਾਰਿਆ। ਫਿਰ ਹੁਣ ਕੀ ਸੋਚਦਾ? ਕੁਛ ਨਹੀਂ, ਬਸ ਚੱਲਿਆ ਹੀ ਆ। ਰਾਤੀ ਸਾਰੇ ਮੈਨੂੰ ਕਹਿ ਰਹੇ ਸੀ ਜੰਜ ਨਾਲ ਚੱਲੀ। ਰਵੀ ਤਾਂ ਕਹਿੰਦਾ ਸੀ ਤੇਰੇ ਬਿਨਾਂ ਸਾਡਾ ਜਾਣ ਦਾ ਮਜ਼ਾ ਹੀ ਖਰਾਬ ਹੋ ਜਾਣਾ। ਭਲਾ ਮੈਂ ਕਿਹੜਾ ਵਿੱਚ ਲਾਜ਼ਮਾ ਸੁੱਟ ਦੇਣਾ ਸੀ ਜਾ ਕੇ? ਜੇ ਮੈਂ ਨਾ ਆਉਂਦਾ ਫਿਰ ਕਿਹੜਾ ਇਹਨਾਂ ਮੈਨੂੰ ਉਡੀਕਣਾ ਸੀ? ਆਖੇ ਮੈਂ ਨਾ ਹੁੰਦੀ ਤਾਂ ਵਿਆਹ ਕਿਹਨੇ ਕਰਾਉਂਦਾ? ਮੈਂ ਆਪਣੇ ਆਪ 'ਚ ਹੀ ਹੱਸ ਪਿਆ। ਮੈਂ ਬੜਾ ਲਾਪਰਵਾਹ ਜਿਹਾ ਬੰਦਾ, ਨਫੇ ਨੁਕਸਾਨ ਬਾਰੇ ਮੈਂ ਕਦੇ ਬਹੁਤਾ ਖਿਆਲ ਨਹੀਂ ਕੀਤਾ। ਮੈਂ ਤਾਂ ਪੰਮੀ ਨੂੰ ਵੀ ਇੱਕ ਵਾਰ ਕਿਹਾ ਸੀ, ਪੰਮੀ ਮੈਂ ਬਹੁਤ ਲਾਪਰਵਾਹ, ਐਵੇਂ ਦਿਲ ਲੱਗੀ ਨਾ ਕਰ ਬੈਠੀ। ਪਰ ਰਸ਼ਕੇ ਉਸ ਮਾਂ ਦੀ ਧੀ ਦੇ, ਕਹਿੰਦੀ ਕੋਈ ਗੱਲ ਨਹੀਂ, ਮੈਨੂੰ ਲਾਪਰਵਾਹੀ ਚੰਗਾ, ਬਸ ਮਿਲਦਾ ਗਿਲਦਾ ਰਹੀ। ਗੱਲ ਉਹੀ ਹੋਈ, ਲਾਪਰਵਾਹੀ 'ਚ ਮੈਨੂੰ ਉਹਦਾ ਖਿਆਲ ਨਾ ਰਿਹਾ। ਹੁਣ ਸ਼ਾਇਦ ਇਸੇ ਕਰਕੇ ਉਹਨੇ ਕੁਝ ਨਹੀਂ ਕਿਹਾ। ਮੈਂ ਘੜੀ 'ਤੇ ਨਿਗਾਹ ਮਾਰੀ, 7:30 ਵੱਜ ਗਏ ਸੀ। ਮੈਨੂੰ ਪਤਾ ਸੀ ਹੁਣ ਮੈਂ ਲੇਟ ਹੀ ਪਹੁੰਚਾਂਗਾ। ਮੈਂ ਬਾਹਰ ਨਿਕਲਿਆ, ਉਹ ਅੱਗੋਂ ਆ ਰਹੀ ਸੀ। ਸੋਚ ਕੇ ਵੀ ਮੈਂ ਪਛਾਣ ਨਾ ਮੁੜ ਸਕਿਆ। ਕਿਉਂ, ਦੇਖ ਲਿਆ ਵਿਆਹ? ਉਹਨੇ ਪੁੱਛਿਆ। ਸ਼ਾਇਦ ਇਸ ਕਰਕੇ ਕਿਉਂਕਿ ਮੈਂ ਜੋ ਸਮੇਂ ਤੋਂ ਪਹਿਲਾਂ ਰਿਹਾ ਸੀ। ਤੈਨੂੰ ਪਤਾ ਹੀ ਆ ਮੇਰਾ ਕਿੰਨਾ ਕੁ ਸ਼ੌਕੀਨ ਆ ਮੈਂ ਵਿਆਹ ਵੇਖਣ ਦਾ। ਮੈਂ ਉਲਟਾ ਜਵਾਬ ਦਿੱਤਾ। ਗਲ ਲੱਗਣੋਂ ਤਾਂ ਗਿਆ ਸੀ, ਮੂੰਹ ਲੱਗਣੋਂ ਵੀ ਗਿਆ। ਜਿਸ ਗੱਲ ਤੋਂ ਮੈਂ ਡਰਦਾ ਸੀ ਆਖਰ ਉਹ ਕਹਿ ਹੀ ਗਈ। ਨਹੀਂ ਪੰਮੀ, ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ, ਮੂੰਹ ਲੱਗਣੋਂ ਕਿਉਂ ਜਾਣਾ? ਇੱਧਰ ਆਉਣ ਦੀ ਵਿਹਲ ਹੀ ਨਹੀਂ ਲੱਗਦੀ, ਮੇਰੀ ਬਦਲੀ ਵੀ ਦੂਰ ਦੀ ਹੋ ਗਈ ਹੈ, ਮੈਂ ਸੱਚਾ ਹੋਣ ਲਈ ਕਿਹਾ। ਅੱਛਾ, ਕਿੱਥੇ ਕਦੀ ਹੋ ਗਈ ਹੈ ਤੇਰੀ ਬਦਲੀ? ਉਹਨੇ ਪੁੱਛਿਆ, ਪਰ ਲਹਿਜਾ ਸਹਿਜ ਨਹੀਂ ਸੀ, ਚੁਭਵਾਂ ਸੀ। ਪਟਿਆਲੇ ਦੀ, ਮੈਂ ਝੂਠ ਮੂਠ ਹੀ ਕਹਿਤਾ। ਪਟਿਆਲੇ ਦੀ ਆ? ਕਿਹੜਾ ਕੈਨੇਡਾ ਦੀ ਆ? ਦਿਲਾਂ ਦੇ ਮਾਮਲੇ 'ਚ ਪੈਂਡਾ ਨਹੀਂ ਦੇਖੀਦਾ। ਇੰਨਾ ਕਹਿ ਕੇ ਉਹ ਜਾ ਚੁੱਕੀ ਸੀ, ਪਰ ਹੱਸਦੇ ਬੁੱਲਾਂ 'ਚੋਂ ਇੱਕ ਹੌਕਾ ਨਿਕਲ ਕੇ ਮੇਰੇ ਦਿਲ ਨੂੰ ਹਲੂਣ ਗਿਆ। ਮੈਂ ਵੀ ਤੁਰ ਪਿਆ, ਪਰ ਪੈਰਾਂ ਨਾਲ ਕੋਈ ਭਾਰ ਜਿਹਾ ਵੱਜਾ ਜਾਪਦਾ ਸੀ। ਪੰਜਵਾਂਗ, ਕਿਉਂ, ਕੀ ਸੋਚਦਾ ਹੈ ਸੱਜਣਾ? ਓਏ ਸੱਜਣਾ, ਕੀ ਸੋਚਦਾ ਹੈ? ਇੱਕ ਆਵਾਜ਼ ਮੇਰੇ ਕੰਨੀ ਪਈ, ਮੈਂ ਤਰਬਕਿਆ। ਸਿਰ ਉਤਾਂਹ ਚੁੱਕਿਆ ਤਾਂ ਹਰਨਾਮ ਮੇਰੇ ਸਾਹਮਣੇ ਬੈਠਾ ਸੀ। ਹਰਨਾਮ ਸਿੰਘ ਪੰਜਾਬੀ ਟੀਚਰ ਸੀ, ਜਿਸ ਨਾਲ ਮੇਰੀ ਜ਼ਿਆਦਾ ਬਣਦੀ ਸੀ। ਉਹ ਬਿਧੀਪੁਰ ਦਾ ਸੀ। ਜਦੋਂ ਵੀ ਮੇਰਾ ਮਨ ਕਰਦਾ ਮੈਂ ਉਹਦੇ ਘਰ ਚਲਾ ਜਾਂਦਾ ਸੀ। ਜਿਸ ਦਿਨ TV 'ਤੇ ਕੋਈ ਵਧੀਆ ਫਿਲਮ ਆਉਣੀ ਹੁੰਦੀ ਉਸ ਦਿਨ ਤਾਂ ਜ਼ਰੂਰ ਜਾਂਦਾ, ਅਤੇ ਰਾਤ ਵੀ ਉਹਦੇ ਘਰ ਹੀ ਸੌਂਦਾ। ਆਪਣੇ ਦਿਲ ਦਾ ਹਰ ਭੇਤ ਮੈਂ ਉਸ ਨਾਲ ਸਾਂਝਾ ਕਰ ਲੈਂਦਾ ਸੀ। ਕਦੇ ਕਦੇ ਉਹ ਵੀ ਮੇਰੇ ਕਮਰੇ 'ਚ ਆ ਜਾਂਦਾ, ਕੁਝ ਸਮਾਂ ਰੁਕਦਾ, ਗੱਪਸ਼ੱਪ ਮਾਰਦਾ, ਫਿਰ ਚਲਾ ਜਾਂਦਾ। ਸਕੂਲ 'ਚ ਸਾਡੇ ਕੋਲੋਂ ਘੱਟ ਹੀ ਇਕੱਠੇ ਬਹਿ ਹੁੰਦਾ, ਉਹਦੇ ਲਗਭਗ ਸਾਰੇ ਪੀਰੀਅਡ ਹੀ ਲੱਗੇ ਹੁੰਦੇ ਸੀ। ਜੇ ਕੋਈ ਵਿਹਲਾ ਹੁੰਦਾ ਵੀ ਤਾਂ ਉਹ ਲਾਇਬ੍ਰੇਰੀ 'ਚ ਬੈਠਾ ਰਹਿੰਦਾ। ਵੈਸੇ ਵੀ ਸਾਨੂੰ ਜ਼ਿਆਦਾ ਮਜ਼ਾ ਰਾਤ ਨੂੰ ਤਾਰਿਆਂ ਦੀ ਛਾਵੇਂ ਗੱਲਾਂ ਕਰਕੇ ਹੀ ਆਉਂਦਾ ਸੀ। ਕੁਛ ਨਹੀਂ, ਮੈਂ ਕਾਹਲੀ ਨਾਲ ਕਿਹਾ ਅਤੇ ਜ਼ਬਰਦਸਤੀ ਮੁਸਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਾ ਹੋਇਆ। ਯਾਦਾਂ ਦੀ ਕਹਾਣੀ ਇਸ ਰੀਲ ਦੀ ਤਰ੍ਹਾਂ ਮੇਰੀਆਂ ਨਜ਼ਰਾਂ ਅੱਗੋਂ ਘੁੰਮ ਗਈ ਸੀ। ਵਰਤਮਾਨ 'ਚੋਂ ਵਿਚਰਦਾ ਵਿਚਰਦਾ ਜਦੋਂ ਕੋਈ ਸ਼ਖਸ ਅਤੀਤ 'ਚ ਖੁੱਭ ਜਾਂਦਾ ਤਾਂ ਫਿਰ ਪੈਰ 'ਚ ਲੱਗੀ ਠੋਕਰ ਵਾਂਗੂ ਕਿਸੇ ਦੇ ਟੋਕੇ ਬਿਨਾਂ ਇਹਨਾਂ ਤੋਂ ਮੁਕਤੀ ਨਹੀਂ ਪਾ ਸਕਦਾ। ਅਤੀਤ ਤਾਂ ਸਾਰੀਆਂ ਯਾਦਾਂ ਦਾ ਸ਼ੀਸ਼ਾ ਹੁੰਦਾ। ਪਤਾ ਨਹੀਂ ਕਿੰਨਾ ਕੁ ਚਿਰ ਉਹ ਮੇਰੇ ਸਾਹਮਣੇ ਆ ਕੇ ਬੈਠਾ ਰਿਹਾ ਸੀ, ਕਦੋਂ ਆਇਆ ਮੈਨੂੰ ਕੁਝ ਵੀ ਪਤਾ ਨਹੀਂ ਸੀ। ਕੁਛ ਤਾਂ ਹੈ, ਉਹਨੇ ਫਿਰ ਕਿਹਾ। ਨਹੀਂ, ਕੁਛ ਨਹੀਂ। ਕੁਛ ਨਹੀਂ ਤਾਂ ਫਿਰ ਉਹ ਮੂੰਹ ਦਾ ਰੰਗ ਬੱਗਾ ਕਿਉਂ ਹੋਇਆ ਪਿਆ? ਕਿੱਥੇ ਗਈ ਉਹ ਚਮਕਦਮ? ਕੁਛ ਪਾ ਰਿਹਾ ਹੈ ਸੱਜਣਾ? ਉਹਦੇ ਸ਼ਬਦਾਂ 'ਚ ਤਲਖੀ ਅਤੇ ਹਲੀਮੀ ਦੀ ਮਿਲਾਵਟ ਸੀ। ਨਹੀਂ ਤੇ ਮੇਰੇ ਮੂੰਹੋਂ ਨਿਕਲਿਆ। ਖੱਤ ਅਜੇ ਵੀ ਮੇਰੇ ਸਾਹਮਣੇ ਮੇਜ਼ ਉੱਪਰ ਪਿਆ ਸੀ। ਅਨਪੜ੍ਹਿਆ ਨਹੀਂ, ਹੁਣ ਤਾਂ ਮੈਂ ਪੜ੍ਹ ਚੁੱਕਾ ਸੀ। ਮੇਰੀਆਂ ਨਜ਼ਰਾਂ ਹਰਨਾਮ ਤੋਂ ਤਿਲਕ ਕੇ ਖੱਤ ਉੱਪਰ ਜਮ ਗਈਆਂ। ਹਰਨਾਮ ਵੀ ਖੱਤ ਨੂੰ ਹੀ ਘੂਰ ਰਿਹਾ ਸੀ। ਕਿਹਦਾ ਖੱਤ ਹੈ? ਪ੍ਰੀਤ ਦਾ। ਕੀ ਲਿਖਦੀ ਹੈ? ਕੁਛ ਨਹੀਂ, ਮੈਨੂੰ ਤਾਂ ਕੁਝ ਸਮਝ ਹੀ ਨਹੀਂ ਆਈ। ਪਤਾ ਨਹੀਂ ਕੀ ਅੱਧ ਦੀਆਂ ਪਤਾਲ ਮਾਰ ਗਈ ਆ। ਮੈਂ ਖੱਤ ਚੁੱਕ ਕੇ ਜੇਬ 'ਚ ਪਾਉਣਾ ਚਾਹਿਆ, ਹਰਨਾਮ ਨੇ ਰਾਹ 'ਚ ਹੀ ਮੇਰਾ ਹੱਥ ਫੜ ਲਿਆ। ਮੇਰਾ ਹੱਥ ਉਹਦੇ ਹੱਥ 'ਚ ਘੁੱਟਿਆ ਗਿਆ। ਦਿਖਾ ਤਾਂ, ਉਹਨੇ ਕਿਹਾ। ਮੇਰਾ ਹੱਥ ਨਾਲ ਹੀ ਢਿੱਲਾ ਪੈ ਗਿਆ। ਇਹਦਾ ਮਤਲਬ ਤੈਂ ਉਹਨੂੰ ਕੁਛ ਲਿਖਿਆ ਸੀ? ਖੱਤ ਪੜ੍ਹ ਕੇ ਉਹ ਮੈਨੂੰ ਘੂਰ ਰਿਹਾ ਸੀ। ਜ਼ਬਾਨ ਦੇ ਨਾਲ ਨਾਲ ਉਹਦੀ ਨਜ਼ਰ ਵੀ ਮੇਰੇ ਕੋਲੋਂ ਕੁਝ ਪੁੱਛ ਰਹੀ ਸੀ। ਹੁਣ ਮੇਰੇ ਮੂੰਹ ਨਿਕਲਿਆ,
ਤੈਂ ਪੁੱਛ ਕੇ ਕੀ ਲੈਣਾ, ਮੈਨੂੰ ਮੇਰੇ ਹਾਲ ਤੇ ਛੱਡ ਦੇ, ਆਪੇ ਕੋਈ ਹੱਲ ਲੱਭ ਪਏਗਾ, ਮੈਂ ਟਾਲਣਾ ਚਾਹਿਆ। ਕਾਹਦਾ ਹੱਲ, ਕੀ ਚਾਹੁੰਦਾ ਤੂੰ, ਕੁਛ ਦੱਸਦਾ ਸੀ, ਕੀ ਗੱਲ ਹੋਈ ਹੈ, ਕੀ ਲਿਖਿਆ ਸੀ ਤੈਂ ਉਹਨੂੰ? ਉਹਦਾ ਤਰਲਾ ਸੀ, ਘਟੇ ਹੋਏ ਜਾਂ ਨਸ਼ਟ ਹੋਏ ਦੁੱਖ ਦਾ ਵੇਗ ਮਿੱਤਰਾਂ ਦੀ ਮਿਲਣੀ ਨਾਲ ਵੱਧ ਜਾਂਦਾ ਹੈ। ਮੈਂ ਦਰਾਜ਼ ਚੋਂ ਕੱਢ ਕੇ ਡਾਇਰੀ ਉਹਦੇ ਹੱਥ ਫੜਾ ਦਿੱਤੀ। ਬਿਨਾਂ ਕੁਝ ਬੋਲੇ ਉਹ ਪੜ੍ਹਦਾ ਰਿਹਾ, ਮੈਂ ਉਹਨੂੰ ਘੂਰਦਾ ਰਿਹਾ। ਉਹਦੇ ਚਿਹਰੇ 'ਤੇ ਡਾਇਰੀ ਦੀਆਂ ਸਤਰਾਂ ਦਾ ਕੋਈ ਅਸਰ ਦਿਖਾਈ ਨਾ ਦਿੱਤਾ। ਉਹ ਜਲਦੀ ਜਲਦੀ ਕਹਾਣੀ ਮੁਕਾ ਰਿਹਾ ਸੀ, ਉਹਨੇ ਅੱਖਾਂ ਉਤਾਂ ਚੱਕੀਆਂ, ਸ਼ਾਇਦ ਉਹਨੇ ਪੜ੍ਹ ਲਿਆ ਸੀ ਸਾਰਾ ਕੁਝ। ਸਿਗਰਟ ਦੇ ਪੈਕਟ 'ਚੋਂ ਸਿਰਫ ਇੱਕ ਸਿਗਰਟ ਬਚਦੀ ਸੀ, ਉਹਨੂੰ ਵੀ ਬੁੱਲਾਂ 'ਚ ਦੱਬ ਕੇ ਮੈਂ ਤੀਲੀ ਲਾ ਦਿੱਤੀ। ਸ਼ਬਦਾਂ ਦੀ ਦੁਨੀਆ 'ਚੋਂ ਗੁਜ਼ਰ ਕੇ ਉਹ ਇਹਨਾਂ ਦੇ ਅਰਥਾਂ ਨੂੰ ਟੋਲ ਰਿਹਾ ਸੀ, ਨਾਪ ਰਿਹਾ ਸੀ। ਲੱਸੀ 'ਤੇ ਤਰਦੇ ਮੱਖਣ ਦੀ ਤਰ੍ਹਾਂ ਅਰਥ ਉਹਦੇ ਸਾਹਮਣੇ ਸੀ। ਕੜੇ ਹੋਏ ਦੁੱਧ 'ਤੇ ਆਈ ਮਲਾਈ ਵਿੱਚੋਂ ਘਿਓ ਕੱਢਣ ਦੀ ਉਹਨੂੰ ਲੋੜ ਨਹੀਂ ਸੀ ਪੈਣੀ, ਦੁੱਧ ਤਾਂ ਰਿੜਕਿਆ ਪਿਆ ਸੀ। ਐਵੇਂ ਛਿੱਦੀਆਂ 'ਚ ਹੱਥ ਮਾਰੀ ਜਾਏ ਤਾਂ ਉਹਦੀ ਮਰਜ਼ੀ। ਪ੍ਰੀਤ ਦੀਆਂ ਗੱਲਾਂ ਦੇ ਵਹਿਣਾਂ 'ਚ ਵਹਿੰਦਾ ਵਹਿੰਦਾ ਪਤਾ ਨਹੀਂ ਕਿਹੜੇ ਵੇਲੇ ਮੈਂ ਬਿੰਦਰ, ਰੀਟਾ ਅਤੇ ਪੰਮੀ ਦੇ ਕਿੱਸੇ 'ਚ ਹੋ ਬੈਠਾ ਸੀ। ਹਰਨਾਮ ਆਇਆ ਅਤੇ ਸੋਚਾਂ ਦੀ ਲੜੀ ਇੱਥੇ ਟੁੱਟ ਗਈ, ਅਤੇ ਟੁੱਟੇ ਹਾਰ ਦੇ ਗੁਆਚੇ ਮੋਤੀਆਂ ਦੀ ਤਰ੍ਹਾਂ ਉਹ ਵੀ ਮਨੋਉਜਲ ਹੋ ਗਈਆਂ। ਹੁਣ ਯਾਦ ਸੀ ਤਾਂ ਸਿਰਫ ਪ੍ਰੀਤ 'ਤੇ ਜਾਂ ਉਹਦੀਆਂ ਗੱਲਾਂ। ਉਹ ਤੈਨੂੰ ਚਾਹੁੰਦੀ ਹੈ, ਉਹ ਪੁੱਛਦਾ। ਪਤਾ ਨਹੀਂ, ਮੈਂ ਜਵਾਬ ਦਿੰਦਾ। ਤੂੰ ਉਹਨੂੰ ਚਾਹੁੰਦਾ? ਪਤਾ ਨਹੀਂ, ਮੇਰਾ ਫਿਰ ਉਹੀ ਜਵਾਬ ਸੀ। ਫਿਰ ਪਤਾ ਕੀ ਹੈ, ਸਮਝ ਤਾਂ ਲੱਗੇ, ਉਹ ਖਿਜ ਗਿਆ। ਕੁਝ ਵੀ ਨਹੀਂ, ਮੈਂ ਆਪਣੇ ਆਪ 'ਚ ਛਿੱਥਾ ਜਿਹਾ ਪੈ ਗਿਆ। ਤੂੰ ਮੈਨੂੰ ਸਭ ਕੁਝ ਸੱਚ ਸੱਚ ਦੱਸ ਦੇ ਸੱਜਣਾ, ਮੈਂ ਤੈਨੂੰ ਇਹਦਾ ਹੱਲ ਦੱਸਾਂਗਾ, ਸਹੀ ਹੱਲ। ਵਿਸ਼ਵਾਸ ਕਰ, ਮੈਂ ਕਿਸੇ ਹੋਰ ਨੂੰ ਕੁਝ ਨਹੀਂ ਦੱਸਾਂਗਾ। ਆਦਮੀ ਜਿਹੜਾ ਵਿਸ਼ਵਾਸ ਆਪਣੇ ਦੋਸਤਾਂ 'ਤੇ ਕਰਦਾ ਹੈ, ਅਜਿਹਾ ਵਿਸ਼ਵਾਸ ਉਹ ਆਪਣੇ ਮਾਂ ਬਾਪ, ਭੈਣ ਭਰਾ, ਪੁੱਤਰ ਧੀ ਅਤੇ ਇਸਤਰੀ 'ਤੇ ਵੀ ਨਹੀਂ ਕਰਦਾ। ਹਰਨਾਮ ਹਰ ਤਰ੍ਹਾਂ ਮੈਨੂੰ ਖੁਸ਼ ਰੱਖਣਾ ਚਾਹੁੰਦਾ ਹੈ। ਮੈਨੂੰ ਉਸ ਉੱਪਰ ਵਿਸ਼ਵਾਸ ਹੈ, ਉਹਨੂੰ ਮੇਰੇ ਉੱਪਰ। ਉਹ ਮੈਨੂੰ ਸੋਚਾਂ ਦੇ ਘੇਰੇ 'ਚ ਦੇਖ ਕੇ ਖੁਸ਼ ਨਹੀਂ ਰਹਿੰਦਾ, ਉਹਦੀ ਆਤਮਾ ਜਲ ਉੱਠਦੀ ਹੈ। ਪਰ ਉਹ ਅੰਮ੍ਰਿਤ ਵਰਗੇ ਬੋਲਾਂ ਨਾਲ ਮੇਰੇ ਦੁੱਖ ਨੂੰ ਸ਼ਾਂਤ ਕਰਨਾ ਚਾਹੁੰਦਾ ਹੈ। ਮੈਨੂੰ ਉਹਦੀ ਹਰ ਸਲਾਹ ਚੰਗੀ ਲੱਗਦੀ ਹੈ, ਪਰ ਅੱਜ ਮੈਨੂੰ ਸਮਝ ਨਹੀਂ ਆਉਂਦੀ ਕਿ ਉਹਨੂੰ ਕੀ ਦੱਸਾਂ, ਕੀ ਦੱਸਾਂ ਕਿ ਮੇਰਾ ਚਿੱਤ ਨਹੀਂ ਲੱਗਦਾ। ਉਹ ਫਿਰ ਪੁੱਛੇਗਾ ਕਿਉਂ ਨਹੀਂ ਲੱਗਦਾ, ਕੀ ਜਵਾਬ ਦੇਵਾਂਗਾ ਮੈਂ ਉਹਨੂੰ? ਕੁਝ ਵੀ ਨਹੀਂ, ਕੋਈ ਜਵਾਬ ਨਹੀਂ ਮੇਰੇ ਕੋਲ। ਪਤਾ ਨਹੀਂ ਕਿਉਂ ਗੁਬਾਰ ਜਿਹਾ ਅੰਦਰ ਉਠਾਇਆ, ਮੇਰਾ ਹਰ ਸਾਹ ਇਸ ਨਾਲ ਜ਼ਹਿਰੀਲਾ ਜਿਹਾ ਹੋਈ ਜਾਂਦਾ। ਪ੍ਰੀਤ ਦੀ ਸ਼ਕਲ ਮੈਨੂੰ ਉੱਕਾ ਚੰਗੀ ਨਹੀਂ ਲੱਗਦੀ। ਲੱਗੂਗੀ ਕਿਵੇਂ? ਜਦੋਂ ਉਹਨੂੰ ਮੇਰੀ ਕੋਈ ਗੱਲ ਚੰਗੀ ਨਹੀਂ ਲੱਗਦੀ ਤਾਂ ਮੈਨੂੰ ਕਿਵੇਂ ਲੱਗਜੂ? ਬਿਨਾਂ ਦੇਖਣ ਪਰਖਣ ਦੇ ਉਹ ਮੇਰੀ ਹਰ ਗੱਲ 'ਚ ਹਰ ਚੀਜ਼ 'ਚ ਬੇਵਜ੍ਹਾ ਨੁਕਸ ਕੱਢ ਦਿੰਦੀ ਹੈ। ਮੇਰੀ ਕੋਈ ਆਦਤ ਉਹਨੂੰ ਚੰਗੀ ਨਹੀਂ ਲੱਗਦੀ, ਜਿਵੇਂ ਉਹ ਆਪ ਬਹੁਤ। ਇਹ ਸਭ ਦੇ ਬਾਵਜੂਦ ਉਹਦਾ ਪੈਰ ਮੇਰੇ ਵੱਲ ਵਧਿਆ ਹੀ ਸੀ, ਘਟਿਆ ਨਹੀਂ। ਉਹ ਆਪਣਾ ਹੱਥ ਮੇਰੇ ਹੱਥ 'ਚ ਦੇਣ ਤੋਂ ਨਾ ਝਿਜਕਦੀ, ਅਤੇ ਮੇਰਾ ਹੱਥ ਆਪਣੇ ਹੱਥ 'ਚ ਲੈਣ ਤੋਂ। ਉਹਦੀਆਂ ਸ਼ਰਾਰਤਾਂ ਮੇਰੇ ਪ੍ਰਤੀ ਵਧੀਆਂ, ਮੈਂ ਹੱਥ ਚੁੱਕਦਾ ਪਰ ਮਾਰਨ ਲਈ ਮੇਰਾ ਜਿਗਰਾ ਨਾ ਪੈਂਦਾ, ਉਹ ਡੋਲ ਖੜੀ ਰਹਿੰਦੀ, ਸਗੋਂ ਉਹ ਹੀ ਹੱਥ ਫੜ ਕੇ ਚੁੰਮਣ ਲੱਗ ਪੈਂਦੀ। ਆਖਿਰ ਕਿਉਂ ਕਿਉਂ ਹੋ ਰਿਹਾ ਸੀ ਇਹ ਸਭ? ਮੈਨੂੰ ਕੋਈ ਸਮਝ ਨਹੀਂ ਸੀ ਪੈ ਰਹੀ। ਪਹਿਲਾਂ ਮੈਨੂੰ ਚੰਗੀ ਲੱਗੀ ਸੀ, ਪਰ ਉਹਦੀਆਂ ਹਰਕਤਾਂ, ਤੌਬਾ ਮੇਰੇ, ਹੁਣ ਮੈਂ ਉਹਦੇ ਨਾਲ ਨਫ਼ਰਤ ਜੀ ਕਰਨ ਲੱਗ ਪਿਆ। ਮੈਨੂੰ ਸਮਝ ਨਹੀਂ ਆਉਂਦੀ ਉਹ ਮੈਥੋਂ ਕੀ ਚਾਹੁੰਦੀ ਹੈ। ਮੈਨੂੰ ਸਮਝ ਨਹੀਂ ਆਉਂਦੀ ਉਹਦੀ ਮੇਰੇ ਨਾਲ ਤਲਕ ਕੀ ਹੈ। ਮੈਨੂੰ ਚਿੜਾ ਉਹਦੀਆਂ ਬੇਸੁਰੀਆਂ ਗੱਲਾਂ ਤੋਂ। ਮੈਂ ਕਿਹਾ, ਕਿਹੜੀਆਂ ਗੱਲਾਂ? ਉਹ ਮੈਨੂੰ ਫਿਰ ਟੋਕ ਦਿੰਦਾ, ਆਹੀ ਐਵੇਂ ਲੱਤਾਂ ਬਾਹਾਂ ਮਾਰਨ ਦੀਆਂ, ਕੋਲ ਬਹਿ ਜਾਏ ਤਾਂ ਪੈਰ ਮਾਰਨੋਂ ਨਹੀਂ ਹਟਦੀ, ਦੂਰ ਹੋਵੇ ਤਾਂ ਬਾਹਾਂ। ਮੇਰੇ ਕੋਲ ਉਹਦਾ ਕੋਈ ਵੀ ਪਲ ਬਿਨਾਂ ਕਿਸੇ ਹਰਕਤ ਦੇ ਬੀਤਦਾ ਹੀ ਨਹੀਂ। ਮੇਰੀ ਇਸ ਗੱਲ 'ਤੇ ਹਰਨਾਮ ਹੱਸ ਪਿਆ। ਪਤਾ ਨਹੀਂ ਉਹਨੂੰ ਮੇਰੀ ਇਹ ਗੱਲ ਕਿਉਂ ਜਿਹੀ ਲੱਗੀ ਸੀ। ਤੂੰ ਵਰਜਿਆ ਨਹੀਂ ਉਹਨੂੰ? ਵਰਜਿਆ ਕਿਉਂ ਨਹੀਂ? ਮੂੰਹ ਨਾਲ ਤਾਂ 36 ਵਾਰੀ ਕਿਹਾ, ਮੰਨਦੀ ਨਹੀਂ ਫਿਰ ਤੂੰ ਉਹਨੂੰ? ਸ਼ਾਇਦ ਉਹ ਇਸ ਤਰ੍ਹਾਂ ਚਾਹੁੰਦੀ ਹੋਵੇ, ਲੋਕ ਤਾਂ ਇਸ ਕੰਮ ਬਦਲੇ ਕਈ ਜਾਲ ਬੁਣਦੇ ਆ, ਤੇ ਤੂੰ ਹੱਥ ਆਇਆ ਮਾਲ ਛੱਡੀ ਜਾਣਾ। ਨਹੀਂ, ਇਸ ਤਰ੍ਹਾਂ ਨਹੀਂ, ਮੈਂ ਇਸ ਤਰ੍ਹਾਂ ਨਹੀਂ ਚਾਹੁੰਦਾ। ਮੈਂ ਚਾਹੁੰਦਾ ਉਹ ਮੈਥੋਂ ਕਿਤੇ ਦੂਰ ਚਲੀ ਜਾਏ, ਬਹੁਤ ਦੂਰ, ਜਿੱਥੇ ਮੈਨੂੰ ਉਹਦੀ ਸ਼ਕਲ ਵੀ ਨਜ਼ਰ ਨਾ ਆਏ, ਤੇ ਮੈਂ ਪਹਿਲਾਂ ਦੀ ਤਰ੍ਹਾਂ ਆਜ਼ਾਦ ਪੰਛੀ ਦੀ ਤਰ੍ਹਾਂ ਘੁੰਮ ਸਕਾਂ, ਫਿਰ ਸਕਾਂ। ਇਹਦਾ ਰਿਜ਼ਲਟ ਗਲਤ ਵੀ ਤਾਂ ਨਿਕਲ ਸਕਦਾ ਹੈ, ਕਿਤੇ ਉਹ ਤੈਨੂੰ ਨਾ ਮਰ ਹੀ ਨਾ ਸਮਝੇ। ਹਰਨਾਮ ਮੈਨੂੰ ਫਿਰ ਸ਼ਬਦਾਂ ਅਰਥਾਂ ਦੇ ਚੱਕਰਾਂ 'ਚ ਪਾ ਰਿਹਾ ਸੀ। ਇਹਦੀ ਨੌਬਤ ਨਹੀਂ ਆਏਗੀ। ਉਹ ਕਿਵੇਂ? ਮੈਂ ਹੀ ਉਹ ਤੋਂ ਬਹੁਤ ਦੂਰ ਚਲਾ ਜਾਵਾਂਗਾ। ਨਹੀਂ ਸੱਜਣਾ, ਇਹ ਕਦਮ ਵੀ ਤੈਨੂੰ ਰਾਸ ਨਹੀਂ ਆਏਗਾ। ਹਰ ਕੋਈ ਤੈਨੂੰ ਗਲਤ ਸੋਚ ਨਾਲ ਪਰਖੇਗਾ, ਨਾਲੇ ਪਰੇ ਰਹਿ ਕੇ ਕਿਹੜਾ ਤੂੰ ਇਸ ਬੋਝ ਤੋਂ ਆਜ਼ਾਦ ਹੋ ਜਾਏਗਾ, ਇਹੀ ਸੋਚੀ ਜਾਏਗਾ। ਤੂੰ ਇਹ ਕੀ ਗੱਲ ਕੀਤੀ ਹੈ ਨਾ? ਮੈਂ ਉਹਨੂੰ ਤਾਂ ਮੈਂ ਹੁਣ ਵੀ ਭੁਲਾਇਆ ਹੋਇਆ। ਮੈਂ ਕਿਸੇ ਹੋਰ ਕੁੜੀ ਨੂੰ ਪਿਆਰ ਕਰਦਾ, ਫਿਰ ਮੈਂ ਇਸ ਬਾਰੇ ਕਿਉਂ ਸੋਚੀ ਜਾਊਂ? ਮੈਂ ਕਿਹਾ, ਗਲਤ, ਸਰਾਸਰ ਗਲਤ। ਅਤੇ ਇਹਦੇ ਨਾਲ ਹੀ ਉਹ ਜ਼ੋਰ ਜ਼ੋਰ ਦੀ ਹੱਸ ਪਿਆ। ਮੈਂ ਉਹਨੂੰ ਘੂਰਿਆ ਤੋਂ ਬੋਲਿਆ, ਸੱਜਣਾ ਤੂੰ ਆਪ ਹੀ ਕਹਿਣਾ ਝੂਠ ਨਾਲ ਵਿਸ਼ਵਾਸ ਨਹੀਂ ਜਿੱਤੇ ਜਾਂਦੇ, ਫਿਰ ਮੇਰੇ ਕੋਲ ਝੂਠ ਕਿਉਂ ਬੋਲਦਾ? ਤੈਨੂੰ ਇਹ ਸ਼ੋਭਾ ਨਹੀਂ ਦਿੰਦਾ। ਮੈਂ ਝੂਠ? ਮੈਂ ਕਹਿਣਾ ਚਾਹਿਆ ਕਿ ਮੈਂ ਕੋਈ ਝੂਠ ਬੋਲਿਆ, ਪਰ ਮੈਂ ਚੁੱਪ ਹੋ ਗਿਆ। ਝੂਠ ਹੀ ਤਾਂ ਬੋਲਿਆ ਸੀ ਮੈਂ।
हाँ जे तू झूठ नहीं भी बोलता सज्जना तो यह भी सच है कि तू किसी होर कुड़ी नूं प्यार भी नहीं करता। मैं जानदा तू अपने आप च सखना रहना चाहना है, इकला रहना चाहना, पर कला भी किन्ना कु चिर रहेगा। तेरा मन फिर रख जाना है ते तैं फिर साथ लभना है पहलां दी तरह। नहीं ना मियां, मैनू कोई समझ नहीं पैंदी कि मैं तैनू इहदा की जवाब देवां। अज तक मैं किसी नूं भी इस नज़र नाल नहीं देखिया, देखिया कि सोचिया भी नहीं। जिन्हों भी मिले आम बोल चाल ते जां फिर शुगल तक ही, सारी दाल चो एक दाणा देखण वांग मैनू मेरी मिजा दा एक शख्स हर जगह जरूर मिल जांदा है, जां मैं लभ लैना। दोस्ती इस तरह दी कि बस अजनबी नहीं रहिंदा मैं उस लई। मेरा आशक भी उही हुंदा, मशूक भी उही हुंदा, मेरे तेरे दा भेद जिहा मिट जांदा है। जो गल्लां किसी होर नाल नहीं हो सकदियां अगला वो मेरे नाल सांझियां कर लैंदा है। अपना पंजे इन्ना आ जाता दिल में कि मैं अगले नूं दुखी देख नहीं सकता ते गलत होण नहीं दिंदा। खुशी गमी दा तां मैनूं उहदा चेहरा देख के पता लग जाता है, दसे चाहे ना दसे। दुख सांझा करन नाल दिल हल्का भी तां हो जाता है। नेक सलाह देना मैं अपना फर्ज समझदा, पर फिर भी जे किसी तरह का जुल्म चुप करके सहिंदा है तो मैनूं उस उपर खिज भी चढ़दी है। मेरे च कमी इक्को आ कि मैं किसी नाल बज के नहीं रह सकता। जिन्ना चिर अगला सामने है ठीक है, कोल है तो मेरा है, जदों विछड़ जाए तो फिर तू कौन ते मैं कौन। अजे तक तो इस तरह ही चली गया, पर हुणे प्रीत ठीक है कि तू उहनूं इहनूं कुछ नहीं समझदा, यही कारण तो तैनूं कोई समझ नहीं सकिया। फिर प्रीत की समझेगी, चंगा देख ला जिवें तेरी मर्जी, मैं हुण चलदा। हरनाम ने जो कहना सी कह के चला गया। मैं प्रीत तो खेड़ा छुड़ाउणा चाहुंदा सी, पर जिन्ना मैं उहतों दूर होना चाहुंदा सी उन्ना मेरे वल वध रही सी। इस नाल उह बदनाम भी हो सकती सी जो मैं चाहुंदा नहीं सी। जिहड़ा आदमी पुछे ते भी सही सलाह नहीं दिंदा उहनूं असीं मिठ जीबड़ा वैरी ही कह सकते हैं। फिर प्रीत ने तां कुछ भी पुछना ही नहीं सी किसे नूं। आखिर मैं उहनूं एक होर खत लिखिया, प्रीत जो कुछ मैं अहसास कीता लगदा तूं अपने दिल च मेरे लिए कुछ अपनापन प्यार जां जो कुछ भी है इस तरह का तो पैदा कर चुकी है कि वह तेरे लिए गलत है। मैं इस तरह का नहीं हाँ, मैं तैनू ये प्यार नहीं दे सकता क्योंकि मैं किसी होर नू अनजान पुणे च कोई भी कुछ भी सोच सकता है। जे इनू समय अनुसार अणगौलिया रहन दिता जाए तो दोवां धिरां लई खतरनाक भी साबित हो सकता है। सो आस है कि तू मैनू समझण की कोशिश करेंगी सज्जन। ये मैनू भी पता सी कि वह इनू ठीक नहीं समझेगी। उस दिन तो ही चुप चुप घुटी घुटी उदास जी रहन लग पई। जदों भी मैनू मिलदी जां दफ्तर च आउंदी मतलब तो बिना कोई गल ना करदी, जिवें चुप धार ली होवे। यही मैं चाहुंदा सी कोई साडे वल उंगल ना करे। यह तां ही हो सकदा सी जे उहदियां हरकतां बंद हुंदियां, छेती उहदी बदली किसी होर जगह हो गई जां उहनी करवा ली। मैं खुश सी, मेरे दिल तो सारा भार लै गया सी। एक रिमूवर की तरह दिल ते लाई हर गल नूं मैं साफ कर दिता। इंक रिमूवर की तरह दिल ते लाई हर गल नूं मैं साफ कर दिता। अपने अंदर झाती मार के देखिया तो मैनूं सिवाए दिल लगी दे कुछ भी नज़र ना आया। किसी नाल दो कदम दा साथ करना उहदे नाल जिंदगी भर साथ करन दा वादा तो नहीं हुंदा। यह ठीक है कि किसी नाल एक पल बिताया भी सारी जिंदगी नहीं भुलदा, चाहे उहने अख पुट के सिर्फ देखिया ही होवे जां फिर अपने गुलाबी बुल्लां चों एक हुसीन मुस्कुराहट ही क्यों ना घेरी हो। छोटी जी गल नूं सोचदा सोचदा मैं बहुत दूर निकल गया सी। अतीत च छुपिया विंदर दा प्यार, रीटा दी गलत फहमी ते पम्मी नाल लापरवाही दीआं गल्लां सब कुछ इक्को वारी मेरे जहन च घुम गया सी ते मुड़ के सही रस्ते उपर आउण लई मैनूं सोचां दी उह बहुत वड्डी मंजिल तय करनी पई सी जिस विच कुछ खट्टा कुछ मिठा सी, तड़प भी मेल भी ते मुस्कान भी। खुरदा भुरदा मैं अपने आप नूं ही भुल गया सी कि मैं की सही कर रिहा ते की गलत। थोड़े समें च ही मैं एक बुझारत जी बन गया ते गुंजल जी भी। मैं सोचदा पता नहीं एक किहड़ा अलजबरा ते किहड़े फार्मूले नाल इहदे सवाल हल होणगे। जदों कोई पुछदा सज्जणा की गल आ तां मेरा जवाब हुंदा चित नहीं लगदा। इह चित नहीं लगदा ही अजिहा सवाल सी जिहनूं हल करन लई मैं दिने भी सोचदा रात नूं भी। नींद किते उड गई सी पर हुण उह सवाल हल हो गया सी ते मैं खुश सी, आजाद सी, ठीक पहलां दी तरह। धन्यवाद।